हर मुद्दा हर खबर निरपक्ष तरीके नाल तुहाडे तक पहुंचने दी कोशिश विच तुसी भी देवो साडा साथ तां हुणे लाइक करो साडा फेसबुक पेज सबसक्राइब करो यूट्यूब ते अते फॉलो करो इंस्टा अते ट्विटर ते निरपक्ष पोस्ट खबर दी निरपक्ष आवाज विजिट करो कलमा नू आजो असला बना लिए इकट्ठे होके आजो पूंजीपति मूहरे ला लिए कहना बब्बू मान दा इस वक्त तुसी वेख रहे हो निरपक्ष पोस्ट मैं हमनदीप सिंह स्वागत कर दिया तुहाडा अज दे प्रोग्राम दे विच खास तौर दे उते असी इस लाइव प्रोग्राम दे विच ओ गल्लां मुद्दे लैके आउंदे आ जिहड़े तुहाडे नाल खास तौर दे उते पंजाब दे नाल जुड़े हुए हुंदे हन और इस वक्त मेरे नाल मेरे सहयोगी नीरज भी मौजूद ने जो कि खास तौर दे उते सियासी पकड़ रखदे ने और अज दे खास प्रोग्राम दे विच साडे नाल सियासी माहर अते बहुत बुद्धिजीवी मलविंदर सिंह जी मल्ली साडे नाल जुड़नगे खास तौर दे उते जिहड़ा साडा मुद्दा है अज दा तुहानूं दस्सदी ओ इह है कि हुण किसानां कोल की हल की बदलवा हल इस वक्त किसानां कोल मौजूद है कि राष्ट्रपति रामनाथ कोविंद उहनां बिलां दे उते साइन करनगे कि कदे इतिहास दे विच इहो जिहा मौका होया है कि राष्ट्रपति ने दुबारा बिल जिहड़े राज्यसभा दे विच लोक सभा दे विच पास हो चुके होण ओह दुबारा वापिस पार्लियामेंट दे विच भेजदे होण चर्चा दे वास्ते इस वक्त मेरे नाल मलविंदर सिंह जी मल्ली मौजूद ने उन्हां दा स्वागत करदे आं ते उस तों बाद इस प्रोग्राम दा अज दा उन्हां दा व्यू लैंदे आं आवाज आ रही है सर तुहानू जी जी मल्ली साहब स्वागत करदे आं जी तुहाडा निरपक्ष पोस्ट ते सत श्री अकाल जी तुहानू वी ते अपने सारे श्रोतियां नू दर्शकां नू जी मल्ली साहब मैं इह जानना चाहांगा जी के ਹੁਣ ਕਿਸਾਨਾਂ ਕੋਲ ਕੀ ਬਦਲਵਾਂ ਹੱਲ ਮੌਜੂਦ ਹੈ ਜਿਵੇਂ ਤੁਸੀਂ ਅਕਸਰ ਇਹਨਾਂ ਮੁੱਦਿਆਂ ਦੇ ਉੱਤੇ ਆਪਣੇ ਵਿਊਜ਼ ਰੱਖਦੇ ਹੋ ਔਰ ਬੜੀ ਗਹਿਰਾਈ ਨਾਲ ਸਾਰੀ ਚੀਜ਼ਾਂ ਨੂੰ ਵੇਖਦੇ ਹੋ ਤੁਸੀਂ ਆਪਣੇ ਫੇਸਬੁੱਕ ਰਾਹੀਂ ਵੀ ਜੁੜਦੇ ਰਹਿੰਦੇ ਹੋ ਤੇ ਹੁਣ ਕੀ ਹੱਲ ਕੀ ਬਦਲਵਾਂ ਹੱਲ ਕਿਸਾਨਾਂ ਕੋਲ ਹੈ ਦੇਖੋ ਜੀ ਅਸਲ ਚ ਇਹ ਜਿਹੜਾ ਪੰਜਾਬ ਦਾ ਕਿਸਾਨੀ ਘੋਲ ਆ ਜੀ ਜਿਹਦੇ ਵਿੱਚ ਹਰਿਆਣਾ ਪੱਛਮੀ ਯੂਪੀ ਦੇ ਕਿਸਾਨ ਵੀ ਨਾਲ ਜੁੜੇ ਹੋਏ ਨੇ ਹਾਂਜੀ ਤੇ ਜਿਹੜੇ ਇਹ ਆਰਡੀਨੈਂਸ ਨੇ ਜੀ ਇਹ ਆਰਡੀਨੈਂਸ ਅਸਲ ਦੇ ਵਿੱਚ ਹੈ ਹੀ ਪੰਜਾਬ ਹਰਿਆਣਾ ਪੱਛਮੀ ਯੂਪੀ ਜਾਂ ਜਿੱਥੇ ਵੀ ਕਿਤੇ ਮਿਨੀਮਮ ਪ੍ਰਾਈਸ ਆ ਜਿਹੜੀ ਆਪਾਂ ਘੱਟੋ ਘੱਟ ਲਾਗਤ ਕੀਮਤ ਆ ਉਹਦੇ ਆਧਾਰ ਤੇ ਸਰਕਾਰੀ ਖਰੀਦ ਦੀ ਗਰੰਟੀ ਆ ਜਾਂ ਜਿਹੜੀਆਂ ਜਿਨਸਾਂ ਦੀ ਇਹ ਅੰਦੋਲਨ ਅਸਲ ਚ ਉਹਨਾਂ ਇਲਾਕਿਆਂ ਦੇ ਕਿਸਾਨਾਂ ਦਾ ਅੰਦੋਲਨ ਆ ਜੀ ਤੇ ਇਹ ਆਰਡੀਨੈਂਸ ਵੀ ਉਹਨਾਂ ਦੇ ਹੀ ਖਿਲਾਫ਼ ਨੇ ਜੀ ਖਿਲਾਫ਼ ਕਿਉਂ ਨੇ ਕਿਉਂਕਿ ਦੇਖੋ ਇੱਕ ਸਟੇਜ ਸੀ ਜਦੋਂ ਇਸ ਮੁਲਕ ਨੂੰ ਅੰਨ ਦੀ ਲੋੜ ਸੀ ਅਨਾਜ ਦੀ ਲੋੜ ਸੀ ਜੀ ਵਿਦੇਸ਼ਾਂ ਤੋਂ ਮੰਗਦਾ ਸੀ ਉਦੋਂ ਇਹਨਾਂ ਨੇ ਇੱਕ ਖੇਤੀ ਦਾ ਮਾਡਲ ਇੰਟਰੋਡਿਊਸ ਕੀਤਾ ਜਿਹਨੂੰ ਆਪਾਂ ਕਣਕ ਝੋਨੇ ਦਾ ਮਾਡਲ ਕਹਿੰਦੇ ਆ ਹਾਂਜੀ ਉਹ ਮਾਡਲ ਨੂੰ ਲਾਗੂ ਕਰਾਉਣ ਖਾਤਰ ਅਰਬਾਂ ਖਰਬਾਂ ਰੁਪਏ ਸਰਕਾਰਾਂ ਨੇ ਖਰਚੇ ਕਿਸਾਨਾਂ ਨੂੰ ਸਹੂਲਤਾਂ ਦਿੱਤੀਆਂ ਜੀ ਵੱਡੀ ਪੱਧਰ ਤੇ ਭਾਰਤ ਦੀ ਅਨਾਜ ਦੀ ਸਮੱਸਿਆ ਇਹਨਾਂ ਇਲਾਕਿਆਂ ਨੇ ਹੱਲ ਕੀਤੀ ਔਰ ਹੁਣ ਵੀ ਅਸੀਂ ਵੇਖਦੇ ਹਾਂ ਕਿ ਬਿਜਲੀ ਵੀ ਇੱਕ ਤਰੀਕੇ ਨਾਲ ਕਿਸਾਨਾਂ ਨੂੰ ਮੁਫਤ ਦਿੱਤੀ ਜਾਂਦੀ ਹੈ ਤਾਂ ਕਿ ਉਹ ਪੂਰੇ ਦੇਸ਼ ਦੀ ਜਿਹੜੀ ਹੈ ਭੁੱਖ ਮਿਟਾ ਸਕਣ ਬਹੁਤ ਵੱਡਾ ਸਰਮਾਇਆ ਸਰਕਾਰਾਂ ਦਾ ਵੀ ਇਸਤੇਮਾਲ ਹੁੰਦਾ ਹੋਇਆ ਇਹ ਪਰ ਵੀ ਜਦੋਂ ਇਹ ਮਾਡਲ ਲਾਗੂ ਕੀਤਾ ਜਾ ਰਿਹਾ ਸੀ ਤਾਂ ਜਿਹੜੇ ਦੇ ਆਫਟਰ ਇਫੈਕਟਸ ਸੀ ਜਾਂ ਇਹਦੇ ਦੂਰਸਥ ਪ੍ਰਭਾਵ ਸੀ ਸਾਡੀ ਜ਼ਮੀਨ ਤੇ ਸਾਡੀ ਧਰਤੀ ਤੇ ਪਾਣੀ ਤੇ ਵਾਤਾਵਰਨ ਤੇ ਜਾਂ ਸਾਰੇ ਸਿਆਸੀ ਸਿਸਟਮ ਤੇ ਉਹਨਾਂ ਨੂੰ ਗੰਭੀਰਤਾ ਨਾਲ ਦੇਖਣ ਦੀ ਨਾ ਤਾਂ ਪੰਜਾਬ ਦੀ ਸਿਆਸੀ ਲੀਡਰਸ਼ਿਪ ਨੇ ਯਤਨ ਕੀਤਾ ਨਾ ਹੀ ਪੰਜਾਬ ਦੇ ਖੇਤੀ ਵਿਗਿਆਨੀਆਂ ਨੇ ਯਤਨ ਕੀਤਾ ਨਾ ਬੁੱਧੀਜੀਵੀਆਂ ਨੇ ਯਤਨ ਕੀਤਾ ਹੁਣ ਇੱਕ ਸਿਚੁਏਸ਼ਨ ਇਹੋ ਜਿਹੀ ਆ ਗਈ ਕਿ ਹੁਣ ਇਸ ਅੰਨ ਭੰਡਾਰ ਦੀ ਮੁਲਕ ਨੂੰ ਲੋੜ ਨਹੀਂ ਰਹੀ ਕਿਉਂਕਿ ਉਸ ਸਮੇਂ ਇਸੇ ਇਲਾਕਿਆਂ ਚ ਸਰਕਾਰੀ ਖਰੀਦ ਦੀ ਗਰੰਟੀ ਕੀਤੀ ਸੀ ਅੱਜ ਵੀ ਸਾਰੇ ਮੁਲਕ ਦੇ ਵਿੱਚ ਮਿਨੀਮਮ ਪ੍ਰਾਈਸ ਆ ਜਿਹੜੀ ਉਹ ਕਿਤੇ ਵੀ ਲਾਗੂ ਨਹੀਂ ਹੁੰਦੀ ਸਿਰਫ 6% ਕਿਸਾਨ ਆ ਜਿਹੜਾ ਜਾਂ 6% ਜਿਣਸ ਆ ਜਿਹੜੀ ਉਹ ਘੱਟੋ ਘੱਟ ਕੀਮਤ ਤੇ ਖਰੀਦੀ ਜਾਂਦੀ ਆ ਜੀ ਇਸੇ ਕਰਕੇ ਨਾ ਇਹ ਪਹਿਲਾਂ ਦੇਸ਼ ਦਾ ਮਸਲਾ ਸੀ ਨਾ ਅੱਜ ਦੇਸ਼ ਦੇ ਕਿਸਾਨਾਂ ਦਾ ਮਸਲਾ ਕਿਉਂਕਿ 94% ਜਿਹੜੀ ਇਲਾਕਾ ਜਾਂ ਕਿਸਾਨ ਨੇ ਉਹ ਪਹਿਲਾਂ ਹੀ ਇਹਨਾਂ ਬਿੱਲਾਂ ਦੇ ਅਨੁਸਾਰ ਕੰਮ ਕਰ ਰਹੇ ਨੇ ਠੀਕ ਹੈ ਤੁਹਾਡੇ ਮੁਤਾਬਕ ਫਰਕ ਹੈ ਠੀਕ ਹੈ ਫਰਕ ਸਿਰਫ ਇੱਕ ਗੱਲ ਦਾ ਪੈਣਾ ਵੀ ਜਿਹੜਾ ਵਸਤਾਂ ਦਾ ਭੰਡਾਰਨ ਕਰਨ ਦਾ ਸਟਾਕ ਕਰਨ ਦੀ ਖੁੱਲ ਗਈ ਸੀ ਅੱਛਾ ਜਿਹੜਾ ਬਿੱਲ ਅੱਜ ਪਾਸ ਹੋਇਆ ਖਾਸ ਤੌਰ ਦੇ ਉੱਤੇ ਦੇਸ਼ ਦੇ ਵਿੱਚ ਉਹਦਾ ਅਸਰ ਪੈਣਾ ਠੀਕ ਹੈ ਮਾਲੀ ਸਾਹਿਬ ਤੁਸੀਂ ਤੁਸੀਂ
खेती मॉडल मुल्क दी सरकार लई भार बन गया। ठीक है, उन्हां नूं इह लगदा वी 1800-1900 रुपए क्वांटल झोना ते कणक सानूं इत्थों असीं खरीद रहे हां, जदों मुल्क दे विच 1200-1300 रुपए क्वांटल आमे बिक रही है, प्राइवेट एजेंसियां भी खरीद रही ने, होर भी सारा कुछ हो रहा। ठीक है, इस करके वो यह मॉडल तो खेड़ा छुड़ाना चाहते हैं। ठीक है, खेड़ा छुड़ाने का जेड़ा उन्होंने राह लभदे आ ये लभ लिया किसान मारू। ठीक है, किसानों को हल जेड़ा तुम सवाल किया, किसानों को हल ये कि वह यह इशू वारे भी जिमें तुम इस खेती मॉडल च फसाया अरबा खरबा रुपए खर्च के जेड़ा हुण तुसीं नीति इह लिआंदी वी फसाता दित्ता किसानां नूं नहेरी सुरमिट। ठीक है, निकलो कहिंदे तुसीं आपदे आप, उहनां नूं इस मॉडल नूं बदलण दे लई उसे तरह वड्डी पद्धर ते सरमाया खर्चण ते सहूलतां देण दी लोड़ आ पंजाब नूं। ठीक है, दूजी गल जिहड़ा तुसीं कणक जां झोने दे बदल दे विच फसलां दा रुकनीकरण कहिंदे हो, दूजियां फसलां नूं उगाउण दी गल कहिंदे हो, जी उहदा हल दो तरीकिआं नाल होऊ। एक तो मंडीकरण का इंतजाम करे सरकार, मिनीम कीमत खरीद का इंतजाम करे सरकार जी। दूजा तरीका यह है भी जो सरकार मुश्किल आती है तो पाकिस्तान वाघा बार्डर खुले व्यापार लिए खोलिया जाए। ठीक है, जिहड़िया चीजा झोने छड के असं पैदा करना चाहते हैं वो भी मंग अरब मुल्क तक बहुत आ, आलू हो सब्जियां हो मटर हो टमाटर हो सूरजमुखी हो जो भी अरब वगैरह सारिया चीजा ने। ठीक है, दूजा किसानों यह करना चाहिए जिड़िया तुम कहते सहूलत दी मोटर दी किसान बुरी तरह फस गए। बस इस तरह के नहरी पानी नहरी सिस्टम से सिंचाई का साडा वो बर्बाद हो गया, बिल्कुल ओनू बर्बाद किया गया, बिजली मुफ्त देती एक 147 तक असी पानी से जोड़ा वो थड़ा के लिया 136 109 ब्लाक ने जोड़े पानी पक्षों वो मतलब रेड जोन च आ गए जिन्हों ब्लैक जोन चाहे वह आ गए जी। इस करके जो सिंचाई का प्रबंध आई पंजाब च वे पद्धर से बहाली की जानी चाहिए, वध तो वध रकबे उस नहरी सिंचाई के पानी के खेत्र के लिया चाहिए जोड़ा साढ़े इस पानी नो फसलों मुकाबले ताकतवर भी आ। ठीक है, सो किसान जदों तक वह बदलना हल पेश नहीं करते उदों तक यह गल राह नहीं पैनी किसी, पर साडे किसान अंदोलन का दुखांत यह आ भी जदों भी किसान अंदोलन चलिया उन्होंने पंजाब के हकों नालों पंजाब के हितों नालों इन्हू तोड़ के सिर्फ आर्थिक पक्षों लड़ाई लड़ी आ। ठीक है, चाहे धर्म युद्ध मोर्चे के तुम देख लो उदो कीमत सूचकंक नाल फसलों के भाव जोड़ो धर्म युद्ध मोर्चे के मुकाबले किसान मोर्चा लग्या, उस तो बाद स्वामीनाथन कमीशन लई लंबा समा कम चलता रहा, हुण आखिर च यह आ गया भी उस तनखाह से कम कर जिहड़ा कम चल रहा साडा जी वह तो जारी रखो जी। इस करके जी लड़ाई आं पक्षी बदल की लड़ाई नी, यह लड़ाई यह है भी चाहे औखे रहो सौखे रहो जी, क्योंकि असी तो असा ढिड भरिया हुण तुसीं साडा सारा खरीदो जी। ए मसला इस रूप च हल नहीं होना। ठीक है, जिहड़ा हल केंद्र ने कढ़िया उहदा हल महल उह बणदा जिहड़ा मैं तुहानूं दस्सिया। ठीक है, लेकिन जे असीं गल करिए माली साहब नरेंद्र सिंह तोमर दी जिहड़े कि खेतीबाड़ी मंत्री ने, ਉਹ ਇਹ ਗੱਲ ਕਹਿ ਰਹੇ ਨੇ ਕਿ ਮੈਂ ਕਿਸੇ ਵੀ ਵਕਤ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਨ ਨੂੰ ਤਿਆਰ ਹਾਂ ਕਿ ਉਹਨਾਂ ਨੂੰ ਜੇ ਕੋਈ ਪਰੇਸ਼ਾਨੀ ਆ, ਉਹਨਾਂ ਨੂੰ ਜੇ ਕੋਈ ਲੱਗਦੀ ਹੈ ਕੋਈ ਗੱਲ ਕਿ ਇਹਨਾਂ ਬਿੱਲਾਂ ਦੇ ਵਿੱਚ ਕੋਈ ਉਹਨਾਂ ਦੇ ਕੋਈ ਉਹਨਾਂ ਦਾ ਉਹਨਾਂ ਨਾਲ ਸਹੀ ਨਹੀਂ ਹੋ ਰਿਹਾ ਤਾਂ ਉਹ ਗੱਲ ਕਰਨ ਨੂੰ ਤਿਆਰ ਆ, ਉਹ ਕਹਿੰਦੇ ਮੈਂ 24 ਘੰਟੇ ਗੱਲ ਕਰਨ ਨੂੰ ਤਿਆਰ ਹਾਂ। ਕੀ ਤੁਸੀਂ ਮੰਨਦੇ ਆ ਕਿ ਉਹਨਾਂ ਦਾ ਇਹ ਕਹਿਣਾ ਸਹੀ ਹੈ ਕਿ ਉਹ ਕਿਸਾਨਾਂ ਦੀ ਗੱਲ ਸੁਣ ਰਹੇ ਨੇ ਵਾਕਈ? ਦੇਖੋ ਜੀ, ਤੁਸੀਂ ਇਹ ਗੱਲ ਦੇਖੋ, ਇਹ ਜਿਹੜੀ ਸਰਕਾਰ ਆ ਨਾ ਜੀ, ਜੇ ਤੁਸੀਂ ਦਾ ਟਰੈਕ ਰਿਕਾਰਡ ਦੇਖੋ ਜੀ, ਇਹ ਝੂਠ ਬੋਲਣ ਦੀ ਗੱਲ ਬਦਲਣ ਦੀ ਬਹੁਤ ਵੱਡੀ ਮਾਹਰ ਆ ਜੀ। ਕਹਿੰਦੇ ਕੁਛ ਹੋਰ ਨੇ, ਕਰਦੇ ਕੁਛ ਹੋਰ ਨੇ। ਠੀਕ ਹੈ, ਜਿਵੇਂ ਬਾਬਾ ਨਾਨਕ ਨੇ ਵੀ ਕਿਹਾ, ਜਿਨ ਮਨ ਹੋਰ ਮੁੱਖ ਹੋਰ ਸੋ ਕਾਂਡੇ ਕੱਚਿਆ, ਕਾਂਡੇ ਕੱਚਿਆ, ਬਿਲਕੁਲ। ਕਿਸੇ ਇੱਕ ਗੱਲ ਤੇ ਤੁਸੀਂ ਇਹ ਦੇਖ ਲਓ, ਜਦੋਂ NCR ਦਾ ਰੌਲਾ ਚੱਲ ਰਿਹਾ ਸੀ, ਮੋਦੀ ਸਾਹਿਬ ਕਹਿੰਦੇ ਸੀ ਇਹ ਮਸਲਾ ਤਾਂ ਕਦੇ ਸਾਡੇ ਵਿਚਾਰ ਚ ਨਹੀਂ ਆਇਆ ਜੀ, NCR ਦਾ ਜੀ ਅਮਲੀ ਪੱਖੋਂ ਕੀ ਕੁਛ ਹੋ ਗਿਆ ਜੀ। ਹੁਣ ਅੱਜ ਕਿਸਾਨ ਆ ਜਿਹੜਾ ਪੰਜਾਬ ਜਾਮ ਆ, ਤੁਹਾਡਾ ਕੋਰੋਨਾ ਦੀਆਂ ਹਦਾਇਤਾਂ ਕਿੱਥੇ ਉੜ ਗਈਆਂ, ਲੱਖਾਂ ਲੋਕ ਸੜਕਾਂ ਤੇ ਬੈਠੇ ਨੇ, ਕਿੰਨੇ ਦਿਨਾਂ ਦੇ ਬੈਠੇ ਨੇ ਜੀ, ਤੁਸੀਂ ਹਾਲੇ ਇੰਨੀ ਬੇਸ਼ਰਮੀ ਨਾਲ ਕਹਿੰਦੇ ਜੇ ਕਿਸਾਨਾਂ ਨੂੰ ਕੋਈ ਤਕਲੀਫ ਆ ਜੀ, ਇਹਨਾਂ ਨੂੰ ਪਤਾ ਨੀ ਕਿ ਕਿਸਾਨਾਂ ਨੂੰ ਕੀ ਤਕਲੀਫ ਆ, ਮਸਲਾ ਕੀ ਆ? ਇਹਨਾਂ ਨੇ ਧੱਕੇ ਦੇ ਨਾਲ ਰਾਜ ਸਭਾ ਤੋਂ ਬਿੱਲ ਪਾਸ ਕਰਾ ਲਏ, ਜਿਵੇਂ ਪਾਸ ਕਰਾਏ ਨੇ ਤੁਸੀਂ, ਤੁਹਾਡੇ ਸਾਹਮਣੇ ਉਹ ਸਾਰਾ ਮਾਮਲਾ ਜੀ। ਹੁਣ ਇਹ
ਕਿਸਾਨ ਰੋਹ ਨੂੰ ਠੰਡਾ ਕਰਨਾ ਚਾਹੁੰਦੇ ਆ ਜੀ। ਉਹਦੇ ਕਰਕੇ ਇਹ ਕਹਿਣ ਦੀ ਗੱਲ ਇਹਨਾਂ ਦੀ, ਇਹਨਾਂ ਨੇ ਕਿਸਾਨ, ਇਹਨਾਂ ਨੇ ਕਰਨਾ ਕੀ ਆ ਹੁਣ ਮੈਂ ਤੁਹਾਨੂੰ ਦੱਸਦਾ ਜੀ। ਤੁਰੰਤ ਇਹ ਖਰੀਦ ਬੰਦ ਨਹੀਂ ਕਰਨਗੇ ਜੀ, ਇੱਕ ਦੋ ਸੀਜ਼ਨ ਜਾਂ ਇੱਕ ਦੋ ਸਾਲ ਇਹਨਾਂ ਨੇ ਕਣਕ ਝੋਨੇ ਦੀ ਖਰੀਦ ਕਰ ਲੈਣੀ ਹੈ ਜਿਵੇਂ ਪਹਿਲਾਂ ਕਰਦੇ ਆਉਂਦੇ ਸੀ, ਪਰ ਉਸੇ ਸਮੇਂ ਦੌਰਾਨ ਦੂਜਾ ਦਾਣਾ ਵਾਲਾ ਇਹਨਾਂ ਨੇ ਇੰਨਾ ਬੁਣ ਲੈਣਾ ਕਿ ਮੁੜ ਕੇ ਫਿਰ ਕਿਸਾਨ ਕੋਲੇ ਕੋਈ ਰਾਹ ਨੀ ਲੈਣਾ ਕਣਕ ਤੇ ਝੋਨਾ ਜਦੋਂ ਮੰਡੀਆਂ ਚ ਬਣਾਉਣ, ਜਦੋਂ ਕਹਿੰਦੇ ਨੇ ਜੀ ਸਾਡੇ ਕੋਲੇ ਰੱਖਣ ਨੂੰ ਥਾਂ ਨੀ, ਸਾਡੇ ਕੋਲ ਸਾਂਭਣ ਨੂੰ ਥਾਂ ਨੀ। ਹੁਣ ਜੇ ਆਪਾਂ ਉਹ ਤਰਕ ਨੀ ਨਾ ਜੀ ਚੱਲਦਾ ਜਿਵੇਂ ਸਿੱਖ ਕਹਿੰਦੇ ਨੇ ਅਸੀਂ ਦੇਸ਼ ਲਈ 90% ਕੁਰਬਾਨੀਆਂ ਕੀਤੀਆਂ, ਜਾਂ ਤਾਂ ਤੁਸੀਂ ਉਦੋਂ ਕੁਰਬਾਨੀਆਂ ਕਰਨ ਵੇਲੇ ਆਪਣੀ ਕੋਈ ਠੋਸ ਮੰਗ ਰੱਖਦੇ ਸਾਨੂੰ ਆਹ ਚਾਹੀਦਾ ਇਹਦੇ ਬਦਲੇ, ਉਦੋਂ ਤੁਸੀਂ ਰੱਖੀ ਨੀ, ਤੁਸੀਂ ਦੇਸ਼ ਲਈ ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਸ਼ਾਬਾਸ਼ੀ ਬਹੁਤ ਵਧੀਆ ਕੀਤਾ ਜੀ, ਦੇਸ਼ ਆਜ਼ਾਦ ਹੋ ਗਿਆ। ਠੀਕ ਹੈ, ਮਤਲਬ ਕਿ ਹੱਲਾ ਸ਼ੇਰੀ ਮਿਲਦੀ ਰਹੀ ਹੈ ਸਾਨੂੰ ਸ਼ੁਰੂ ਤੋਂ ਹੀ, ਕਹਿੰਦੇ ਅਸੀਂ ਕਿਸਾਨ ਕਹਿੰਦੇ ਅਸੀਂ ਢਿੱਡ ਭਰਿਆ ਦੇਸ਼ ਦਾ, ਉਹ ਕਹਿੰਦੇ ਸ਼ਾਬਾਸ਼ ਜੀ ਭਰਿਆ, ਪਰ ਹੁਣ ਸਾਨੂੰ ਨਹੀਂ ਲੋੜ, ਹੁਣ ਛੋਟੀਆਂ ਬੋਰੀਆਂ ਅਸੀਂ ਆਪਣੇ ਸਿਰ ਤੇ ਕਿਉਂ ਚੱਕੀਏ। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸਾਨੂੰ ਮੈਡਲ ਤਾਂ ਬਹੁਤ ਮਿਲੇ ਆ, ਪਰ ਸਾਨੂੰ ਉਹਨਾਂ ਮੈਡਲਾਂ ਦਾ ਜੋ ਅਸਲੀ ਜੋ ਹੱਕ ਹੁੰਦਾ ਉਹ ਨਹੀਂ ਮਿਲਿਆ, ਹੱਲਾਸ਼ੇਰੀ ਬਹੁਤ ਮਿਲੀ ਆ, ਸਟਾਰ ਸਾਡੇ ਬਹੁਤ ਲੱਗ ਗਏ ਆ। ਮਤਲਬ ਸਾਨੂੰ ਥਾਪੀਆਂ ਦੇ ਕੇ ਜੋ ਅਸੀਂ ਕੀਤਾ ਮੋੜਵੇ ਰੂਪ ਸਾਨੂੰ ਤਬਾਹੀ ਮਿਲੀ ਉਹਦੀ। ਤੁਸੀਂ ਇਹ ਦੇਖੋ ਵੀ ਪੰਜਾਬ ਉਹ ਧਰਤ ਆ ਜਿੱਥੇ ਬਾਬੇ ਨਾਨਕ ਨੇ ਸੰਦੇਸ਼ ਦਿੱਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਜੀ, ਅਸੀਂ ਪਾਣੀ ਵੀ ਗਵਾ ਲਿਆ ਜੀ, ਜ਼ਹਿਰੀਲਾ ਕਰ ਲਿਆ ਜੀ, ਧਰਤੀ ਦੀ ਉਪਜਾਊ ਸ਼ਕਤੀ ਵੀ ਅਸੀਂ ਗਵਾ ਲਈ, ਕੀਟਨਾਸ਼ਕਾਂ ਰਾਹੀਂ ਵਾਤਾਵਰਨ ਦੀ ਗੰਧਲਾ ਕਰ ਲਿਆ, ਸਿੱਟਾ ਤਾਂ ਸਾਨੂੰ ਇਹ ਮਿਲਿਆ ਜੀ। ਅਸੀਂ ਤਾਂ ਮਤਲਬ ਇੱਕ ਜਨਰਲ ਜਿਹੜੀ ਸਮੂਹਕ ਹੱਤੇ ਵਾਲੀ ਗੱਲ ਆ, ਸਮੂਹਕ ਮੌਤ ਵਾਲਾ ਮਾਮਲਾ, ਉਹ ਪੰਜਾਬ ਦੇ ਵਿੱਚ ਅਸੀਂ ਸਹੇੜ ਕੇ ਖੜਾ ਕਰ ਲਿਆ, ਤੇ ਹੁਣ ਸਾਡੀ ਬਾਹ ਫੜਨ ਵਾਲਾ ਕੋਈ ਹੈ ਨੀ। ਇਹਦੇ ਵਿੱਚ ਇਕੱਲੀ ਕੇਂਦਰ ਸਰਕਾਰ ਨੀ ਜ਼ਿੰਮੇਵਾਰ, ਮੈਂ ਕਹਿੰਦਾ ਰਾਜ ਸਰਕਾਰਾਂ ਵੀ ਨੇ, ਜੋ ਵੀ ਰਹੀਆਂ ਹੋਣ ਉਹ ਵੀ ਜ਼ਿੰਮੇਵਾਰ ਨੇ, ਜਿਹਨਾਂ ਨੇ ਇਹ ਜਿਹੜੀ ਆਫ਼ਤ ਵਾਰ ਵਾਰ ਸਾਹਮਣੇ ਸੀ, ਇਹ ਆਫ਼ਤ ਆ ਰਹੀ ਆ, ਇਹ ਆ ਰਹੀ ਆ। ਤੁਸੀਂ ਪੰਜ ਛੇ ਸਾਲ ਤਾਂ ਰਾਜ ਕਰਕੇ ਤੱਕ ਵੀ ਤੈਨੂੰ ਰੋਟੀ ਜੋਗਾ ਵੀ ਨੀ ਛੱਡਣਾ, ਕਿਸਾਨਾਂ ਸਕੀਮਾਂ ਸਰਕਾਰ ਦੀਆਂ ਜਿਹਨਾਂ ਫਸਲਾਂ ਨੂੰ ਮੁੱਲ ਲੈਣ ਤੋਂ ਵੀ ਹੱਥ ਖਿੱਚ ਲੈਣੇ ਨੇ, ਜਦੋਂ ਲੋਕਾਂ ਨੂੰ ਇਹ ਦਿਸ ਰਿਹਾ ਸੀ ਉਦੋਂ ਕਿਸਾਨ ਲੀਡਰਸ਼ਿਪ ਨੂੰ, ਸਿਆਸੀ ਲੀਡਰਸ਼ਿਪ ਨੂੰ ਇਹ ਗੱਲਾਂ ਕਿਉਂ ਨੀ ਸਾਹਮਣੇ ਲਿਆ ਰਹੇ ਸੀ ਜੀ। ਤੇ ਮਾਲੀ ਸਾਹਿਬ ਹੁਣ ਕੀ ਹੋ ਸਕਦਾ ਕਿ ਕਦੇ ਇਤਿਹਾਸ ਵਿੱਚ ਇੱਦਾਂ ਹੋਇਆ ਕਿ ਕੋਈ ਬਿੱਲ ਇੱਦਾਂ ਪਾਸ ਹੋ ਗਿਆ ਹੋਵੇ ਦੋਨਾਂ ਸਦਨਾਂ ਦੇ ਵਿੱਚ, ਤੇ ਉਸ ਤੋਂ ਬਾਅਦ ਰਾਸ਼ਟਰਪਤੀ ਦੇ ਕੋਲ ਜਦੋਂ ਦਰਖਾਸਤਾਂ ਗਈਆਂ ਹੋਣ, ਬੇਨਤੀਆਂ ਗਈਆਂ ਹੋਣ, ਰੋਹ ਇੰਨਾ ਵਧਿਆ ਹੋਵੇ ਜਨਤਾ ਦਾ ਕਿ ਕਦੇ ਇੱਦਾਂ ਇਤਿਹਾਸ ਦੇ ਵਿੱਚ ਆਇਆ ਸਾਡੇ ਭਾਰਤ ਦੇ ਕਿ ਰਾਸ਼ਟਰਪਤੀ ਨੇ ਦੁਬਾਰਾ ਇਹ ਕਿਹਾ ਹੋਵੇ ਕਿ ਦੁਬਾਰਾ ਇਸ ਨੂੰ ਸਦਨ ਦੇ ਵਿੱਚ ਚਰਚਾ ਦੇ ਵਿੱਚ ਦੁਬਾਰਾ ਭੇਜਿਆ ਜਾਵੇ। ਦੇਖੋ ਇੱਕ ਘਟਨਾ ਮੇਰੇ ਯਾਦ ਆ, ਜਦੋਂ ਗਿਆਨੀ ਜੈਲ ਸਿੰਘ ਤੇ ਰਾਜੀਵ ਗਾਂਧੀ ਦਾ ਆਪਸੀ ਤਕਰਾਰ ਹੋਇਆ ਸੀ, ਉਦੋਂ ਇੱਕ ਬਿੱਲ ਸੀ ਜਿਹੜਾ ਮੈਨੂੰ ਲੱਗਦਾ ਸ਼ਾਇਦ ਆਪਣਾ ਟਰਾਈ ਬਾਰੇ ਜਾਂ ਟੈਲੀਫੋਨਾਂ ਬਾਰੇ ਸੰਚਾਰ ਬਾਰੇ ਸੀ ਬਿੱਲ, ਗਿਆਨੀ ਜੈਲ ਸਿੰਘ ਨੇ ਵਾਪਸ ਭੇਜਿਆ ਸੀ, ਉਦੋਂ ਪਹਿਲਾਂ ਵੀ ਭੇਜੇ ਹੋ ਸਕਦੇ ਆ ਵਾਪਸ, ਕਿਉਂਕਿ ਉਦੋਂ ਇੰਨਾ ਟਕਰਾਅ ਦਾ ਮਾਹੌਲ ਨੀ ਹੁੰਦਾ ਸੀ, ਸੋਧਾਂ ਦਾ ਸਧਾਰਨ ਗੱਲਾਂ ਦਾ ਵਿਰੋਧ ਹੁੰਦਾ ਸੀ, ਤੇ ਉਹ ਸਰਕਾਰਾਂ ਕਈ ਵਾਰ ਰਾਸ਼ਟਰਪਤੀ ਦੀ ਗੱਲ ਨੂੰ ਵਜਨ ਵੀ ਦਿੰਦੀਆਂ ਸੀ, ਪਰ ਜਿਹੜੇ ਪਿੰਤੜੇ ਤੇ ਸਰਕਾਰ ਚੱਲ ਰਹੀ ਆ, ਠੀਕ ਹੈ, ਪਹਿਲੀ ਗੱਲ ਤਾਂ ਰਾਸ਼ਟਰਪਤੀ ਸਾਹਿਬ ਨੂੰ ਜਿੰਨਾ ਕੁ ਅਸੀਂ ਜਾਣਦੇ ਹਾਂ ਉਹਨਾਂ ਦਾ ਆਪਦਾ ਕੋਈ ਵਿਜਨ ਵੀ ਉਹ ਵਾਪਸ ਭੇਜਣਗੇ, ਠੀਕ ਹੈ। ਦੂਜੀ ਗੱਲ, ਜਿਹੜੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਜਿਹਨੂੰ ਆਪਾਂ ਕਹਿ ਦਈਏ ਗੋਡੇ ਹੇਠਾਂ ਕਰ ਰੱਖਿਆ ਹੋਵੇ, ਠੀਕ ਹੈ, ਤੇ ਉੱਥੇ ਜਦੋਂ ਇਹੋ ਜਿਹੇ ਫੈਸਲੇ ਦਿੱਤੇ ਜਾ ਰਹੇ ਹੋਣ ਅਯੁੱਧਿਆ ਵਰਗੇ ਵੀ ਦੇਸ਼ ਦੀ ਭਾਵਨਾ ਅਨੁਸਾਰ ਇਹ ਬਣਦਾ, ਆਪਣੀ ਮਸਜਿਦ ਧੋਣੀ ਗਲਤ ਸੀ, ਆਹ ਗੱਲ ਵੀ ਗਲਤ ਸੀ, ਪਰ ਹੁਣ ਉੱਥੇ ਮੰਦਿਰ ਬਣਾ ਦੇਣਾ ਚਾਹੀਦਾ, ਇਹੋ ਜਿਹੇ ਸਮਿਆਂ ਚ ਜੇ ਟਕਰਾਅ ਦੇ ਸਮਿਆਂ ਚ ਰਾਸ਼ਟਰਪਤੀ ਹੈ ਜਿਹੜਾ ਉਹ ਅਜਿਹਾ ਜਿਹਾ ਕਦਮ ਮੈਨੂੰ ਲੱਗਦਾ ਨਹੀਂ ਲੋਕ ਵਾਪਸ ਭੇਜਣ ਵਾਲਾ, ਕਿਉਂਕਿ ਉਹਨਾਂ ਨੂੰ ਸਰਕਾਰ ਦਾ ਇਰਾਦਾ ਦਿਸ ਰਿਹਾ, ਸਰਕਾਰ ਦੀ ਜਿੱਦ ਦਿਸ ਰਹੀ ਆ, ਜਿਹੜੀ ਬਿਲਕੁਲ ਨਾ ਸਿਰਫ ਅੰਦੋਲਨ ਜੀ ਉਹਨੇ ਗੱਲ ਨੀ ਸੁਣੀ, ਵਿਰੋਧੀ ਧਿਰ ਨੂੰ ਵੀ ਉਹਨੇ ਇੱਕ ਹਿਸਾਬ ਨਾਲ ਰਗੜ ਕੇ ਰੱਖਤਾ, ਪੂੰਝ ਕੇ ਰੱਖਤਾ, ਰਾਜ ਸਭਾ ਚ ਘੱਟ ਗਿਣਤੀ ਹੋਣ ਦੇ ਬਾਵਜੂਦ ਡੰਡੇ ਦੇ ਜ਼ੋਰ ਨਾਲ 3 ਬਿੱਲ ਪਾਸ ਕਰਾ ਲਏ, ਠੀਕ ਹੈ। ਸੋ ਹੁਣ ਜੇ ਕਿਸਾਨਾਂ ਦਾ ਰੋਹ ਵੱਧਦਾ ਹੈ, ਪੂਰੇ ਨਾਰਥ ਇੰਡੀਆ ਦੇ ਵਿੱਚ ਤਾਂ ਚੱਲੇ ਰਿਹਾ, ਪੰਜਾਬ ਦੇ ਹਰਿਆਣਾ ਦੇ ਵਿੱਚ ਤਾਂ ਚੱਲੇ ਰਿਹਾ, ਕੱਲ ਮੇਰੀ ਇੱਕ ਹਰਿਆਣੇ ਦੇ ਕਿਸਾਨਾਂ ਦੇ ਨਾਲ ਵੀ ਗੱਲ ਹੋਈ ਹੈ, ਉਹਨਾਂ ਨੇ ਵੀ ਕਿਹਾ ਕਿ ਇੱਥੇ ਬਹੁਤ ਜ਼ਿਆਦਾ ਰੋਹ ਵੱਧਦਾ ਜਾ ਰਿਹਾ, ਔਰ ਖਾਸ ਤੌਰ ਦੇ ਉੱਤੇ ਜਦੋਂ ਗੱਲ ਕੀਤੀ ਮੈਂ ਮੱਕੀ ਦੀ, ਉਹ ਕਹਿੰਦੇ ਕਿ ਜਿਹੜੀ ਪੰਚਾਇਤੀ ਜ਼ਮੀਨਾਂ ਹੁੰਦੀਆਂ ਜਦੋਂ ਸਾਨੂੰ ਅਸੀਂ ਠੇਕੇ ਵਗੈਰਾ ਤੇ ਲੈਂਦੇ ਹਾਂ ਤਾਂ ਸਾਨੂੰ ਇਹ ਕਿਹਾ ਜਾਂਦਾ ਤੁਸੀਂ ਇੱਥੇ ਜੀਰੀ ਨਹੀਂ ਬੀਜ ਸਕਦੇ,
ਝੋਨਾ ਨਹੀਂ ਬੀਜ ਸਕਦੇ, ਤੁਹਾਨੂੰ ਮੱਕੀ ਬੀਜਣੀ ਪੈਣੀ ਆ। ਤੇ ਜਦੋਂ ਮੱਕੀ ਵਗੈਰਾ ਜਾਂ ਹੋਰ ਕੋਈ ਫਸਲ ਬੀਜਦੀ ਆ ਤੇ ਹੁਣ ਅਸੀਂ ਜਦੋਂ ਕਹਿੰਦੇ ਕਿਸਾਨ ਮੰਡੀ ਵਿੱਚ ਲੈ ਕੇ ਜਾਂਦੇ ਤੇ ਸਾਨੂੰ ਉਹਦਾ ਮੁੱਲ ਨਹੀਂ ਮਿਲਦਾ। ਤੇ ਮੈਂ ਹੋਰ ਵੀ ਗੱਲ ਕੀਤੀ, ਕਹਿੰਦੇ ਇਹ ਜਿਹੜੇ ਬਿੱਲ ਪਾਸ ਹੋ ਚੁੱਕੇ ਆ ਹੁਣ ਆੜਤੀਏ ਮੰਡੀਆਂ ਦੇ ਵਿੱਚ, ਕਿਉਂਕਿ ਝੋਨੇ ਦੇ ਵਾਢੀ ਦਾ ਮੌਸਮ ਚੱਲ ਰਿਹਾ ਇਸ ਵਕਤ, ਕਹਿੰਦੇ ਅਸੀਂ ਮੰਡੀਆਂ ਦੇ ਵਿੱਚ ਜਾ ਰਹੇ ਹਾਂ ਤੇ ਮੰਡੀਆਂ ਦੇ ਵਿੱਚ ਹੁਣ ਇਹ ਹਾਲ ਹੈ ਕਿ ਆੜਤੀਏ ਜਿਹੜੀ ਸਾਡੀ ਵਣਜ ਹੈ ਜਿਹੜੀ ਅਸੀਂ ਲੈ ਕੇ ਜਾ ਰਹੇ ਹਾਂ ਉਹ ਚੱਕ ਨਹੀਂ ਰਹੇ। ਨਹੀਂ, ਦੋ ਗੱਲਾਂ ਨੇ ਜੀ ਇਹਦੇ ਵਿੱਚ। ਦੇਖੋ, ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਕਹਿੰਦੇ ਨੇ ਨਾ MSP ਜਾਰੀ ਰਹੂਗਾ, ਇਹ ਸਭ ਤੋਂ ਵੱਡਾ ਧੋਖਾ ਜੀ। MSP ਹੁਣ ਵੀ ਜਾਰੀ ਆ ਜੀ, ਹੁਣ ਵੀ 23 ਫਸਲਾਂ ਤੇ MSP ਜਾਰੀ ਆ ਜੀ ਜੀ, ਪਰ ਉਹਨਾਂ ਤੇ ਖਰੀਦ ਦੀ ਗਰੰਟੀ ਕੋਈ ਨਹੀਂ। ਮਲੀ ਸਾਹਿਬ, ਇਹ ਇੰਨੀ 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 ਸਪਸ਼ਟ ਗੱਲ ਹੈਗੀ ਹੈ ਇਹ, ਪੰਜਾਬ ਚ ਨਰਮਾ ਰੋਲ ਰਿਹਾ ਤੁਹਾਡੇ ਸਾਹਮਣੇ, ਬਾਸਪਤੀ ਰੋਲ ਰਹੀ ਹੈ ਤੁਹਾਡੇ ਸਾਹਮਣੇ ਜੀ, ਮੱਕੀ ਰੋਲੀ ਆ ਤੁਹਾਡੇ ਸਾਹਮਣੇ। ਇਹ ਤਾਂ ਮਿਨੀਮਮ ਜਿਹੜੀ ਮੁੱਲ ਵੀ ਗਰੰਟੀ ਆ, ਇਹ ਸਿਰਫ ਕਣਕ ਤੇ ਝੋਨੇ ਦੀ ਆ ਜੀ। ਹੋਣਾ ਇਹ ਆ, ਮਤਲਬ ਕਿ ਮਾਲੀ ਸਾਹਿਬ ਤੁਹਾਡੇ ਕਹਿਣ ਦਾ ਮਤਲਬ ਆ ਕਿ MSP ਰੱਖਣ ਨਾਲ ਕੋਈ ਕੋਈ ਉਹਦਾ ਫਾਇਦਾ ਨਹੀਂ ਹੈਗਾ, ਕੋਈ ਇਹਦੇ ਮਾਇਨੇ ਨਹੀਂ ਹੈਗੇ ਜਦੋਂ ਤੱਕ ਸਰਕਾਰੀ ਖਰੀਦ ਨਹੀਂ ਪੱਕੀ ਹੁੰਦੀ। ਹਾਂ, ਦੋ ਗੱਲਾਂ ਹੋਣ ਨਾਲ ਵੀ, ਇੱਕ ਤਾਂ ਸਰਕਾਰੀ ਖਰੀਦ ਪੱਕੀ ਹੋਵੇ, ਗਰੰਟੀ ਹੋਵੇ, ਦੂਜਾ ਇਹ ਹੋਵੇ ਵੀ ਪ੍ਰਾਈਵੇਟ ਧਿਰਾਂ ਨੇ ਉਹ ਘੱਟੋ ਘੱਟ ਖਰੀਦ ਮੁੱਲ ਤੋਂ ਘੱਟ ਨਹੀਂ ਖਰੀਦ ਸਕਣਗੀਆਂ। ਠੀਕ ਹੈ, ਜਿਹੜਾ ਕੋਈ ਖਰੀਦੋ ਉਹਨੂੰ ਜੁਰਮਾਨਾ ਹੋਊ ਜਾਂ ਕੇਸ ਹੋਊ ਜਾਂ ਮੁਕੱਦਮਾ ਚੱਲੂ। ਠੀਕ ਹੈ ਠੀਕ ਹੈ, ਮਤਲਬ ਕਿ ਇੱਕ ਕਾਨੂੰਨ ਇਹ ਇਹਨਾਂ ਦੇ ਉੱਤੇ ਕਾਨੂੰਨ ਬਣਨਾ ਚਾਹੀਦਾ ਇੱਕ। ਤੁਸੀਂ ਪੰਜਾਬ ਚ ਦੇਖ ਲਓ ਜੀ, ਮੱਕੀ ਆ ਜਿਹੜੀ ਜੀ, ਇਹਦਾ 1850 ਰੁਪਏ ਕੁਇੰਟਲ ਦਾ। ਬਿਲਕੁਲ ਬਿਲਕੁਲ, 1850 ਰੁਪਏ ਕੁਇੰਟਲ ਸੁੱਕੀ ਮੱਕੀ ਦਾ ਜੀ। ਪਰ ਕਿਉਂਕਿ ਜਿਹੜੀ ਇਹ ਬੇਮੌਸਮੀ ਮੱਕੀ ਜਾਂਦੀ ਆ, ਇਹ ਗਿੱਲੀ ਹੁੰਦੀ ਆ, ਇਹ 30% ਨਮੀ ਹੁੰਦੀ ਆ ਜੀ, ਤਾਂ ਵੀ ਉਹਦਾ ਘੱਟ ਤੋਂ ਘੱਟ ਖਰੀਦ ਮੁੱਲਾ ਜਿਹੜਾ 1200 ਚਾਹੀਦਾ, 1300 ਜੀ ਜੀ। ਜੇ ਆਪਾਂ ਨਮੀ ਕੱਢ ਵੀ ਲਈਏ ਤੇ 700 ਰੁਪਏ 800 ਰੁਪਏ ਖਰੀਦੀ ਗਈ ਆ ਜੀ, ਤੇ ਜਿਹੜੀ ਸੁੱਕੀ ਮੱਕੀ ਆ ਉਹ 1100 ਰੁਪਏ ਖਰੀਦੀ ਜਾ ਰਹੀ ਆ ਜੀ। ਹਰਿਆਣੇ ਨੇ ਇਹ ਗੱਲ ਕੀਤੀ ਆ, ਜਿਹੜੀ ਤੁਸੀਂ ਕਹਿੰਦੇ ਹੋ ਹਰਿਆਣੇ ਨੇ ਇਹ ਗੱਲ ਕੀਤੀ ਆ, ਪਰ ਗੱਲ ਤਾਂ ਇਹ ਹੈ ਨਾ ਵੀ ਜਿਹੜੀ ਤੁਸੀਂ ਕਹਿੰਦੇ ਮੱਕੀ ਬੀਜੋ ਉਹਨੂੰ ਖਰੀਦੋ ਕੌਣ ਆ? ਬਿਲਕੁਲ ਬਿਲਕੁਲ, ਘੱਟੋ ਘੱਟ ਭਾਅ ਤੇ ਖਰੀਦ ਦੀ ਗਰੰਟੀ ਤਾਂ ਕਰੋ ਨਾ ਜੀ। ਬਿਲਕੁਲ ਬਿਲਕੁਲ, ਤੇ ਹਾਲ ਹੀ ਦੇ ਵਿੱਚ ਕਰੋਨਾ ਦੇ ਕਾਰਨ ਜਿਹੜਾ ਪੋਲਟਰੀ ਦਾ ਕੰਮ ਇੰਨਾ ਜ਼ਿਆਦਾ ਘਟ ਗਿਆ ਹੈ, ਕਿਉਂਕਿ ਫੀਡ ਜਿਹੜੀ ਜਾਂਦੀ ਸੀਗੀ ਉਹ ਮੱਕੀ ਦੀ ਜਾਂਦੀ ਸੀਗੀ ਪੋਲਟਰੀ ਨੂੰ, ਤੇ ਜਿਹਦੇ ਕਾਰਨ ਫੀਡ ਵੀ ਘਟ ਗਈ ਹੈ, ਤੇ ਜਿਹਦੇ ਕਾਰਨ ਉਹ ਸਾਰਾ ਦਾ ਸਾਰਾ ਅਸਰ ਜਿਹੜਾ ਪਿਆ ਜਾ ਕੇ ਉਹ ਕਿਸਾਨਾਂ ਦੇ ਉੱਤੇ ਪਿਆ। ਕਿਸਾਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਜਿਹੜੀ ਜਿੱਦਾਂ ਮਾਲੀ ਸਾਹਿਬ ਨੇ ਦੱਸਿਆ ਕਿ 1800 ਰੁਪਏ ਜਿਹੜਾ ਰੇਟ ਹੈਗਾ ਮੱਕੀ ਦਾ, ਉਹ ਕਿਤੇ 900 ਰੁਪਏ ਵੀ ਵਿਕ ਰਹੀ ਹੈ, ਤੇ ਉਹ ਤੋਂ ਵੀ ਘੱਟ ਕਿਤੇ ਕਿਤੇ ਵਿਕ ਰਹੀ ਹੈ। ਤੁਸੀਂ ਪੰਜਾਬ ਦੇ ਵਿੱਚ ਨਰਮਾ ਦੇਖ ਲਓ ਜੀ, ਅੰਕੜੇ ਆ ਰਹੇ ਨੇ ਜਿਹਦਾ 5500 ਰੁਪਏ ਭਾਅ, 5500 ਰੁਪਏ ਭਾਅ, ਉਹ ਕਿਤੇ 3000 ਵਿਕ ਰਿਹਾ, ਕਿਤੇ 3500 ਵਿਕ ਰਿਹਾ। ਕਾਟਨ ਕਾਰਪੋਰੇਸ਼ਨ ਆ ਜਿਹੜੀ, ਉਹ ਦਾਖਲੇ ਨਹੀਂ ਹੋ ਰਹੀ ਮੰਡੀਆਂ ਚ ਜੀ। ਮਾਲੀ ਸਾਹਿਬ, ਹੁਣ ਫਿਰ ਕਿੱਦਾਂ ਹੋਊਗਾ? ਜਿੱਦਾਂ ਹੁਣ ਬਿੱਲ ਤਾਂ ਚਲੋ ਪਾਸ ਕਰਤੇ, ਤੇ ਆੜਤੀਏ ਵੀ ਹਲੇ ਹੁਣ ਭੰਬਲ ਭੁੱਸੇ ਦੇ ਵਿੱਚ ਆ, ਵੀ ਹੁਣ ਕੀ ਹੋਊਗਾ ਇਹਦਾ ਹੱਲ? ਤੇ ਮੰਡੀਆਂ ਦੇ ਵਿੱਚ ਕਿਸਾਨ ਆਪਣੀ ਵਣਜ ਨੂੰ ਲੈ ਕੇ ਜਾਣ ਨੂੰ ਘਬਰਾਇਆ ਹੋਇਆ, ਕਿਉਂਕਿ ਮੈਂ ਕੱਲ ਗੱਲ ਕੀਤੀ, ਉਹ ਕਹਿੰਦੇ ਕਿ ਅਸੀਂ ਤਾਂ ਮੰਡੀ ਦੇ ਵਿੱਚ ਲੈ ਕੇ ਹੀ ਨਹੀਂ ਗਏ ਹਲੇ, ਕਿ ਜਦੋਂ ਤੱਕ ਇਹ ਰੌਲਾ ਨਹੀਂ ਖਤਮ ਹੁੰਦਾ, ਕਿਉਂਕਿ ਕਹਿੰਦੇ ਆ ਕਿ ਮੰਡੀਆਂ ਦੇ ਵਿੱਚ ਆੜਤੀਏ ਕਹਿੰਦੇ ਆ ਕਿ ਫਸਲ ਅਸੀਂ ਹੁਣ ਚੱਕ ਨਹੀਂ ਸਕਦੇ ਹਲੇ, ਇੱਦਾਂ ਤੁਹਾਡੀ ਜਿਹੜੀ ਹੈਗੀ ਆ। ਤੇ ਹੁਣ ਕੀ ਕਿੱਦਾਂ ਵੇਖਦੇ ਆ ਕਿ ਮੰਡੀਆਂ ਦੇ ਵਿੱਚ ਕੀ ਹਾਲ ਹੋਊਗਾ ਕਿਸਾਨ ਦਾ ਜਾਂ ਆੜਤੀਏ ਦਾ, ਕਿਉਂਕਿ ਆੜਤੀਏ ਨਾਲ ਵੀ ਜੁੜਿਆ ਹੋਇਆ ਹੈ ਮਾਮਲਾ, ਤਾਂ ਕੀ ਕਿੱਦਾਂ ਹੋਊਗਾ ਸਾਰਾ ਸਿਲਸਿਲਾ ਹੁਣ ਅੱਗੇ? ਮੈਨੂੰ ਮੈਨੂੰ ਇਹ ਮਹਿਸੂਸ ਹੁੰਦਾ ਫੌਰੀ ਤੌਰ ਤੇ ਇਹਦਾ ਕੋਈ ਵੱਡਾ ਫਰਕ ਨਹੀਂ ਪਾਉਣਾ ਜੀ। ਫੌਰੀ ਤੌਰ ਤੇ CC ਲਿਮਿਟ ਵੀ ਜਾਰੀ ਹੋਊਗੀ, ਇਹ ਖਰੀਦੀਆਂ ਵੀ ਜਾਣਗੀਆਂ ਫੌਰੀ ਤੌਰ ਤੇ, ਇੱਕ ਜਾਂ ਦੋ ਸੀਜ਼ਨ। ਇਹ ਵੀ ਹੋ ਸਕਦਾ ਵੀ ਇਹ 2024 ਤੱਕ ਕਿਵੇਂ, ਇਹਦਾ ਫਰਕ ਕੀ ਪੈਣਾ ਜੀ ਜਦੋਂ ਇਹਨਾਂ ਨੇ ਹੁਣ ਦੇਖੋ ਸਾਰੀਆਂ ਪਾਰਟੀਆਂ ਤੇ ਕਿਸਾਨ, ਉਹਨਾਂ ਦਾ ਏਜੰਡਾ ਇੱਕ ਹੋ ਗਿਆ, ਖੇਤੀ ਬਿੱਲ ਵਾਪਸ ਲਓ। ਠੀਕ ਹੈ, ਹਾਂਜੀ ਬਿਲਕੁਲ, ਉਹਨਾਂ ਦਾ ਏਜੰਡਾ ਇਹ ਤਾਂ ਹੈ ਨੀ ਵੀ ਇਹਦਾ ਹੱਲ ਕੀ ਆ। ਜਿਹੜਾ ਜਿਹੜਾ ਕਣਕ ਤੇ ਝੋਨੇ ਦਾ ਖੇਤੀ ਮਾਡਲ ਆ, ਇਹ ਪੰਜਾਬ ਨੂੰ ਵੀ ਬਰਬਾਦ ਕਰ ਰਿਹਾ। ਪੰਜਾਬ ਬੀਜ ਦੀ ਲੋੜ ਹੈ, ਇਹਨੂੰ ਬਦਲਿਆ ਜਾਵੇ। ਉਹ ਬਦਲਣ ਖਾਤਰ ਤੁਹਾਡੇ ਕੋਲੇ ਕੋਈ ਸਿਆਸੀ ਨੀਤੀ ਪਾਲਸੀਆਂ ਹੈ ਨੀ। ਜਦੋਂ ਹੁਣ ਸਾਰੀਆਂ ਪਾਰਟੀਆਂ ਦਾ ਏਜੰਡਾ ਇਕੱਠਾ ਹੋ ਗਿਆ, ਇਹਨਾਂ ਨੇ ਝੋਨੇ ਦੀ ਖਰੀਦ ਸ਼ੁਰੂ ਕਰਤੀ, ਅੱਧੇ ਤਾਂ ਉਸੀ ਸਲਿੱਪ ਕੱਢ ਜਾਣਗੇ। ਆਹ ਦੇਖੋ ਜੀ, ਅਮਲੀ ਤੌਰ ਤੇ ਕਿਸਾਨਾਂ ਤੇ ਕੋਈ ਫਰਕ ਨੀ ਪਿਆ। ਆਹ ਦੇਖੋ ਜੀ, ਖਰੀਦ ਤਾਂ ਹੋਗੀ, ਅੰਦੋਲਨ ਦੀ ਫੁੱਟ ਪੈ ਜਾਣੀ ਅੰਦੋਲਨ ਚ, ਕੋਈ ਕਿਸਾਨ ਤੇ ਕਦਮ ਨਾ ਲੈਣਗੇ ਵੀ ਜਦੋਂ ਇਹਨਾਂ ਆਰਡੀਨੈਂਸਾਂ ਦਾ ਆਪਣੇ ਚ ਕੋਈ ਫਰਕ ਹੀ ਨੀ ਪਿਆ ਜੀ। ਆਪਣਾ ਕਣਕ ਤੇ ਝੋਨਾ ਪਹਿਲਾਂ ਵਾਂਗੂ ਖਰੀਦਿਆ ਜਾ ਰਿਹਾ, ਕਾਹਨੂੰ ਆਪਾਂ ਇਸ ਪਾਸੇ ਤੁਰਦੇ ਹਾਂ? ਦੂਜਾ, ਕਿਸਾਨਾਂ ਨੇ ਜਿਹੜਾ ਆਪਣਾ ਅੰਦੋਲਨ ਆ ਉਹ ਕੇਂਦਰ ਦੇ ਖਿਲਾਫ਼ ਤੇ। ਮਾਲੀ ਸਾਹਿਬ, ਲੱਗ ਜਾਏ ਕਿਸੇ ਤਕਨੀਕੀ ਖਰਾਬੀ ਦੇ ਕਾਰਨ ਮਾਲੀ ਸਾਹਿਬ ਤੋਂ ਸੰਪਰਕ ਟੁੱਟ ਗਿਆ। ਫਿਲਹਾਲ ਅਸੀਂ ਪ੍ਰੋਗਰਾਮ ਚਾਲੂ ਰੱਖਦੇ ਹਾਂ। ਜਿੱਦਾਂ ਮਾਲੀ ਸਾਹਿਬ ਨੇ ਬਹੁਤ ਵਧੀਆ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕਿ ਕਿਸ ਤਰੀਕੇ ਨਾਲ ਸਾਰਾ ਦਾ ਸਾਰਾ ਜਿਹੜਾ ਘਟਨਾਕ੍ਰਮ ਹੈਗਾ ਇਹਦੇ ਉੱਤੇ ਕਿਸਾਨਾਂ ਦੇ ਉੱਤੇ ਕਿੱਡਾ ਮਾਰੂ ਪ੍ਰਭਾਵ ਪਏਗਾ, ਪਰ ਹੁਣ ਜਿਹੜੀ ਗੱਲ ਅਟਕੀ ਹੋਈ ਆ ਉਹ ਸਾਰੀ ਦੀ ਸਾਰੀ ਰਾਸ਼ਟਰਪਤੀ ਦੇ ਹੱਥਾਂ ਵਿੱਚ ਅਟਕੀ ਹੋਈ ਆ। ਔਰ ਤੁਹਾਨੂੰ ਕੀ ਲੱਗਦਾ
ਕੀ ਰਾਸ਼ਟਰਪਤੀ ਜਿਹੜਾ ਹੈਗੇ ਨੇ ਉਹ ਵਾਪਸ ਭੇਜਣਗੇ ਇਹਨਾਂ ਬਿੱਲਾਂ ਨੂੰ ਚਰਚਾ ਦੇ ਲਈ ਪਾਰਲੀਮੈਂਟ ਦੇ ਵਿੱਚ, ਕਿਉਂਕਿ ਕਿਤੇ ਨਾ ਕਿਤੇ ਬੀਜੇਪੀ ਦੀ ਆਪਣੀ ਸਾਖ ਵੀ ਇਸ ਦੇ ਉੱਤੇ ਲੱਗੀ ਹੋਈ ਹੈ, ਕਿਉਂਕਿ ਬਾਕੀ ਧਿਰਾਂ ਜਿੰਨੀਆਂ ਵੀ ਨੇ, ਭਾਵੇਂ ਅਸੀਂ ਤ੍ਰਿਣਮੂਲ ਕਾਂਗਰਸ ਦੀ ਗੱਲ ਕਰੀਏ, ਜਿਨ੍ਹਾਂ ਦੇ ਜਿਹੜੇ ਲੀਡਰ ਸਨ ਉਹਨਾਂ ਨੇ ਹੰਗਾਮਾ ਵੀ ਕੀਤਾ, ਡੈਰਕ ਓਬਰੇਨ ਜਿਨ੍ਹਾਂ ਨੇ ਰਾਜ ਸਭਾ ਦੇ ਵਿੱਚ ਹੰਗਾਮਾ ਕੀਤਾ ਤੇ ਉਹ ਤੋਂ ਬਾਅਦ ਮਾਈਕ ਵੀ ਕਹਿੰਦੇ ਆ ਕਿ ਤੋੜ ਦਿੱਤਾ ਗਿਆ। ਨੀਰਜ ਜੀ, ਤੁਸੀਂ ਕਿਵੇਂ ਵੇਖਦੇ ਆ ਕਿ ਜਿਹੜਾ ਹੁਣ ਚੱਲ ਰਿਹਾ ਸਾਰਾ ਸਿਲਸਿਲਾ, ਔਰ ਬੀਜੇਪੀ ਦੀ ਆਪਣੀ ਸਾਖ ਵੀ ਹੁਣ ਇੱਕ ਤਰੀਕੇ ਨਾਲ ਦਾਅ ਤੇ ਲੱਗੀ ਹੋਈ ਹੈ ਕਿ ਜੇ ਇਹ ਵਾਪਸ ਹੋ ਜਾਂਦੇ ਨੇ, ਸਦਨ ਦੇ ਵਿੱਚ ਆਉਂਦੇ ਨੇ ਵਾਪਸ, ਤਾਂ ਕੀ ਹੇਠੀ ਹੋਵੇਗੀ ਬੀਜੇਪੀ ਦੀ? ਕੀ ਇਸ ਤਰੀਕੇ ਨੂੰ ਇਹ ਜਿਹੜੇ ਬਿੱਲ ਨੇ ਜਾਂ ਇਹ ਜਿਹੜਾ ਮਾਮਲਾ ਚੱਲ ਰਿਹਾ ਹੈ, ਇਹਨਾਂ ਨੂੰ ਕਿਸੇ ਦੇ ਭੱਲੇ ਲਈ ਵੇਖਣਾ ਚਾਹੀਦਾ ਜਾਂ ਇਹਨਾਂ ਨੂੰ ਸਿਆਸੀ ਹਿੱਤਾਂ ਦੇ ਲਈ ਹੁਣ ਆਪਣੀ ਜਿਹੜੀ ਦਾਅ ਤੇ ਲੱਗੀ ਹੋਈ ਹੈ ਸਾਖ ਉਹਦੇ ਨਾਲ ਉਹਦੇ ਮੁਤਾਬਿਕ ਦੇਖਣਾ ਦੇਖੋ ਚਾਹੀਦਾ? ਮਨਦੀਪ, ਇਸ ਦੇ ਵਿੱਚ ਦੋ ਕਾਰਨ ਬਣਦੇ ਆ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਹਨਾਂ ਦੇ ਵਿੱਚ ਜੋ ਹੁਣ ਇਹ ਬਿੱਲ ਨੇ ਉਹ ਰਾਸ਼ਟਰਪਤੀ ਕੋਲ ਪਹੁੰਚ ਚੁੱਕੇ ਨੇ ਤੇ ਰਾਸ਼ਟਰਪਤੀ ਜੀ ਕੋਲ ਕਾਫੀ ਜਿਹੜੇ ਦਲ ਨੇ ਉਹਨਾਂ ਦੇ ਵੀ ਜੋ ਮੈਮੋਰੈਂਡਮ ਨੇ ਉਹ ਪਹੁੰਚਾਏ ਜਾ ਰਹੇ ਨੇ ਤਾਂ ਜੋ ਇਹਨਾਂ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਜੇ ਤੁਸੀਂ ਗੱਲ ਕਰਦੇ ਬੀਜੇਪੀ ਦੀ ਕਿ ਜੇ ਸਾਖ ਦੀ ਗੱਲ ਕਰਦੇ ਹੋ, ਮੈਂ ਕੋਸ਼ਿਸ਼ ਕਰਦਾ, ਸ਼ਾਇਦ ਮਾਲੀ ਜੀ ਨਾਲ ਦੁਬਾਰਾ ਸੰਪਰਕ ਹੋ ਗਿਆ ਸਾਡਾ। ਮਾਲੀ ਜੀ, ਕੀ ਤੁਹਾਨੂੰ ਆਵਾਜ਼ ਆ ਰਹੀ ਹੈ ਜੀ? ਨਹੀਂ, ਸੰਪਰਕ ਨਹੀਂ ਹੋ ਪਾ ਰਿਹਾ। ਮਾਲੀ ਜੀ ਦਾ ਧੰਨਵਾਦ ਕਰਦੇ ਹਾਂ ਅਸੀਂ। ਸੋ ਸਿਆਸੀ ਮਾਹਰ ਨੇ, ਔਰ ਜਿਵੇਂ ਉਹਨਾਂ ਨੇ ਦੱਸਿਆ ਕਿ ਕਣਕ ਝੋਨੇ ਦਾ ਜਿਹੜਾ ਚੱਕਰ ਚੱਲ ਰਿਹਾ ਸੀ, ਅਸਲ ਦੇ ਵਿੱਚ ਉਸ ਤੋਂ ਕਿਸਾਨ ਨੂੰ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਬਜਾਏ ਕਿ ਇਹਨਾਂ ਬਿੱਲਾਂ ਦੇ। ਉਹਨਾਂ ਨੇ ਦੱਸਿਆ ਕਿ ਬਿੱਲਾਂ ਆਉਣ ਨਾਲ ਜਾਂ ਨਾ ਆਉਣ ਨਾਲ ਇੰਨਾ ਫਰਕ ਨਹੀਂ ਪਏਗਾ। ਉਹ ਕਹਿੰਦੇ ਆ ਕਿ ਹਾਂ, ਇਹ ਜ਼ਰੂਰ, ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਨਾਲ ਜਿਹੜਾ ਕਾਰਪੋਰੇਟ ਘਰਾਣਾ ਉਸ ਨੂੰ ਫਾਇਦਾ ਜ਼ਰੂਰ ਹੋਵੇਗਾ ਤੇ ਕਿਸਾਨ ਦੀ ਜਿਹੜੀ ਅਸਲੀ ਉਹਦੀ ਜੋ ਵਣਜ ਹੈ, ਜੋ ਖੁਦ ਮੁਖਤਿਆਰੀ ਹੈ, ਉਹ ਇਸ ਦੇ ਨਾਲ ਜ਼ਰੂਰ ਖਤਮ ਹੋ ਸਕਦੀ ਹੈ ਕਿਤੇ ਨਾ ਕਿਤੇ। ਔਰ ਮੰਡੀਆਂ ਦਾ ਉਹ ਕਹਿੰਦੇ ਆ ਕਿ ਮੰਡੀਆਂ ਦੇ ਵਿੱਚ ਜਿੱਦਾਂ ਕੰਮ ਚੱਲਦਾ ਸੀ ਉਹ ਪਹਿਲਾਂ ਵੀ ਉਹ ਜਿੱਦਾਂ ਚੱਲਦਾ ਸੀ ਉਵੇਂ ਕੁਛ ਸਮੇਂ ਲਈ, ਉਹ ਕਹਿੰਦੇ ਸ਼ਾਇਦ 2024 ਤੱਕ ਇਹ ਕੰਮ ਜਿਹੜਾ ਹੈ ਇੱਦਾਂ ਹੀ ਚੱਲਦਾ ਰਹੇਗਾ ਫਿਲਹਾਲ ਲਈ, ਪਰ ਉਸ ਤੋਂ ਬਾਅਦ ਉਹ ਕਹਿੰਦੇ ਕਿ ਵੱਡੀ ਪੱਧਰ ਦੇ ਉੱਤੇ ਇਸ ਦੇ ਵਿੱਚ ਬਦਲ ਆਉਣੇ ਸ਼ੁਰੂ ਹੋਣਗੇ ਤੇ ਅਸਲੀ ਜਿਹੜਾ ਚਿਹਰਾ ਹੈ ਬਿੱਲਾਂ ਦਾ ਉਦੋਂ ਆਉਣਾ, ਕੀ ਉਹਨਾਂ ਦਾ ਚਿਹਰਾ ਹੈ ਮੁਖੋਟੇ ਤੋਂ ਬਾਹਰ ਇਹ ਜਿਹੜੇ ਬਿੱਲ ਆਉਣਗੇ। ਨੀਰਜ, ਤੁਸੀਂ ਦੱਸ ਰਹੇ ਸੀ ਸਾਨੂੰ ਕੀ ਹਾਂ, ਮੈਂ ਗੱਲ ਕਰ ਰਿਹਾ ਜੀ ਬੀਜੇਪੀ ਦੇ ਬਾਰੇ, ਤੁਸੀਂ ਪੁੱਛਿਆ ਸੀ ਕਿ ਇਹ ਹੁਣ ਵਾਪਸ ਜਾ ਸਕਦੇ ਨੇ, ਜੇ ਵਾਪਸ ਜਾਂਦੇ ਤਾਂ ਬੀਜੇਪੀ ਦੀ ਸ਼ਾਖ ਨੂੰ ਇਸ ਦੇ ਨਾਲ ਜ਼ਰੂਰ ਧੱਕਾ ਲੱਗੇਗਾ। ਤਾਂ ਮੈਂ ਇੱਥੇ ਕਲੀਅਰ ਕਰ ਦੇਣਾ ਚਾਹੁੰਦਾ ਕਿ ਦੇਖੋ, ਕੋਈ ਵੀ ਦਲ ਅਜਿਹਾ ਨਹੀਂ ਹੋਏਗਾ ਜੋ ਚਾਹੁੰਦਾ ਹੋਵੇ ਕਿਸਾਨਾਂ ਦੇ ਨਾਲ ਮਾੜੀ ਹੋਵੇ। ਪਹਿਲੀ ਗੱਲ ਤਾਂ ਮੈਂ ਦੱਸ ਦਿੰਦਾ ਕਿ ਜਿਵੇਂ ਬੀਜੇਪੀ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਕਿ ਜੋ MSP ਜਾਰੀ ਰਹੇਗਾ ਉਸ ਨੂੰ ਲੈ ਕੇ ਵੀ ਤਮਾਮ ਜੋ ਅਟਕਲਾਂ ਨੇ ਉਹ ਬੀਜੇਪੀ ਨੂੰ ਖੁਦ ਮੈਦਾਨ ਦੇ ਵਿੱਚ ਉਤਰ ਕੇ ਸਾਬਿਤ ਕਰਨੀਆਂ ਪੈਣਗੀਆਂ ਕਿ ਵਾਕਈ ਕੀ ਉਹ ਜਾਰੀ ਰਹੇਗਾ ਜਾਂ ਨਹੀਂ। ਇਸ ਤੋਂ ਇਲਾਵਾ ਰਹੀ ਗੱਲ ਰਾਸ਼ਟਰਪਤੀ ਕੋਲ ਬਿੱਲਾਂ ਦੀ ਜੋ ਉਹਨਾਂ ਦੇ ਕੋਲ ਪਹੁੰਚ ਚੁੱਕੇ ਨੇ ਤੇ ਤਮਾਮ ਸਿਆਸੀ ਦਲ ਜੋ ਨੇ ਆਪਣੇ ਮੈਮੋਰੈਂਡਮ ਦੇ ਰਹੇ ਨੇ, ਜਿੱਦਾਂ ਕਿ ਦੇਖਿਆ ਗਿਆ ਕੱਲ੍ਹ ਨੂੰ ਸੁਖਬੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੇ ਉਹ ਵੀ ਹੁਣ ਆਪਣੇ ਵਫਦ ਦੇ ਨਾਲ ਰਾਸ਼ਟਰਪਤੀ ਜੀ ਨੂੰ ਮਿਲ ਕੇ ਆਏ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਜੋ ਵਿਰੋਧੀ ਧਿਰ ਦੇ ਨੇਤਾ ਨੇ ਹਰਪਾਲ ਸਿੰਘ ਚੀਮਾ, ਉਹਨਾਂ ਨੇ ਰਾਜ ਭਵਨ ਦੇ ਬਾਹਰ ਪਹਿਲਾਂ ਤਾਂ VP ਸਿੰਘ ਬਦਨੌਰ ਉਹਨਾਂ ਨੂੰ ਮਿਲਣਾ ਚਾਹਿਆ ਪਰੰਤੂ ਉਹ ਨਹੀਂ ਮਿਲੇ ਤਾਂ ਉਸ ਤੋਂ ਬਾਦ ਉੱਥੇ ਧਰਨਾ ਲਗਾਇਆ ਗਿਆ। ਬਾਅਦ ਦੇ ਵਿੱਚ ਬਹੁਤ ਮੁਸ਼ਕਿਲਾਂ ਤੋਂ ਬਾਅਦ ਉਹਨਾਂ ਨੂੰ ਮਿਲਿਆ ਗਿਆ ਤੇ ਮੈਮੋਰੈਂਡਮ ਸੌਂਪਿਆ ਗਿਆ। ਨਾਲ ਸਾਡੇ ਨਾਲ ਕਾਲਰ ਜੁੜ ਗਏ ਨੇ ਇੱਕ। ਜੀ ਬਿਲਕੁਲ, ਸਤਿ ਸ੍ਰੀ ਅਕਾਲ ਸਰ, ਕੀ ਨਾਮ ਜੀ ਤੁਹਾਡਾ? ਜੀ ਗਿੱਲ ਸਾਹਿਬ, ਕਿਵੇਂ ਵੇਖਦੇ ਆ ਜੀ ਅੱਜ ਦਾ ਜੋ ਮਾਹੌਲ ਚੱਲ ਰਿਹਾ, ਖਾਸ ਤੌਰ ਦੇ ਉੱਤੇ ਤੀਜਾ ਜਿਹੜਾ ਬਿੱਲ ਸੀਗਾ ਉਹ ਵੀ ਪਾਸ ਹੋ ਚੁੱਕਿਆ ਰਾਜ ਸਭਾ ਦੇ ਵਿੱਚ, ਤੇ ਕੀ ਕਹਿਣਾ ਚਾਹੋਗੇ ਤੁਸੀਂ? ਜੀ ਅਸੀਂ ਤਾਂ ਕਹਿਣਾ ਹੀ ਕਹਿੰਦੇ ਜਿਵੇਂ ਮਤਲਬ ਆਪਾਂ ਕਹਿੰਦੇ ਮਿਡਲ ਮਤਲਬ ਜਿਹੜੇ ਸਾਡੇ ਕਿਸਾਨ ਨੇ ਅਸੀਂ ਸਾਰੇ ਮਤਲਬ ਮੈਕਸੀਮਮ ਸਾਡੇ ਵੱਡੇ ਘਰਾਣੇ ਨੇ ਪੰਜਾਬ ਦੇ ਵਿੱਚ ਤੇ ਮਤਲਬ ਜ਼ਿਆਦਾ ਵਰਗ ਹੈ ਜਿਹੜਾ ਉਹ ਮਤਲਬ ਮਿਡਲ ਸਾਡੇ ਕਿਸਾਨ ਨੇ ਜਿਹੜੇ 5 ਤੋਂ 10 ਕਿੱਲਿਆਂ ਦੇ ਵਿੱਚ ਇਸ ਟਾਈਮ ਸਫ਼ਰ ਕਰ ਰਹੇ ਨੇ ਤੇ ਜਿਹੜੇ ਬਿੱਲ ਨੇ ਇਹ ਬਿਲਕੁਲ ਇਹ ਮੇਨ ਮੱਧ ਵਰਗ ਦੇ ਉੱਪਰ ਹੀ ਸਾਰੇ ਬਿੱਲ ਮੈਨੂੰ ਤਾਂ ਲਾਗੂ ਹੋਣਗੇ। ਜਿਵੇਂ 3 ਬਿੱਲ ਨੇ ਉਹ ਤੁਹਾਨੂੰ ਪਤਾ ਵੀ ਇਹਨਾਂ ਨੇ ਦੱਸਿਆ ਵੀ MSP 10 ਇੱਕ ਕੰਟਰੈਕਟ ਫਾਰਮਿੰਗ ਹੈ, ਤੀਜਾ ਬਿਜਲੀ ਵਾਲਾ ਹੈ ਨਾ, ਇਹ 3 ਬਿੱਲ ਮਤਲਬ ਟੋਟਲੀ ਸਾਡੇ ਕਿਸਾਨਾਂ ਨੂੰ ਮਤਲਬ ਇੱਕ ਮੰਦਹਾਲੀ ਦੇ ਵਿੱਚ ਲੈ ਕੇ ਜਾਣ ਲਈ ਬਹੁਤ ਹੀ ਖਤਰਨਾਕ, ਸਾਡੇ ਆਉਣ ਵਾਲਾ ਸਮਾਂ ਜਿਹੜਾ ਬਹੁਤ ਹੀ ਖਤਰਨਾਕ ਮਤਲਬ ਦੇਖਣ ਨੂੰ ਸਾਨੂੰ ਮਿਲੂਗਾ, ਕਿਉਂਕਿ ਮਤਲਬ ਅਸੀਂ ਨੌਜਵਾਨ ਆ, ਮਤਲਬ ਸਾਡਾ ਆਉਣ ਵਾਲਾ ਜਿਹੜਾ ਸਮਾਂ ਬਿਲਕੁਲ ਧੁੰਦਲਾ ਦਿਖ ਰਿਹਾ, ਕਿਉਂਕਿ ਜਿਹੜੀ ਮੇਨ ਸਾਡੇ ਕੋਲ 2 ਫਸਲਾਂ ਸੀ, ਕਣਕ ਅਤੇ ਚਾਵਲ, ਹੈ ਨਾ। ਹਾਂਜੀ, ਤੇ ਜਿਹੜੀ ਕਣਕ ਸੀ, ਕਣਕ ਅਸੀਂ ਆਪਦੀ ਆੜਤ ਸਾਡੀ ਵੀ ਸੀ ਜਿਵੇਂ ਚਲੋ 100-50 ਆੜਤੀ ਵਿੱਚ ਰੱਖਦੇ ਸੀ, ਉਹਦੇ ਕਰਕੇ ਸਾਨੂੰ ਜਿਹੜੀ ਬਾਕੀ ਸੀ ਸਾਨੂੰ ਉਹਦਾ ਮੁੱਲ ਮਿਲਦਾ ਸੀ। ਦੂਜੀ ਗੱਲ, ਸਾਡਾ ਆੜਤੀਆਂ ਨਾਲ ਇੱਕ 9 ਮਾਸ ਦਾ ਰਿਸ਼ਤਾ ਸੀ, ਕਿਉਂਕਿ ਅਸੀਂ ਕੋਈ ਵੀ ਵੱਡੇ ਕੰਮ ਕਰਨੇ ਸੀ ਤਾਂ ਆੜਤੀਆਂ ਤੋਂ ਅਸੀਂ ਪੈਸੇ ਲੈ ਲੈਂਦੇ ਸੀ। ਬਿਲਕੁਲ ਬਿਲਕੁਲ, ਅਸੀਂ ਆਮ ਵੇਖਿਆ ਬੁੱਟਾ ਸਾਹਿਬ, ਅਸੀਂ ਆਮ ਵੇਖਿਆ ਕਿ ਅਸੀਂ ਜਦੋਂ ਵਿਆਹ ਸ਼ਾਦੀ ਕਰਨੀ ਹੁੰਦੀ ਸੀਗੀ ਉਦੋਂ ਕਈ ਵਾਰ ਇਹੋ ਜਿਹੇ ਹਾਲਾਤ ਹੁੰਦੀ ਸੀ ਤਾਂ ਆੜਤੀਆਂ ਕੋਲ ਕਿਸਾਨ ਚਲੇ ਜਾਂਦਾ ਸੀ ਤੇ ਇੱਕ ਤਰੀਕੇ ਨਾਲ ਪਰਿਵਾਰਕ ਰਿਸ਼ਤਾ ਬਣਿਆ ਹੋਇਆ ਸੀ, ਆੜਤੀਆਂ ਪਹਿਲਾਂ ਹੀ ਪੈਸੇ ਦੇ ਦਿੰਦਾ ਸੀਗਾ। ਜੀ ਜੀ ਬਿਲਕੁਲ ਸਰ, ਬਿਲਕੁਲ ਇਹੀ ਇਹੀ ਕਹਿੰਦੇ ਵੀ ਸਾਡੇ ਔਖੇ ਸਮੇਂ ਦੇ ਵਿੱਚ ਆੜਤੀ ਸਾਡਾ ਮਤਲਬ ਇੱਕ ਨੋ ਬਾਂਸਾ ਰਿਸ਼ਤਾ, ਕਹਿੰਦੇ ਸਾਡਾ ਮਤਲਬ ਉਸਦਾ ਬਹੁਤ ਹੀ, ਕਿਉਂਕਿ ਔਖੇ ਸਮੇਂ ਦੇ ਵਿੱਚ ਸਾਡੇ ਨਾਲ ਕੋਈ ਵੀ ਸਾਨੂੰ ਮਤਲਬ
ਮੇਰੇ ਖਿਆਲ ਨਾਲ ਸੰਪਰਕ ਟੁੱਟ ਗਿਆ। ਸੋ ਬਹੁਤ ਵਧੀਆ ਜਾਣਕਾਰੀ ਦੇ ਰਹੇ ਸਨ। ਹਾਲਾਂਕਿ ਹੁਣ ਜਿਹੜਾ ਸਿਲਸਿਲਾ ਚੱਲ ਰਿਹਾ ਇਸ ਵਕਤ, ਮੈਂ ਦੱਸਣਾ ਚਾਹਾਂਗਾ ਕਿ ਇਸ ਵਕਤ ਪੂਰਾ ਦਾ ਪੂਰਾ ਮਾਹੌਲ ਗਰਮਾਇਆ ਹੋਇਆ ਔਰ ਜਿੱਥੇ ਕਿਸਾਨ ਇਸ ਚੀਜ਼ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਨੇ, ਉੱਥੇ ਵੱਖ ਵੱਖ ਕਹਿ ਲਓ ਕਿ ਸਿੰਗਰ ਵੀ ਔਰ ਅਦਾਰੇ ਨਾਲ ਜੁੜੇ ਹੋਏ ਫਿਲਮੀ ਅਦਾਕਾਰ ਵੀ ਕਿਸਾਨਾਂ ਦੇ ਹੱਕ ਵਿੱਚ ਆ ਰਹੇ ਨੇ ਔਰ ਖਾਸ ਤੌਰ ਤੇ ਬੱਬੂ ਮਾਨ ਨੇ ਗੱਲ ਕਹੀ ਹੈ ਕਿ ਸਾਨੂੰ ਹੁਣ ਕਿਸਾਨਾਂ ਨੂੰ ਉਹਨਾਂ ਨੇ ਇੱਕ ਹੋਕਾ ਦਿੱਤਾ ਕਿ ਸਾਨੂੰ ਇੱਕ ਦੋ ਸਾਲ ਦੇ ਲਈ। ਮਨਦੀਪ ਜੀ ਸਾਡੇ ਨਾਲ ਇੱਕ ਹੋਰ ਕਾਲਰ ਜੁੜ ਰਹੇ ਨੇ, ਉਹਨਾਂ ਨਾਲ ਗੱਲ ਕਰ ਲਈ ਜਾਵੇ। ਹੈਲੋ, ਸਵਾਗਤ ਕਰਦੇ ਹਾਂ ਸਰ ਤੁਹਾਡਾ ਨਿਰਪੱਖ ਪੋਸਟ ਤੇ। ਜੀ ਸਵਾਗਤ ਕਰਦੇ ਹਾਂ ਤੁਹਾਡਾ ਨਿਰਪੱਖ ਪੋਸਟ ਤੇ ਸਰ। ਜੀ ਬ੍ਰੈਂਪਟਨ ਤੋਂ ਗੱਲ ਕਰ ਰਹੇ ਨੇ, ਕੈਨੇਡਾ ਤੋਂ ਗੱਲ ਕਰ ਰਹੇ ਨੇ ਸਰ। ਦੁਬਾਰਾ ਇੱਕ ਵਾਰੀ ਨਾਮ ਦੱਸ ਦਿਓ ਆਪਣਾ। ਜੀ ਨਵਦੀਪ ਜੀ, ਤੁਸੀਂ ਕਿਵੇਂ ਵੇਖਦੇ ਆ ਜੀ ਹੁਣ ਤੁਸੀਂ ਹਾਲਤ ਹੈ ਕਿ ਤੁਸੀਂ ਤਾਂ ਕੈਨੇਡਾ ਦੇ ਵਿੱਚ ਹੋ ਪਰ ਪੰਜਾਬ ਦੇ ਹਾਲਾਤਾਂ ਦੇ ਉੱਤੇ, ਕਿਉਂਕਿ ਪੰਜਾਬ ਤੋਂ ਵਿਛੜੇ ਹੁੰਦੇ ਆ ਜਦੋਂ ਅਸੀਂ ਦੂਰ ਗਏ ਹੁੰਦੇ ਆ ਤਾਂ ਜ਼ਿਆਦਾ ਬਲਕਿ ਪੰਜਾਬ ਦਾ ਖਿਆਲ ਆਉਂਦਾ ਸਾਡੇ ਜ਼ਿਹਨ ਦੇ ਵਿੱਚ, ਹੁਣ ਕਿਵੇਂ ਵੇਖਦੇ ਆ ਕਿ ਕੀ ਹਾਲਾਤ ਜੋ ਬਣੇ ਹੋਏ ਨੇ, ਤੁਸੀਂ ਕਿੱਦਾਂ ਵੇਖਦੇ ਆ ਇਹਨੂੰ? ਬਹੁਤ ਬੁਨਿਆਦੀ ਇਸ ਵਕਤ ਬਹੁਤ ਬੁਨਿਆਦੀ ਗੱਲ ਨਵਦੀਪ ਜੀ ਦੱਸ ਰਹੇ ਨੇ ਔਰ ਬੜੀ ਗੌਰ ਕਰਨ ਲਾਇਕ ਇਹ ਗੱਲ ਹੈ ਕਿ ਸਭ ਤੋਂ ਪਹਿਲਾਂ ਇਹ ਹਾਲਾਂਕਿ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਦੁਨੀਆਂ ਦੇ ਇਤਿਹਾਸ ਦੇ ਵਿੱਚ ਕਿ ਜਦੋਂ ਵੀ ਕਿਸੇ ਦੇ ਉੱਤੇ ਅਟੈਕ ਕਰਨਾ ਹੁੰਦਾ ਹੈ ਤਾਂ ਉਸਨੂੰ ਸਭ ਤੋਂ ਪਹਿਲਾਂ ਉਲਝਾਇਆ ਜਾਂਦਾ ਹੈ, ਉਸਨੂੰ ਆਰਥਿਕ ਪੱਖੋਂ ਇੰਨਾ ਕਮਜ਼ੋਰ ਕਰ ਦਿੱਤਾ ਜਾਂਦਾ ਹੈ ਕਿ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਦੂਜੇ ਮੁੱਦਿਆਂ ਵੱਲ ਜਾਵੇ ਹੀ ਨਾ। ਜੀ ਜੀ ਨਵਦੀਪ ਜੀ, ਜਿਹੜੇ ਆਪਣੇ ਹੁਣ ਪ੍ਰੈਜ਼ੀਡੈਂਟ ਆ ਜਿਹੜੇ ਕਹਿੰਦੇ ਨੇ ਹੁਣ ਬਿੱਲ ਵਾਪਸ ਭੇਜੂਗੇ ਕਿ ਨਹੀਂ, ਹਾਂਜੀ ਉਹ ਆਪਣਾ ਸੈਂਟਰ ਦੇ ਹੱਥ ਚ ਹੀ ਹੈ ਕਿ ਉਹ ਕਿੱਦਾਂ ਉਹਨਾਂ ਨੂੰ ਘੁਮਾਉਣਾ ਚਾਹੁੰਦੇ ਆ। ਜਿਹੜੇ ਆਪਣੀ ਮਰਜ਼ੀ ਨਾਲ ਜਗਨਨਾਥ ਟੈਂਪਲ ਵਿੱਚ ਉਹਨਾਂ ਨੂੰ ਐਂਟਰੀ ਨਹੀਂ ਮਿਲੀ, ਇਹ ਬਹੁਤ ਵੱਡੀ ਗੱਲ ਹੈ ਜੀ। ਬਿਲਕੁਲ ਬਿਲਕੁਲ ਬਹੁਤ ਵੱਡੀ ਗੱਲ ਹੈ। ਜਿਵੇਂ ਨਵਦੀਪ ਕਿੰਨਾ ਕੰਟਰੋਲ ਹੋਊਗਾ ਵੀ ਇੱਕ ਮੰਦਰ ਦੇ ਵਿੱਚ ਨਹੀਂ ਵੜ ਸਕਦੇ ਕਿਉਂਕਿ ਉਹਨਾਂ ਮੁਰੇ ਉਹ ਆਪਣਾ ਡਿਸੀਜਨ ਲੈ ਸਕਦੇ ਹੈ ਜੀ। ਰਾਮ ਮੰਦਰ ਚ ਹੁਣ ਹੋਇਆ ਪ੍ਰੋਗਰਾਮ, ਉਹਦੇ ਵਿੱਚ ਉਹਨਾਂ ਨੂੰ ਐਂਟਰੀ ਨਹੀਂ ਮਿਲੀ ਜੀ। ਕਿਹਨਾਂ ਨੂੰ ਐਂਟਰੀ ਨਹੀਂ ਮਿਲੀ ਨਵਦੀਪ ਜੀ? ਨਵਦੀਪ ਜੀ ਰਾਸ਼ਟਰਪਤੀ ਕਿਹਨਾਂ ਨੂੰ ਐਂਟਰੀ ਨਹੀਂ ਮਿਲੀ, ਇੱਕ ਵਾਰ ਦੱਸ ਸਕਦੇ ਤੁਸੀਂ ਦੁਬਾਰਾ? ਹਾਂਜੀ, ਰਾਮ ਮੰਦਰ ਦੇ ਵਿੱਚ ਪ੍ਰੈਜ਼ੀਡੈਂਟ ਸਾਹਿਬ ਨੂੰ ਹੁਣ ਵੀ ਇਨਵਾਈਟ ਨਹੀਂ ਕੀਤਾ ਗਿਆ ਕਿਉਂਕਿ ਉਹ ਦਲਿਤ ਸਮਾਜ ਨੂੰ ਬਿਲੋਂਗ ਕਰਦੇ ਆ। ਜੀ ਬਿਲਕੁਲ ਗਲਤ ਕਹਿ ਰਹੇ ਹੋ, ਉਹਨਾਂ ਨੇ ਸਾਰੇ ਧਰਮਾਂ ਨੂੰ ਸਾਰੇ ਲੀਡਰਸ ਜਿੰਨੇ ਵੀ ਸੀ ਕਿਉਂਕਿ ਜੋ ਸੀਗਾ ਉਸਦੇ ਕਰਕੇ ਹੀ ਇਹ ਕੀਤਾ ਗਿਆ ਸੀ, ਬਹੁਤ ਲਿਮਿਟਿਡ ਬੰਦੇ ਹੀ ਬੁਲਾਏ ਗਏ ਸੀ ਉੱਥੇ ਉਸ ਤੋਂ ਪਹਿਲਾਂ ਜਿਹੜੀ ਉਹਨਾਂ ਨੇ ਗੱਲ ਕੀਤੀ। ਮੋਦੀ ਸਾਹਿਬ ਵੀ ਗਏ ਠੀਕ ਹੈ, ਬਿਲਕੁਲ ਕਿਤੇ ਨਾ ਕਿਤੇ ਜੀ ਜੀ ਜੀ। ਅੱਛਾ ਨਵਦੀਪ ਜੀ, ਹੁਣ ਜੇ ਅਸੀਂ ਖੇਤੀ ਦੀ ਗੱਲ ਕਰੀਏ, ਕਿਸਾਨੀ ਦੀ ਗੱਲ ਕਰੀਏ, ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਤੁਸੀਂ ਕੈਨੇਡਾ ਦੇ ਵਿੱਚ ਕਦੇ ਗੌਰ ਕੀਤੀ ਹੈ ਕਿ ਕੈਨੇਡਾ ਦੇ ਵਿੱਚ ਜਿਹੜੀ ਖੇਤੀ ਹੁੰਦੀ ਆ ਜਾਂ ਕੈਨੇਡਾ ਦਾ ਜਿਹੜਾ ਕਿਸਾਨ ਹੈਗਾ ਉਹ ਕਿਉਂ ਇੰਨਾ ਖੁਸ਼ਹਾਲ ਹੈਗਾ ਇਹਦੇ ਜੇ ਮੁਕਾਬਲੇ, ਜੇ ਅਸੀਂ ਭਾਰਤ ਦੇ ਮੁਕਾਬਲੇ ਦੀ ਗੱਲ ਕਰੀਏ? ਹਾਂਜੀ, ਕਿਉਂ ਕੈਨੇਡਾ ਗੌਰਮੈਂਟ ਨਿਗਾਹ ਵਿੱਚ ਇਹ ਕੋਈ ਕਿੱਤਾ ਨੀ, ਮਤਲਬ ਮੇਨ ਮੰਨਦੇ ਕਿ ਇਹ ਕੋਈ ਪ੍ਰੋਫਿਟੇਬਲ ਕਿੱਤਾ ਨੀ ਹੈ, ਇਹ ਸਿਰਫ ਸਬਸਿਡੀ ਉੱਤੇ ਰੇਟ ਉੱਤੇ ਚੱਲਦਾ ਹੈ। ਕਾਫੀ ਬਿਲੀਅਨ ਡਾਲਰ ਦਾ ਬਜਟ ਇਹਦੇ ਵਾਸਤੇ ਅਲੱਗ ਰੱਖਿਆ ਹੋਇਆ ਉਹਨਾਂ ਨੇ ਠੀਕ ਹੈ, ਕਿ ਹਾਂ ਵੀ ਇਹ ਇੱਕ ਪ੍ਰੋਫਿਟ ਵਾਲਾ ਕਿੱਤਾ ਨੀ ਹੈ, ਇਹ ਸੇਵਾ ਕਰ ਰਹੇ ਆ ਠੀਕ ਹੈ, ਤੇ ਇਹ ਸਾਡੀ ਹੈਲਪ ਕਰਦੇ ਪਏ ਤੇ ਇਹਨਾਂ ਜਿੰਨਾ ਰਿਬੇਟ ਦੇ ਸਕੀਏ ਠੀਕ ਹੈ, ਉਹ ਸਭ ਨਾਲ ਰਿਬੇਟ ਦਿੰਦੇ ਜਿਸ ਨਾਲ ਉਹ ਆਪਣਾ ਜਿਹੜਾ ਘਰ ਬਾਰ ਚਲਾ ਸਕਣ। ਉਹਦੇ ਬਾਵਜੂਦ ਵੀ ਅਮੈਰੀਕਾ ਦਾ ਜਿਹੜਾ ਹੈਗਾ ਆ ਡਾਟਾ, ਮਤਲਬ ਐਵਰੀ ਦੋ ਦਿਨ ਦੇ ਵਿੱਚ ਇੱਕ ਬੰਦਾ ਸੁਸਾਈਡ ਕਰਦਾ ਆ ਠੀਕ ਹੈ, ਲਾ ਲਓ ਵੀ 150-200 ਬੰਦਾ ਇੱਕ ਸਾਲ ਦੇ ਵਿੱਚ ਤਾਂ ਵੀ ਆਪਣਾ ਸਹਾਰਾ ਲੈਂਦਾ ਆ। ਤੁਸੀਂ ਕਿਸਾਨ ਜੇ ਆਪਾਂ ਪੰਜਾਬ ਵੱਲ ਦੇਖੀਏ ਤੇ ਇੱਕ ਸਾਲ ਦਾ ਘੱਟੋ ਘੱਟ ਵੀ ਮੈਂ ਦੇਖਿਆ 11 ਸਾਲ ਚ ਪਤਾ ਨੀ 2.5 ਲੱਖ ਬੰਦੇ ਨੇ ਸੁਸਾਈਡ ਕੀਤਾ ਜੀ। ਬਿਲਕੁਲ, ਜੇ ਆਪਾਂ ਇੱਕ ਸਾਲ ਦਾ ਦੇਖੀਏ ਤੇ 25-30 ਹਜ਼ਾਰ ਬੰਦਾ ਸਹਾਰਾ ਲੈਂਦਾ ਆ ਦਿਹਾੜੀ ਦੇ 60 ਬੰਦੇ ਜੀ। ਵੈਸੇ ਵੀ ਜੇ ਅਸੀਂ ਗੱਲ ਕਰੀਏ ਅਖਬਾਰਾਂ ਦੀ ਵੀ ਗੱਲ ਕਰੀਏ ਤਾਂ ਅਖਬਾਰਾਂ ਦੇ ਵਿੱਚ ਰੋਜ਼ਾਨਾ ਤੌਰ ਦੇ ਉੱਤੇ ਕੋਈ ਨਾ ਕੋਈ ਇਹੋ ਜਿਹੀ ਖਬਰ ਸਾਨੂੰ ਪੜ੍ਹਨ ਸੁਣਨ ਨੂੰ ਜ਼ਰੂਰ ਮਿਲਦੀ ਹੈ ਕਿ ਫਲਾਣੇ ਕਿਸਾਨ ਨੇ ਕਰਜ਼ੇ ਦੇ ਕਾਰਨ
ਆਤਮ ਹੱਤਿਆ ਕਰ ਲਈ ਹੈ, ਉਹਦੇ ਵਿੱਚ ਨੌਜਵਾਨਾਂ ਦੀ ਵੀ ਤਸਵੀਰ ਹੁੰਦੀ ਹੈ, ਕੋਈ 22 ਸਾਲ ਦਾ, ਕੋਈ 20 ਸਾਲ ਦਾ, ਕੋਈ 25 ਸਾਲ ਦਾ, ਔਰ ਆਪਣੇ ਪਿੱਛੇ ਪੂਰਾ ਭਰਿਆ ਹੋਇਆ ਘਰ ਪਰਿਵਾਰ ਛੱਡ ਕੇ ਉਹ ਖੁਦਕੁਸ਼ੀ ਕਰ ਲੈਂਦੇ ਆ। ਔਰ ਖੁਦਕੁਸ਼ੀ ਕਰਨਾ ਜਿੱਥੇ ਅਸੀਂ ਮੰਨਦੇ ਹਾਂ ਕਿ ਬਹੁਤ ਬੁਰੀ ਗੱਲ ਹੈ, ਉੱਥੇ ਇਹ ਵੀ ਸਾਨੂੰ ਸਮਝਣਾ ਪਊਗਾ ਕਿ ਮਾਨਸਿਕ ਤੌਰ ਦੇ ਉੱਤੇ ਜਦੋਂ ਇਨਸਾਨ ਦੀ ਸਾਰੇ ਹਿੱਲੇ ਵਸੀਲੇ ਉਹ ਅਪਣਾ ਲੈਂਦਾ, ਕਿਤੇ ਉਹਦੀ ਵਾਹ ਨਹੀਂ ਚੱਲਦੀ, ਉਦੋਂ ਥੱਕ ਹਾਰ ਕੇ ਉਹ ਇਹ ਵੱਡਾ ਕਦਮ ਉਠਾਉਂਦਾ। ਸੋ ਸਾਨੂੰ ਇਹ ਵੀ ਸਮਝਣਾ ਚਾਹੀਦਾ ਅਸੀਂ ਕਿ ਜਿੱਥੇ ਦੁਰਕਾਰਦੇ ਹਾਂ ਇਸ ਚੀਜ਼ ਨੂੰ, ਸਾਨੂੰ ਮਾਨਸਿਕਤਾ ਸਮਝਣੀ ਚਾਹੀਦੀ ਹੈ ਕਿ ਉਹ ਇਨਸਾਨ ਜਿਹੜਾ ਹੈ ਉਹ ਕਿੰਨੇ ਦਬਾਅ ਦੇ ਹੇਠ ਹੋਣਾ ਉਸ ਵਕਤ। ਸੋ ਨਵਦੀਪ ਜੀ, ਜਿਹੜਾ ਬੰਦਾ ਬਾਹਰ ਹੀ ਲੜੇ ਜੀ, ਉਹ ਕੋਈ ਫਰੀ ਬੰਦੇ ਜੋ ਟੁੱਟੇ ਜਾਂਦਾ ਹੁੰਦਾ, ਉਹ ਕੀ ਆ ਕੇ ਬਾਹਰ ਹੀ ਲੜਦਾ ਜੀ। ਇੱਥੇ ਬਾਹਰਲੇ ਮੁਲਕਾਂ 'ਚ ਦੇਖ ਲਓ ਕਿੰਨੇ ਲੋਕੀ ਕਿਤੇ ਸੁਸਾਈਡ ਕਰਦੇ ਆ ਜੀ। ਕੋਈ ਫੈਮਿਲੀ ਇਸ਼ੂ ਹੋਊਗਾ ਤਾਂ ਹੋਊਗਾ, ਪਰ ਫਾਈਨੈਂਸ਼ਲੀ ਬਹੁਤ ਘੱਟ ਹੈ। ਲੇਕਿਨ ਅਸੀਂ ਇੱਥੇ ਕੈਨੇਡਾ ਵਿੱਚ ਹੁਣ ਇੱਥੇ ਦੇਖਦੇ ਕੋਈ ਬਿੱਲ ਆਉਂਦਾ ਆ, ਲੋਕੀ ਐਕਸਾਈਟਿਡ ਹੁੰਦੇ, ਵੇਟ ਕਰਦੇ ਆ ਵੀ ਬਿੱਲ ਪਾਸ ਹੋ ਜਾਣਾ, ਠੀਕ ਹੈ, ਇਹਨਾਂ ਸਾਨੂੰ ਪਤਾ ਹੋਊਗਾ। ਅੱਛਾ, ਏਦਾਂ ਕਦੀ ਨੀ ਹੋ ਰਿਹਾ ਵੀ ਕੋਈ ਬਿੱਲ ਆ ਰਿਹਾ ਮੂਵ ਕੀ ਵੀ ਇਹ ਨੁਕਸਾਨ ਹੋ ਰਿਹਾ। ਪਰ ਇੰਡੀਆ 'ਚ ਆਉਂਦੇ ਕਾਲੇ ਕਾਨੂੰਨ ਹੈ, ਠੀਕ ਹੈ, ਆਉਂਦੇ ਆਪਣਾ ਬੰਦੇ ਦਾ ਗੱਲ ਪੁੱਟਣ ਵਾਸਤੇ ਹੈ, ਠੀਕ ਹੈ। ਇੱਕ ਇੱਕ ਹੋਰ ਇਹ ਹੋਇਆ ਨਾ ਕਿ ਪੰਜਾਬ ਵਿੱਚ ਸੈਂਟਰ ਆਪਣਾ ਕੰਟਰੋਲ ਕਰਨਾ ਚਾਹੁੰਦੀ ਸੀਗੀ, ਠੀਕ ਹੈ, ਇਹਨਾਂ ਨੇ ਪ੍ਰਵਾਸੀ ਵੀ ਉੱਥੇ ਕਾਫੀ ਐਂਟਰ ਕਰਾਈ ਹੈ, ਨਵਦੀਪ ਜੀ ਮੈਂ ਪੁੱਛਣਾ ਚਾਹੁੰਦਾ ਕਿ ਜੋ ਇੱਥੇ ਬਿੱਲਾਂ ਨੂੰ ਲੈ ਕੇ ਜੋ ਰੋਸ ਚੱਲ ਰਿਹਾ ਪੰਜਾਬ ਦੇ ਵਿੱਚ, ਇਸ ਨੂੰ ਲੈ ਕੇ ਕੀ ਕੈਨੇਡਾ ਦੇ ਵਿੱਚ ਵੀ ਜੋ ਪੰਜਾਬੀ ਸੱਭਿਆਚਾਰ ਦੇ ਲੋਕ ਰਹਿੰਦੇ ਨੇ ਉਹ ਵੀ ਵਿਰੋਧ ਕਰ ਰਹੇ ਨੇ ਕੀ ਆਪਣੇ ਤਰੀਕੇ ਨਾਲ, ਜਾਂ ਕਿਵੇਂ ਉੱਥੇ ਕਿਵੇਂ ਮਾਹੌਲ ਹੈ ਪੰਜਾਬੀ ਲੋਕਾਂ ਦਾ ਇਹਨਾਂ ਬਿੱਲਾਂ ਨੂੰ ਲੈ ਕੇ ਤੁਹਾਡੇ ਬ੍ਰਾਂਪਟਨ ਦੇ ਵਿੱਚ ਔਰ ਕੈਨੇਡਾ ਦੇ ਵਿੱਚ? ਹਾਂਜੀ, ਇੱਥੇ ਵੀ ਬਹੁਤ ਜਿੱਦਾਂ ਸਾਰੇ ਲੋਕੀ ਗੱਲਾਂ ਕਰਦੇ ਬਹੁਤ ਜ਼ਿਆਦਾ, ਇੱਥੇ ਵੀ ਵਿਰੋਧ ਆ, ਲੋਕੀ ਬਹੁਤ ਪਰੇਸ਼ਾਨ ਆ ਵੀ ਪੰਜਾਬ ਵਿੱਚ ਬਹੁਤ ਧੱਕਾ ਚੱਲਦਾ ਪਿਆ, ਪਰ ਇੱਥੇ ਜ਼ਿਆਦਾ ਇੰਨਾ ਹਾਈ ਲੈਵਲ ਤੇ ਕੋਵਿਡ ਕਰਕੇ ਕੋਈ ਜਿੱਦਾਂ ਆਪਣੀ ਆਵਾਜ਼ ਨਹੀਂ ਖੜੀ ਕਰ ਸਕਦੇ ਜਿਹੜੇ ਪੰਜਾਬ ਤੱਕ ਪਹੁੰਚੇ ਜਾਂ ਇੰਡੀਆ ਸੈਂਟਰ ਦੇ ਕੰਮਾਂ ਤੱਕ ਪਹੁੰਚੇ, ਤੇ ਇੱਕ ਕੋਵਿਡ ਕਰਕੇ ਥੋੜਾ ਜਿਹਾ ਉਹ ਫੈਕਟਰ ਹੋ ਜਾਂਦਾ ਜਿਹੜਾ ਤੇ। ਪਰ ਤੁਸੀਂ ਅੱਜ ਸਾਡੇ ਪ੍ਰੋਗਰਾਮ ਨਾਲ ਜੁੜੇ ਹੋ ਤਾਂ ਇੱਕ ਤਰੀਕੇ ਨਾਲ ਤੁਸੀਂ ਸਪੋਰਟ ਹੀ ਕਰ ਰਹੇ ਹੋ ਇਸ ਜੋ ਸਿਲਸਿਲਾ ਚੱਲ ਰਿਹਾ ਇਸ ਵਕਤ ਕਿਸਾਨਾਂ ਦਾ ਮੁੱਦਾ ਜੋ ਚੱਲ ਰਿਹਾ ਹੈ, ਕਿਉਂਕਿ ਜਿੱਦਾਂ ਤੁਸੀਂ ਕੈਨੇਡਾ ਇੰਨੀ ਦੂਰ ਬੈਠੇ ਹੋ ਔਰ ਸਾਡੇ ਨਾਲ ਜੁੜੇ ਹੋ, ਤੁਹਾਡੀ ਅਸੀਂ ਤਾਰੀਫ ਵੀ ਕਰਦੇ ਹਾਂ ਇਸ ਪੱਖੋਂ ਕਿ ਤੁਹਾਨੂੰ ਪੰਜਾਬ ਦਾ ਇੰਨਾ ਖਿਆਲ ਹੈ। ਔਰ ਇਸ ਵਕਤ ਜਿੱਥੇ ਅਸੀਂ ਅੱਜ ਇੱਥੇ ਇੰਡੀਆ ਦੇ ਵਿੱਚ ਇਸ ਵੇਲੇ ਦਿਨ ਦਾ ਮਾਹੌਲ ਹੈ, ਉੱਥੇ ਇਸ ਵਕਤ ਰਾਤ ਹੋਣੀ ਹੈ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਜੁੜੇ, ਤੇ ਉਮੀਦ ਕਰਦੇ ਹਾਂ ਕਿ ਤੁਸੀਂ ਅੱਗੇ ਵੀ ਆਪਣਾ ਪੱਖ ਇਸ ਪ੍ਰੋਗਰਾਮ ਰਾਹੀਂ ਜ਼ਰੂਰ ਸਾਂਝਾ ਕਰਦੇ ਰਹੋਗੇ ਦਰਸ਼ਕਾਂ ਨਾਲ। ਨਵਦੀਪ, ਖਾਸ ਤੌਰ ਦੇ ਉੱਤੇ ਬ੍ਰੈਂਪਟਨ ਤੋਂ ਕੈਨੇਡਾ ਤੋਂ, ਜਿਨ੍ਹਾਂ ਨੇ ਦੱਸਿਆ ਕਿ ਕਿਵੇਂ ਕੈਨੇਡਾ ਵਿੱਚ ਵੀ ਚਰਚਾ ਹੋ ਰਹੀਆਂ ਨੇ, ਕਿਉਂਕਿ ਜਦੋਂ ਕੋਈ ਗੱਲ ਇਹੋ ਜਿਹੀ ਆਉਂਦੀ ਹੈ ਸਾਹਮਣੇ ਤਾਂ ਕਿਤੇ ਨਾ ਕਿਤੇ ਜਿੱਥੇ ਪੰਜਾਬੀ ਖਾਸ ਤੌਰ ਦੇ ਉੱਤੇ, ਔਰ ਜੇ ਅਸੀਂ ਪ੍ਰਵਾਸੀ ਪੰਜਾਬੀਆਂ ਦੀ ਗੱਲ ਕਰੀਏ, ਉਹਨਾਂ ਦੇ ਅੰਦਰ ਤਾਂ ਵੈਸੇ ਹੀ ਮਨ ਦੇ ਵਿੱਚ ਤਾਂਘ ਹੁੰਦੀ ਹੈ ਕਿ ਕਿਸ ਤਰੀਕੇ ਨਾਲ ਅਸੀਂ ਉੱਡ ਕੇ, ਜਿੱਦਾਂ ਅਸੀਂ ਗਾਣਾ ਵੀ ਪਹਿਲਾਂ ਸੁਣਦੇ ਸੀ ਕਿ ਕੋਈ ਇਹੋ ਜਿਹਾ ਜਹਾਜ਼ ਬਣਾਵਾਂ ਕਿ ਮੈਂ ਕੈਨੇਡਾ ਦੇ ਵਿੱਚ ਸਵੇਰੇ ਕੰਮ ਨੂੰ ਮੈਂ ਕੈਨੇਡਾ 'ਚ ਆ ਜਾਵਾਂ, ਬਹੁਤ ਮਸ਼ਹੂਰ ਹੋਇਆ ਸੀ। ਮਨਦੀਪ ਜੀ ਮੈਂ ਇੱਥੇ ਰੋਕਣਾ ਚਾਹੂੰਗਾ, ਇੱਕ ਮੈਂ ਤੁਹਾਨੂੰ ਹੁਣ ਇਨਫੋਰਮੇਸ਼ਨ ਦੇ ਦਈਏ ਦਰਸ਼ਕਾਂ ਨੂੰ ਕਿ ਜੋ ਕਣਕਾਂ ਦਾ ਸਮਰਥਨ ਮੁੱਲ ਸੀ ਉਹ ਉਸ ਦੇ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਕੇਂਦਰ ਦੀ ਸਰਕਾਰ ਵੱਲੋਂ, ਜਿਸ ਨੂੰ ਕਿ ਹੁਣ ਪੰਜਾਬ ਦੇ CM ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਇੱਕ ਕਿਸਾਨਾਂ ਦੇ ਨਾਲ ਬਿਲਕੁਲ ਹੀ ਕੋਝਾ ਮਜ਼ਾਕ ਹੈ, ਤੇ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮਨਦੀਪ ਜੀ? ਜੋ 50 ਰੁਪਏ ਦਾ ਸਮਰਥਨ ਮੁੱਲ ਵਧਾਇਆ ਗਿਆ ਕੇਂਦਰ ਵੱਲੋਂ, ਕੀ ਇਹ ਕਿਸਾਨਾਂ ਦੇ ਜੋ ਪ੍ਰੋਟੈਸਟ ਚੱਲ ਰਿਹਾ ਉਸ ਦੇ ਉੱਪਰ ਕਹਿਣ ਦਾ ਮੈਂ ਜ਼ਖਮਾਂ ਦੇ ਉੱਪਰ ਮੱਲਮ ਲਾਉਣ ਦਾ ਕੰਮ ਹੈ, ਜਾਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਨੂੰ? ਦੇਖੋ, 50 ਰੁਪਏ ਵਧਾ ਦੇਣੇ ਠੀਕ ਹੈ, ਉਹਨਾਂ ਨੇ 50 ਰੁਪਏ ਵਧਾਇਆ, ਲੇਕਿਨ ਬਹੁਤ ਸਾਰੇ ਸਿਆਸੀ ਲੀਡਰ ਇਹ ਵੀ ਕਹਿ ਰਹੇ ਨੇ ਕਿ 50 ਰੁਪਏ ਵਧਾਉਣਾ ਸਿਰਫ ਬਹੁਤ ਜ਼ਿਆਦਾ ਨਿਗੁਣਾ ਜਿਹਾ ਹੈਗਾ ਕਿਸਾਨਾਂ ਦੇ, ਔਰ ਉਹਨਾਂ ਦੇ ਕਿਸਾਨਾਂ ਦੇ ਪ੍ਰਤੀ ਜਿਹੜਾ ਉਹਨਾਂ ਨੇ ਸਿਰਫ 50 ਰੁਪਏ ਵਧਾਇਆ, ਕੋਈ ਬਹੁਤ ਵੱਡੀ ਗੱਲ ਨਹੀਂ ਕੀਤੀ ਹੈ ਉਹਨਾਂ ਨੇ। ਸੋ ਮੇਰਾ ਤਾਂ ਇਹੀ ਮੰਨਣਾ, ਔਰ ਬਹੁਤ ਸਾਰੇ ਸਿਆਸੀ ਲੀਡਰ ਵੀ ਕਹਿ ਰਹੇ ਕਿ ਜਿਹੜੇ 50 ਰੁਪਏ ਵਧਾਇਆ ਇਸ ਵਕਤ ਇਹ ਸਭ ਤੋਂ ਘੱਟ ਵਧਾਇਆ ਗਿਆ। ਜੇ ਅਸੀਂ ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਪਿਛਲੇ ਸਾਲਾਂ ਵਿੱਚ ਜੋ ਵਾਧਾ ਹੁੰਦਾ ਸੀ ਉਹ ਬਹੁਤ ਜ਼ਿਆਦਾ ਹੁੰਦਾ ਸੀ, ਪਰ ਹੁਣ 50 ਰੁਪਏ ਵਧਾਇਆ, ਪਰ ਹੁਣ 1975 ਰੁਪਏ ਹੋ ਗਿਆ ਕਣਕਾਂ ਦਾ ਜੋ ਸਮਰਥਨ ਮੁੱਲ ਹੈ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ। ਇਸ ਤੋਂ ਇਲਾਵਾ ਮਨਦੀਪ ਮੈਂ ਆਪਣੇ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਕੱਲ ਰਵਨੀਤ ਸਿੰਘ ਬਿੱਟੂ ਜੀ ਤੇ ਨਾਲ ਹੋਰ ਜੋ 4 ਸਾਂਸਦ ਸੀਗੇ ਉਹ ਆਪਣਾ ਜਾ ਰਹੇ ਸੀ ਰਾਸ਼ਟਰਪਤੀ ਨੂੰ ਮਿਲਣ ਲਈ, ਤੇ ਰਸਤੇ ਦੇ ਵਿੱਚ ਹੀ ਉਹਨਾਂ ਨੂੰ ਘੇਰ ਲਿਆ ਗਿਆ ਪੁਲਿਸ ਵੱਲੋਂ, ਤੇ ਸਾਡੇ ਨਾਲ ਇੱਕ ਹੋਰ ਕੋਲਰ ਜੁੜ ਰਹੇ ਨੇ, ਉਹਨਾਂ ਨਾਲ ਗੱਲ ਕਰ ਲਈਏ।
ਸਤਿ ਸ੍ਰੀ ਅਕਾਲ ਸਰ, ਕਿੱਥੋਂ ਗੱਲ ਕਰਦੇ ਹੋ ਜੀ? ਕੀ ਨਾਂ ਤੁਹਾਡਾ? ਹਾਂਜੀ, ਵਾਹਿਗੁਰੂ ਖਾਲਸਾ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਹਾਂਜੀ ਹਾਂਜੀ, ਕੀ ਨਾਂ ਜੀ ਤੁਹਾਡਾ, ਕਿੱਥੋਂ ਗੱਲ ਕਰਦੇ ਹੋ? ਮਹਿੰਦਰ ਸਿੰਘ ਜੀ। ਠੀਕ ਹੈ ਮਹਿੰਦਰ ਸਿੰਘ ਜੀ, ਕਿੱਥੋਂ ਗੱਲ ਕਰਦੇ ਹੋ ਤੁਸੀਂ? ਪਟਿਆਲਾ ਪਲਵਿੰਦਰ ਸਿੰਘ ਦਾ ਡੈਡੀ ਹੈ ਜੀ। जी। सर मैं गल करनी चाहूंगा थोड़े नाल, खास तौर दे उत्ते तुसी किसानी नाल जुड़े हुए। जिदा पहला असी गल करिए किसानी दी, खास तौर दे उत्ते साडा मुद्दा इह है कि अज जो बिल पास हो चुके ने, खास तौर दे उत्ते तीजा बिल भी पास हो चुके है, ते वस्तु सोध बिल जिसनु असी कहंदे आ, की उम्मीद रखदे आ हुण जो किसानां दा रोस प्रदर्शन चल रहा है, और खास तौर दे उत्ते 25 सितंबर ਨੂੰ ਜਿਹੜਾ ਹੋਕਾ ਦਿੱਤਾ ਜਾ ਰਿਹਾ ਕਿਸਾਨਾਂ ਵੱਲੋਂ ਵੀ, ਫਿਲਮੀ ਸਿਤਾਰਿਆਂ ਵੱਲੋਂ ਵੀ, ਸਿੰਗਰਾਂ ਵੱਲੋਂ ਵੀ, ਕਿ ਇਕੱਠੇ ਹੋਣਾ ਹੈ, ਔਰ ਦੂਜੇ ਪਾਸੇ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਕਿ ਇਹ ਜਿਹੜੇ ਬਿੱਲ ਨੇ ਇਹ ਤਾਂ ਕਿਸਾਨਾਂ ਦੇ ਅਸੀਂ ਹੱਕ ਦੇ ਲਈ ਲੈ ਕੇ ਆ ਰਹੇ ਹਾਂ, ਉਹਨਾਂ ਦੇ ਭਲੇ ਲਈ ਲੈ ਕੇ ਆ ਰਹੇ ਹਾਂ। ਤੁਸੀਂ ਕਿਵੇਂ ਸੋਚਦੇ ਆ, ਤੁਸੀਂ ਕਿਵੇਂ ਵੇਖਦੇ ਆ ਸਾਰੀ ਚੀਜ਼ ਨੂੰ? ਹਾਂਜੀ ਬੇਟਾ ਜੀ, ਪਹਿਲੀ ਗੱਲ ਤਾਂ ਇਹ ਵਾ, ਅੱਜ ਪੰਜਾਬ ਦੇ ਵਿੱਚ ਜੇ ਆਪਾਂ ਜ਼ਮੀਨੀ ਪੱਧਰ ਤੇ ਦੇਖੀਏਗਾ, ਹਾਂਜੀ ਜ਼ਮੀਨੀ ਪੱਧਰ ਦੇ ਉੱਤੇ ਤਕਰੀਬਨ 2 ਤੋਂ 4 ਕਿੱਲਿਆਂ ਦਾ 5 ਕਿੱਲਿਆਂ ਵਾਲਾ ਜ਼ਿਮੀਦਾਰ ਰਹਿ ਗਿਆ, ਔਰ ਜੇ ਜ਼ਮੀਨੀ ਪੱਧਰ ਤੇ ਆਪਾਂ ਪਿੰਡਾਂ ਦੇ ਵਿੱਚ ਵਿਚਰ ਕੇ ਵੇਖੀਏ ਤੇ ਹਾਲਾਤ ਬੜੇ ਮਾੜੇ ਨੇ। ਇਸ ਵਾਸਤੇ ਜਿਹੜਾ ਇਹ ਬਿੱਲ ਆਇਆ ਹੁਣ, ਜਿਹੜਾ ਇਹ ਸਰਕਾਰੀ ਖਰੀਦ ਜਿਹੜੀ ਆ ਇਹ ਬੰਦ ਹੋਣ ਜਾ ਰਹੀ ਆ। ਠੀਕ ਹੈ, ਸਰਕਾਰ ਤਾਂ ਕਹਿ ਰਹੀ ਹੈ ਕਿ ਬੰਦ ਨਹੀਂ ਹੋਣੀ, ਪਰ ਲੇਕਿਨ ਆਉਣ ਵਾਲਾ ਸਮਾਂ ਇਹ ਦੱਸੇਗਾ ਕਿ ਅੱਜ ਤੋਂ ਸਾਲ 2 ਸਾਲ ਤਾਂ ਨਿਕਲ ਕੇ ਖਰੀਦ ਕਰੇਗੀ, ਪਰ ਲੇਕਿਨ ਉਸ ਤੋਂ ਬਾਅਦ ਜਿਹੜਾ ਕਾਰਪੋਰੇਟ ਘਰਾਣੇ ਨੇ ਉਹ ਆਪਣੀ ਮਰਜ਼ੀ ਕਰਨਗੇ, ਔਰ ਮਰਜ਼ੀ ਦੇ ਅਨੁਸਾਰ ਇਹਦਾ ਸਿੱਟਾ ਮੈਂ ਦੇਖਿਆ ਕਿ ਯੂਪੀ ਦੇ ਵਿੱਚੋਂ ਇੱਥੇ ਹਰਿਆਣੇ ਦੇ ਅੰਦਰ ਆ ਕੇ 11-21 ਜਿਹੜੀ 3500-4000 ਨੂੰ ਲੱਗਦੀ ਸੀ, ਇੱਥੇ 1500 ਨੂੰ ਉੱਥੋਂ ਖਰੀਦ ਕੇ ਲਿਆਉਂਦੇ ਰਹੇ ਵਪਾਰੀ। ਠੀਕ ਹੈ, ਤੁਸੀਂ ਝੋਨੇ ਦੀ ਗੱਲ ਕਰਦੇ ਹੋ? ਹਾਂਜੀ ਹਾਂਜੀ ਹਾਂਜੀ। ਠੀਕ ਹੈ, ਤੇ ਇਸ ਵਾਸਤੇ ਜਿਹੜਾ ਇਹ ਮੰਡੀਕਰਨ ਬੋਰਡ ਜਿਹੜਾ ਖਤਮ ਹੁੰਦਾ ਤਾਂ ਇਹ ਜ਼ਰੂਰ ਕਿਸਾਨਾਂ ਨੂੰ ਧੱਕਾ ਲੱਗੇਗਾ, ਔਰ ਜਿਹੜਾ 25 ਤਰੀਕ ਦਾ ਜ਼ਿਮੀਦਾਰਾਂ ਦਾ ਇਕੱਠ ਹੈ ਇਹਦੇ ਬਾਰੇ ਤਾਂ ਹਰ ਬੰਦੇ ਨੂੰ ਫਰਜ਼ ਬਣਦਾ ਹੈ ਕਿ ਅਸੀਂ ਆਪਣਾ ਸਮਝ ਕੇ, ਆਪਣਾ ਕੰਮ ਸਮਝ ਕੇ ਇਹਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰੀਏ। ਪਰ ਮੋਦੀ ਸਰਕਾਰ ਮੈਨੂੰ ਨੀ ਲੱਗਦਾ ਕਸ ਤੋਂ ਮਸਤ ਹੋਵੇ, ਕਿਉਂਕਿ ਉਹਨੇ ਜੋ ਕੁਝ ਅੱਜ ਤੱਕ ਕੀਤਾ, ਜਿੰਨੇ ਵੀ ਕੰਮ ਕੀਤੇ ਨੇ ਗਲਤ ਤੌਰ ਤੇ ਕੀਤੇ ਨੇ, ਜਿੰਨੇ ਵੀ ਕੀਤੇ ਨੇ, ਮੈਂ ਤਾਂ ਕਹਾਂਗਾ ਇੱਕ ਵੀ ਚੰਗਾ ਨੀ ਕੀਤਾ, ਪਰ ਲੇਕਿਨ ਉਹ ਲੋਕਾਂ ਦੀ ਗਲੇ ਦੀ ਇੱਕ ਫਾਹਾ ਬਣ ਗਿਆ, ਗਲੇ ਦੀ ਹੱਡੀ ਬਣ ਗਿਆ, ਨਾ ਉਹਨੂੰ ਅੰਦਰ ਲੰਘਾਉਣ ਜੋਗੇ, ਨਾ ਉਹਨੂੰ ਬਾਹਰ ਕੱਢਣ ਜੋਗੇ। ਔਰ ਜ਼ਿਮੀਦਾਰ ਦੀ ਹਾਲਾਤ ਆਉਣ ਵਾਲੇ ਸਮੇਂ ਦੇ ਅੰਦਰ ਜੀ ਇਸ ਤਰ੍ਹਾਂ ਹੋਈ ਤਾਂ ਬਹੁਤ ਮਾੜੀ, ਕਾਰਪੋਰੇਟ ਘਰਾਣੇ ਸਾਡੀਆਂ ਜ਼ਮੀਨਾਂ ਖਰੀਦਣਗੇ, ਸਾਨੂੰ ਆਪਣੇ ਇਹਦੇ ਖੇਤਾਂ ਦੇ ਵਿੱਚ ਆਪਣਿਆਂ ਦੀ ਦਿਹਾੜੀ ਕਰਨੀ ਪਊਗੀ, ਇਸ ਕਰਕੇ ਆਉਣ ਵਾਲਾ ਪਿੰਡ ਸਾਡਾ ਬੜਾ ਜਿਹੜਾ ਹੈ ਉਹ ਖਤਰਨਾਕ ਹੈ, ਬੜਾ ਮਾੜਾ ਹੋਏਗਾ। ਬਜ਼ੁਰਗੋ ਮੈਂ ਇੱਕ ਗੱਲ ਪੁੱਛਣੀ ਚਾਹਾਂਗਾ ਕਿ ਨਰਿੰਦਰ ਸਿੰਘ ਤੋਮਰ ਜਿਹੜੇ ਕਿ ਸਾਡੇ ਖੇਤੀਬਾੜੀ ਮੰਤਰੀ ਨੇ ਕੇਂਦਰ ਵਿੱਚ, ਤੇ ਉਹਨਾਂ ਨੂੰ ਕਿਸਾਨਾਂ ਦੇ ਇੱਕ ਧੜੇ ਨਹੀਂ ਬਲਕਿ ਪਗੜੀ ਵੀ ਪਵਾਈ ਹੈ, ਉਹ ਕਹਿੰਦੇ ਕਿ ਬਹੁਤ ਵਧੀਆ ਤੁਸੀਂ ਕੰਮ ਕੀਤਾ ਕਿਸਾਨਾਂ ਦੇ ਭਲੇ ਲਈ, ਤਾਂ ਫਿਰ ਉਹ ਕਿਹੜੇ ਕਿਸਾਨ ਨੇ ਜਿਨ੍ਹਾਂ ਨੇ ਉਹਨਾਂ ਜਾ ਕੇ ਇੰਨਾ ਸਨਮਾਨ ਕੀਤਾ? ਉਹ ਕਹਿੰਦੇ ਕਿ ਕਿਸਾਨਾਂ ਨੇ ਤਾਂ ਸਾਡਾ ਸਨਮਾਨ ਕੀਤਾ ਕਿ ਕਿਸਾਨ ਤਾਂ ਬਹੁਤ ਖੁਸ਼ ਹੈ, ਤੇ ਉਹ ਕਹਿ ਰਿਹਾ ਕਿ ਇਹ ਕੁਝ ਕੁ ਲੋਕ ਨੇ, ਕੁਝ ਕੁ ਸਿਆਸੀ ਨੇਤਾ ਨੇ ਜਿਹੜੇ ਕਿਸਾਨਾਂ ਨੂੰ ਸਾਡੇ ਖਿਲਾਫ ਭੜਕਾ ਰਹੇ ਨੇ। ਹਾਂਜੀ ਹਾਂਜੀ, ਮੇਰੀ ਦੀ ਗੱਲ ਇਸ ਤਰ੍ਹਾਂ ਹੈ ਕਿ ਪਿੱਛੇ ਵੀ ਤੁਸੀਂ ਦੇਖਿਆ ਹੋਣਾ ਕਿ ਜਦੋਂ ਜ਼ਿਮੀਦਾਰਾਂ ਦੇ ਜਿਹੜੇ ਜ਼ਿਆਦਾ ਚੱਲਦੇ ਸਨ ਇਹੋ ਜਿਹੇ ਐਜੀਟੇਸ਼ਨ ਬਾਰੇ ਪ੍ਰੋਗਰਾਮ ਹੜਤਾਲਾਂ, ਤਾਂ ਉਹਨਾਂ ਦੇ ਵਿੱਚ ਕੁਛ ਬੰਦੇ ਜਿਹੜੇ ਸੀ ਉਹ ਸਰਕਾਰ ਦੇ ਨਾਲ ਰਲ ਗਏ। ਠੀਕ ਹੈ, ਜਿਵੇਂ ਪਿੱਛੇ ਲੱਖੋਵਾਲ ਦੀ ਗੱਲ ਕਰੋ, ਲੱਖੋਵਾਲ ਨੇ ਕੋਈ ਆਪਣਾ ਪ੍ਰੋਗਰਾਮ ਸ੍ਰੀ ਚੜ੍ਹਦੇ ਨੀ ਦਿੱਤਾ, ਇਸੇ ਤਰ੍ਹਾਂ ਕੋਈ ਸਰਕਾਰ ਹੁਣ ਇਸ ਨੂੰ ਵੀ ਫੇਲ ਕਰਨ ਵਾਸਤੇ ਸਰਕਾਰ ਨੇ ਆਪਣੇ ਬੰਦੇ ਛੱਡੇ ਨੇ, ਜਿਨ੍ਹਾਂ ਨੇ ਸਰੂਪੇ ਪੁਆਏ ਨੇ। ਠੀਕ ਹੈ, ਤੇ ਇਸ ਵਾਸਤੇ ਇਹ ਜਿਹੜੇ ਲੋਕ ਨੇ, ਬਾਕੀ ਤੋਮਰ ਕਹਿ ਰਿਹਾ ਮੈਂ ਗੱਲ ਕਰਨ ਨੂੰ, ਜਦੋਂ ਆਪਣੀ ਕਿਸਾਨ ਯੂਨੀਅਨ ਵਾਲੇ ਲੀਡਰ ਜਿਹੜੇ ਨੇ ਸਾਡੇ ਉਹ ਗੱਲ ਕਹਿ ਰਹੇ ਨੇ, ਬੜੇ ਬੜੇ ਵੱਡੇ ਵਿਦਵਤਾ ਵਾਲੇ ਬੰਦੇ ਬੈਠੇ ਨੇ ਉਹ ਗੱਲ ਕਹਿੰਦੇ ਨੇ ਕਿ ਸਾਡੇ ਨਾਲ ਗੱਲ ਕਰੋ। ਹੁਣ ਮੰਨ ਲਓ ਮੇਰੀ ਫਸਲ ਆ, ਮੇਰੀ ਫਸਲ ਜਿਹੜੀ ਆ ਉਹ 4000-2000 ਦਾ ਰੇਟ ਆ, ਜੇ ਮੇਰੀ 1000 ਨੂੰ ਖਰੀਦੇਗਾ ਤਾਂ ਮੈਂ ਕਿੱਥੇ ਜਾਵਾਂਗਾ? ਇਹਦੇ ਵਿੱਚ ਵੱਧ ਤੋਂ ਵੱਧ ਅਸੀਂ SDM ਕੋਲ ਜਾਵਾਂਗੇ, ਔਰ ਸਿਆਸਤ ਦੇ ਅੰਦਰ ਮੈਂ ਵੇਖਿਆ SDM DS DC ਇੱਥੋਂ ਤੱਕ ਜਿੰਨੇ ਸਾਰੇ ਅਫਸਰ ਨੇ, ਡਾਇਰੈਕਟਰ ਤੱਕ ਸਾਰੇ ਸਰਕਾਰ ਦੇ ਹੁੰਦੇ ਨੇ, ਔਰ ਕੋਈ ਕਿਸੇ ਦੀ ਸੁਣਵਾਈ ਨਹੀਂ ਕਰਦਾ, ਜਿਹਦੀ ਸਰਕਾਰ ਹੋਊਗੀ ਉਹਦੀ ਚੱਲਦੀ। ਠੀਕ ਹੈ, ਇਸ ਵਾਸਤੇ ਇਹਦੇ ਵਿੱਚ ਕੋਰਟ ਦਾ ਤਾਂ ਕੋਈ ਰਾਹ ਹੀ ਕੋਈ ਨਹੀਂ ਕਿ ਮੇਰੇ ਨਾਲ ਧੱਕਾ ਹੋ ਰਿਹਾ ਕਿ ਮੈਂ ਕੋਰਟ ਦੇ ਵਿੱਚ ਆਪਣੀ ਸੁਣਵਾਈ ਕਰ ਸਕਾਂ। ਸਭ ਤੋਂ ਵੱਡਾ ਜਿਹੜਾ ਇਹਦੇ ਵਿੱਚ ਕੋਰਟ ਦਾ ਸਿਲਸਿਲਾ ਨਹੀਂ, ਉਸ ਤੇ ਬੜਾ ਵੱਡਾ ਸ਼ੰਕਾ ਪੈਦਾ ਕਰਦਾ ਹੈ। ਤੇ MSP ਜਿਹੜੀ MSP ਨੂੰ ਜਾਰੀ ਰੱਖੋ, MSP ਤਾਂ ਮੰਨ ਲਓ ਹੁਣ ਸਾਡੇ ਇੱਥੇ ਹੀ ਹਰਿਆਣੇ ਦੇ ਵਿੱਚ ਵੇਚਦੇ ਆ, ਇੱਥੇ ਵੇਖਿਆ ਮੱਕੀਆਂ ਮੰਡੀਆਂ ਦੇ ਵਿੱਚ, ਮੈਂ ਰੋਂਦੀਆਂ ਵੇਖਿਆ ਨੇ, ਉਰਦ ਰੋਂਦੇ ਵੇਖੇ ਨੇ ਮੰਡੀਆਂ ਦੀਆਂ। ਤੁਸੀਂ ਹਰਿਆਣੇ ਦੀ ਕਿਹੜੀ ਮੰਡੀ ਦੀ ਗੱਲ ਕਰਦੇ ਹੋ ਤੁਸੀਂ? ਹੈਲੋ, ਹਾਂਜੀ, ਮੈਂ ਕਿਹਾ ਹਰਿਆਣੇ ਦੀ ਕਿਹੜੀ ਮੰਡੀ ਦੀ ਗੱਲ ਕਰਦੇ ਹੋ? ਇਸਮਾਇਲਾਬਾਦ ਦੇ ਅੰਦਰ ਪਿੱਛੇ ਆਇਆ ਨਾ ਬਹੁਤ ਜ਼ਿਆਦਾ ਮੱਕੀ ਅਰਕਾ ਬਹੁਤ ਜ਼ਿਆਦਾ ਹੋਈ ਸੀ, ਉਹਦੇ ਵਿੱਚ ਅਸੀਂ ਰੋਂਦਿਆਂ ਦੇਖਿਆ, ਲੋਕ ਲੈਂਦੇ ਹੀ ਕੋਈ ਨਹੀਂ ਸਨ,
ਚੁੱਭੇ ਛੁੱਡੇ ਮਾਰੀ ਜਾਂਦੇ ਸਨ। ਅੱਜ ਵੀ ਮੈਂ ਮੰਡੀ ਦੇ ਵਿੱਚੋਂ ਆਇਆ ਔਰ ਜੋ ਹਾਲਾਤ ਮੰਡੀ ਬਿਲਕੁਲ ਭਰੀ ਪਈ ਹੈ ਜੀਰੀ ਨਾਲ ਤੇ ਅਜੇ ਕੋਈ ਡਾਕ ਵਪਾਰੀ ਹੈ ਨੀ ਉੱਥੇ। ਹਾਲਾਂਕਿ ਨਵਾਂ ਪ੍ਰੋਗਰਾਮ ਹੈ, ਸਰਕਾਰ ਧਰਤੀ ਨੂੰ ਖਰੀਦੇਗੀ ਵੀ ਪਰ ਅਜੇ ਕੋਈ ਖਰੀਦ ਰਹੀ। ਅੱਛਾ ਬਜ਼ੁਰਗ, ਮੈਂ ਪੁੱਛਣਾ ਚਾਹਾਂਗਾ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਮੰਡੀ ਵਿੱਚੋਂ ਹੀ ਆਏ ਹੋ, ਸੋ ਤੁਸੀਂ ਇਹ ਦੱਸ ਸਕਦੇ ਹੋ ਕਿ ਮੰਡੀਆਂ ਦੇ ਵਿੱਚ ਹੁਣ ਆੜਤੀਆਂ ਦਾ ਕੀ ਮਾਹੌਲ ਹੈ? ਆੜਤੀ ਕੀ ਕਹਿੰਦੇ ਨੇ ਕਿ ਉਹ ਜਿੱਦਾਂ ਝੋਨਾ ਵਗੈਰਾ ਤੁਸੀਂ ਲੈ ਕੇ ਜਾ ਰਹੇ ਹੋ ਉਹ ਲੈ ਰਹੇ ਨੇ ਤੁਹਾਡੀ ਫਸਲ ਵਗੈਰਾ? ਆੜਤੀਆਂ ਦਾ ਜਿਹੜਾ ਹਾਲਾਤ ਨੇ ਜੀ ਬੜੇ ਮਾੜੇ ਤੋਂ ਵੀ ਮਾੜੇ ਹੋ ਗਏ, ਕਿਉਂਕਿ ਅਸੀਂ ਆੜਤੀਆਂ ਦੇ ਕੋਲੋਂ ਪੈਸਾ ਚੁੱਕਿਆ ਹੋਇਆ ਹੈ, ਕਿਸੇ ਨੇ 2 ਲੱਖ, ਕਿਸੇ ਨੇ 4 ਲੱਖ, ਆਪੋ ਆਪਣੀ ਲਿਮਿਟ ਦੇ ਮੁਤਾਬਕ, ਕਿਸੇ ਨੇ 10 ਲੱਖ। ਠੀਕ ਹੈ। ਤੇ ਜਦੋਂ ਉਹਨਾਂ ਦਾ ਵਿਚਾਰਿਆਂ ਕੋਲ ਕੋਈ ਫਸਲ ਵਿਕਣੀ ਨਹੀਂ, ਉਹਨਾਂ ਦਾ ਪੈਸਾ ਹੀ ਪੂਰਾ ਨਹੀਂ ਹੋਣਾ, ਅੱਗੋਂ ਕਿਸਾਨ ਦੀ ਤੇ ਆੜਤੀ ਦਾ ਤੇ ਹੋਰ ਜ਼ਿਆਦਾ ਆਪੋ ਦੇ ਵਿੱਚ ਝਗੜਾ ਹੋਏਗਾ। ਠੀਕ ਹੈ। ਤੇ ਆੜਤੀ ਜਿਹੜਾ ਜ਼ਿਆਦਾ ਮਸ਼ਹੂਰ ਸੀ ਆੜਤੀ ਹੋਇਆ ਹੋਇਆ, ਕਿਸਾਨ ਜਿੰਨਾ ਹੀ ਆੜਤੀ ਮਜ਼ਬੂਰ ਨੇਗੀ ਉਹ, ਕਿਉਂਕਿ ਉਹਨੂੰ ਆਪਣਾ ਫਿਕਰ ਹੈ ਕਿ ਮੇਰਾ ਕਾਰੋਬਾਰ ਬੰਦ ਹੋਵੇਗਾ। ਇੱਕ ਨਹੀਂ, ਮੈਂ ਤਾਂ ਕਹਿ ਰਿਹਾ ਕਿ ਛੋਟੇ ਕਾਰੋਬਾਰ ਸਾਰੇ ਖਤਮ ਹੋਣਗੇ ਜੀ ਜ਼ਿਮੀਂਦਾਰਾਂ ਦਾ। ਬਜ਼ੁਰਗਾਂ ਨੇ ਦੱਸਿਆ ਕਿ ਉਹ ਮੰਡੀ ਦੇ ਵਿੱਚ ਜਾ ਕੇ ਆਏ, ਹਰਿਆਣੇ ਦੇ ਵਸਨੀਕ ਨੇ, ਔਰ ਖਾਸ ਤੌਰ ਦੇ ਉੱਤੇ ਗੱਲ ਕੀਤੀ ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸੋ ਸਾਡੇ ਨਾਲ ਜੁੜੇ ਹੋਏ ਸਨ ਖਾਸ ਤੌਰ ਦੇ ਉੱਤੇ ਹਰਿਆਣੇ ਨਾਲ ਸੰਬੰਧਿਤ ਕਿਸਾਨ, ਦੱਸ ਰਹੇ ਸਨ ਕਿ ਕਿਸਾਨਾਂ ਦਾ ਜਿਹੜਾ ਰੋਹ ਹੈਗਾ ਉਹ ਵੱਧਦਾ ਜਾ ਰਿਹਾ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਪੂਰੇ ਹਿੰਦੁਸਤਾਨ ਦੀ, ਤਾਂ ਹਿੰਦੁਸਤਾਨ ਦਾ ਉਹ ਸਮਾਂ ਸੀ ਕਦੇ ਜਦੋਂ ਸਾਨੂੰ ਆਜ਼ਾਦੀ ਮਿਲੀ ਤੇ ਉਸ ਤੋਂ ਬਾਅਦ ਇੰਨੀ ਭੁੱਖਮਰੀ ਸੀ ਇੱਥੇ ਕਿ ਜੋ ਅਨਾਜ ਸੀ ਉਹ ਦੇਸ਼ ਦਾ ਪੇਟ ਭਰਨ ਦੇ ਲਈ ਪੂਰਾ ਨਹੀਂ ਪੈਂਦਾ ਸੀ। ਤਾਂ ਉਸ ਵਕਤ ਪੰਜਾਬ ਦੇ ਕਿਸਾਨਾਂ ਨੇ ਹੰਬਲਾ ਸੰਭਾਲਿਆ। ਕਿਸਾਨਾਂ ਨੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਖਾਸ ਤੌਰ ਦੇ ਉੱਤੇ ਨਾਰਾ ਵੀ ਦਿੱਤਾ ਜਾਂਦਾ ਹੈ ਜੈ ਜਵਾਨ ਜੈ ਕਿਸਾਨ, ਔਰ ਜਵਾਨੀ ਵੀ ਆਰਮੀ ਦੇ ਵਿੱਚ ਪੰਜਾਬ ਨੇ ਦਿੱਤੀ ਹੈ, ਔਰ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਤਾਂ ਕਿਸਾਨੀ ਵੀ ਪੰਜਾਬ ਨੇ ਹੀ ਦਿੱਤੀ ਹੈ। ਪੰਜਾਬ ਨਹੀਂ ਬਲਕਿ ਪੰਜਾਬ ਦੇ ਕਿਸਾਨ ਹੀ ਵੱਖ ਵੱਖ ਸੂਬਿਆਂ ਦੇ ਵਿੱਚ ਜਾ ਕੇ ਉੱਥੇ ਪ੍ਰਫੁੱਲਤ ਹੋਏ ਨੇ, ਉਹਨਾਂ ਨੂੰ ਪ੍ਰਫੁੱਲਤ ਕੀਤਾ ਹੈ, ਬਲਕਿ ਭਾਵੇਂ ਉਹ MP ਹੋਵੇ ਭਾਵੇਂ ਬਿਹਾਰ ਹੋਵੇ ਹੋਰ ਸਾਰੀ। ਮੇਰੇ ਖਿਆਲ ਨਾਲ ਇੱਕ ਕਾਲਰ ਸਾਡੇ ਨਾਲ ਹੋਰ ਜੁੜ ਗਏ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਸਤਿ ਸ਼੍ਰੀ ਅਕਾਲ, ਜਸਵੀਰ ਸਿੰਘ ਜੀ। ਜੀ ਜਸਵੀਰ ਜੀ, ਤੁਹਾਡਾ ਸਵਾਗਤ ਕਰਦੇ ਹਾਂ ਨਿਰਪੱਖ ਪੋਸਟ ਦੇ ਉੱਤੇ। ਅੱਜ ਦਾ ਮੁੱਦਾ ਜਿਹੜਾ ਚੱਲ ਰਿਹਾ ਜੀ ਕਿਸਾਨਾਂ ਦੇ ਉੱਤੇ ਹੈਗਾ, ਤੇ ਅਸੀਂ ਵੇਖ ਰਹੇ ਹਾਂ ਕਿ ਰੋਹ ਵੱਧਦਾ ਜਾ ਰਿਹਾ ਕਿਸਾਨਾਂ ਦਾ, ਲੇਕਿਨ ਕਿਸਾਨਾਂ ਦੇ ਰੋਹ ਦੇ ਵਿਚਕਾਰ ਵੀ ਜਿਹੜਾ ਇਹ ਸੰਗਰਾਮ ਜਿਹੜਾ ਚੱਲ ਰਿਹਾ। ਹਾਲਾਂਕਿ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਕਿ ਇਹ ਕੋਈ ਸੰਗਰਾਮ ਨਹੀਂ ਹੈ, ਕੇਂਦਰ ਸਰਕਾਰ ਇਸ ਨੂੰ ਇੱਕ ਤਿਉਹਾਰ ਦੀ ਤਰ੍ਹਾਂ ਮਨਾ ਰਹੀ ਹੈ। ਕੇਂਦਰ ਸਰਕਾਰ ਨੇ ਜਦੋਂ ਪਹਿਲਾਂ 2 ਬਿੱਲ ਪਾਸ ਕੀਤੇ ਤਾਂ ਨਰਿੰਦਰ ਸਿੰਘ ਤੋਮਰ ਨੂੰ ਪਗੜੀ ਵੀ ਪਹਿਨਾਈ ਗਈ ਹੈ, ਉਹਨਾਂ ਦੇ ਵੱਲੋਂ ਇੱਕ ਬਹੁਤ ਹੀ ਵਧੀਆ ਚੀਜ਼ ਲੈ ਕੇ ਆ ਰਹੇ ਨੇ ਕਿਸਾਨਾਂ ਦੇ ਲਈ। ਤੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਜੋ ਕਾਂਗਰਸ ਦੇ ਨੇਤਾ ਨੇ, ਉਹਨਾਂ ਨੇ ਰਾਜ ਸਭਾ ਦੇ ਵਿੱਚ ਕਿਹਾ ਕਿ ਉਹ ਹਮਕੋ ਆਈਸਕ੍ਰੀਮ ਖਿਲਾਨਾ ਚਾਹਤੇ ਹੈ, ਹਮ ਖਾਣਾ ਨਹੀਂ ਚਾਹਤੇ, ਹਮਾਰਾ ਗਲਾ ਖਰਾਬ ਹੋ ਜਾਏਗਾ, ਉਹ ਜ਼ਬਰਦਸਤੀ ਹਮੇ ਆਈਸਕ੍ਰੀਮ ਖਿਲਾਨਾ ਚਾਹਤੇ ਹੈ। ਤਾਂ ਤੁਸੀਂ ਕੀ ਕਹਿਣਾ ਚਾਹੋਗੇ ਜੀ ਕਿ ਇਹ ਜਿਹੜੀ ਆਈਸਕ੍ਰੀਮ ਹੈ, ਜਿਹੜੀ ਬਿੱਲਾਂ ਦੀ ਆਈਸਕ੍ਰੀਮ ਹੈ, ਕਿ ਕਿਸਾਨਾਂ ਨੂੰ ਜ਼ਬਰਦਸਤੀ ਖਵਾਈ ਜਾ ਰਹੀ ਹੈ? ਇਹ ਜੀ ਹੁਣ ਵੈਸੇ ਏਡੇ ਕੋਈ ਜ਼ਿਆਦਾ ਸਿਆਣੇ ਕਿਸਾਨ ਤੇ ਨਹੀਂ ਹੈਗੇ। ਇਹ ਤੇ ਹੁਣ ਇਹ ਆ ਵੀ ਆਈਸਕ੍ਰੀਮ ਜੇ ਤੇ ਸਾਡੇ ਜਿਹੜੇ ਪਹਿਲੇ ਹੈਗੇ ਸੀ ਨਾ, ਜਿੱਦਾਂ ਹੁਣ ਵੀ ਲਾ ਲਓ ਮੰਡੀ ਬੋਰਡ ਜਾਂ ਉਹ ਤਾਂ ਸਾਡਾ ਚਲੋ ਚੱਲਣ ਡਿਆ ਵਧੀਆ, ਹੁਣ ਤੇ ਆ ਵੀ ਖਾਧਿਆਂ ਹੀ ਪਤਾ ਲੱਗੂਗਾ ਵੀ ਆਈਸਕ੍ਰੀਮ ਪਾਣੀ ਤੇ ਪੈਣੀ ਆ ਕਿਸਾਨਾਂ ਨੂੰ, ਤੇ ਬਸ ਇਹਦੀ ਖਾਧਿਆ ਹੀ ਪਤਾ ਲੱਗੂਗਾ ਹੁਣ ਕੀ ਚੰਗਾ ਚੱਲਦਾ ਕੰਮ ਜਾਂ। ਠੀਕ। ਅੱਛਾ ਮੈਨੂੰ ਇਹ ਦੱਸੋ ਸਰ ਕਿ ਤੁਸੀਂ ਹੁਣ ਵੈਸੇ ਜਿੱਦਾਂ ਹੁਣ ਤੁਸੀਂ ਸੁਣਿਆ ਵੀ ਹੈਗਾ ਤੇ ਉਹ ਕਹਿ ਰਹੇ ਆ ਕਿ ਕਿਸਾਨਾਂ ਨੂੰ ਵਰਗਲਾਇਆ ਜਾ ਰਿਹਾ, ਕਿ ਕੁਝ ਕੁ ਜਿਹੜੇ ਨੇਤਾ ਨੇ ਉਹ ਕਿਸਾਨਾਂ ਨੂੰ ਵਰਗਲਾ ਰਹੇ ਨੇ, ਕਿ ਉਹ ਕਹਿੰਦੇ ਆ ਸੈਂਟਰ ਇਹ ਕਹਿ ਰਹੀ ਹੈ ਕਿ ਕਿਸਾਨ ਨਹੀਂ ਚਾਹੁੰਦੇ, ਕਿਸਾਨ ਤਾਂ ਕਹਿ ਰਹੇ ਆ ਕਿ ਵਧੀਆ ਹੈਗਾ, ਕਿ ਅਸੀਂ ਕਿਸਾਨਾਂ ਦੇ ਭਲੇ ਲਈ ਲੈ ਕੇ ਆ ਰਹੇ ਹਾਂ, ਲੇਕਿਨ ਕੁਝ ਕੁ ਸਿਆਸੀ ਨੇਤਾ ਆਪਣਾ ਸਿਆਸੀ ਪੱਖ ਆਪਣਾ ਸਿਆਸੀ ਚਿਹਰਾ ਉੱਚਾ ਕਰਨ ਵਾਸਤੇ ਕਿਸਾਨਾਂ ਨੂੰ ਪਿੱਛੇ ਲਾ ਰਹੇ ਨੇ। ਤੁਸੀਂ ਕੀ ਮੰਨਦੇ ਆ ਕਿ ਕਿਸਾਨਾਂ ਨੂੰ ਇੰਨੀ ਸਮਝ ਨਹੀਂ ਹੈ ਕਿ ਕਿਹੜੀ ਚੀਜ਼ ਉਹਨਾਂ ਵਾਸਤੇ ਚੰਗੀ ਹੈ, ਕਿਹੜੀ ਚੀਜ਼ ਉਹਨਾਂ ਵਾਸਤੇ ਮਾੜੀ ਹੈ, ਕਿ ਹੁਣ ਤੱਕ ਦਾ ਤਜਰਬਾ ਇੰਨੇ ਸਾਲਾਂ ਦਾ ਕਿਸਾਨਾਂ ਦਾ ਇਹੀ ਕਹਿ ਰਿਹਾ ਕਿ ਕਿਸਾਨਾਂ ਨੂੰ ਹਾਲੇ ਤੱਕ ਕੁਝ ਵੀ ਸਮਝ ਨਹੀਂ ਹੈ? ਨਹੀਂ ਜੀ, ਹੁਣ ਕਿਸਾਨਾਂ ਨੂੰ ਇਹ ਤੇ ਗੱਲ ਆ ਜਿਹੜੇ ਆ ਨਾ ਇਹ ਮੁੱਦੇ ਤੇ ਜਿੱਦਾਂ ਹੁਣ ਉਹਨਾਂ ਨੂੰ ਜਿੱਦਾਂ ਇਹ ਹੁੰਦਾ ਹਰ ਇੱਕ ਪਾਰਟੀ ਨੂੰ ਹੁੰਦਾ ਆਪਣਾ ਆਪਣਾ ਜਿਹੜਾ ਵੀ ਹੈ ਨਾ ਪ੍ਰੋਗਰਾਮ ਸਿਆਸੀ ਕੱਦ ਉੱਚਾ ਚੱਕੀ ਹੈ। ਹਾਂਜੀ ਜੀ। ਸੋ ਮੈਂ ਇਹੀ ਜਾਣਨਾ ਚਾਹੁੰਦਾ ਜੀ ਕਿ ਤੁਸੀਂ ਕੀ ਕਿਵੇਂ ਵੇਖਦੇ ਆ ਹੁਣ ਇਸ ਚੀਜ਼ ਨੂੰ, ਕਿ ਕਿਸਾਨ ਕਿਵੇਂ ਵੇਖਦੇ ਆ ਕਿ ਕਿਸਾਨਾਂ ਦਾ ਜਿਹੜਾ ਰੋਸ ਕਰਨਾ ਉਹ ਜਾਇਜ਼ ਹੈ, ਜਾਂ ਕਿਸਾਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਇਹ ਜਿਹੜੇ ਬਿੱਲ ਨੇ ਇਹ ਤਾਂ ਕਿਸਾਨਾਂ ਦੇ ਪੱਖ ਦੇ ਹੀ ਹੋਣਗੇ ਜੇ ਕੇਂਦਰ ਸਰਕਾਰ ਕਹਿ ਰਹੀ ਹੈ, ਕਿਉਂਕਿ ਕੇਂਦਰ ਦੇ ਮੰਤਰੀ ਬਾਰ ਬਾਰ ਇਹ ਕਹਿ ਰਹੇ ਨੇ ਕਿ ਅਸੀਂ ਤੁਹਾਡਾ ਭਲਾ ਚਾਹੁੰਦੇ ਹਾਂ, ਅਸੀਂ MSP ਇਹ ਕਹਿ ਰਹੇ ਹਾਂ ਕਿ ਅਸੀਂ MSP ਨੂੰ ਲਿਖਣ ਨੂੰ ਵੀ ਤਿਆਰ ਹਾਂ, ਕਿ ਅਸੀਂ ਲਿਖ ਕੇ ਦੇ ਦਿੰਦੇ ਹਾਂ ਕਿ MSP ਰਹੇਗੀ, ਹਾਲਾਂਕਿ ਉਹਨਾਂ ਨੇ ਬਿੱਲਾਂ ਦੇ ਉੱਤੇ ਨਹੀਂ ਲਿਖਿਆ ਹੋਇਆ, ਉਹ ਕਹਿੰਦੇ ਕਿ ਅਸੀਂ ਲਿਖ ਕੇ ਦੇ ਦਾਂਗੇ। ਰਾਜਨਾਥ ਸਿੰਘ
ਸਿੰਘ ਨੇ ਵੀ ਇਹੀ ਇਦਾਂ ਦੇ ਬਿਆਨ ਦਿੱਤੇ ਔਰ ਪਹਿਲਾਂ ਵੀ ਅਕਾਲੀ ਦਲ ਦੇ ਲੀਡਰ ਵੀ ਚਿੱਠੀ ਲੈ ਕੇ ਆਉਂਦੇ ਰਹੇ ਨੇ ਸੈਂਟਰ ਸਰਕਾਰ ਦੇ ਮੰਤਰੀਆਂ ਕੋਲੋਂ ਕਿ ਉਹ ਇਹ ਜਿਹੜੀ MSP ਹੈ ਇਦਾਂ ਹੀ ਰਹੇਗੀ। ਚਲੋ ਜੀ ਬਹੁਤ ਵਧੀਆ ਗੱਲ ਹੈ ਜੀ, ਜੇ ਰਹਿ ਜਾਵੇ ਤੇ ਇਹ ਵੀ ਰਹਿ ਜਾਵੇ ਚੰਗੀ ਗੱਲ ਆ, ਤੇ ਬਾਕੀ ਇਹ ਤੇ ਹੁਣ ਇਹੀ ਹੈ ਚੰਗਾ ਚੰਗਾ ਹੀ ਸੋਚਣਗੇ ਜੇ ਹੁਣ ਚੰਗਾ ਹੀ ਸੋਚਣਗੇ ਤੇ ਬਚਣਗੇ ਕਿਸਾਨ, ਇਹ ਵੀ ਗੱਲ ਹੈ। ਸਹੀ ਕੁਐਸਚਨ ਪੁੱਛਣਾ ਚਾਹੁੰਦਾ ਜੀ ਕਿ ਜਿਹੜਾ ਕੇਂਦਰ ਵੱਲੋਂ 50 ਰੁਪਏ ਸਮਰਥਨ ਮੁੱਲ ਵਧਾਇਆ ਗਿਆ ਕਣਕਾਂ ਦੇ ਉੱਪਰ, ਸਰ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿ ਕਣਕਾਂ ਦੇ ਉੱਪਰ ਜੋ ਹੈ 50 ਰੁਪਏ ਹੁਣ ਵਧਾ ਦਿੱਤੇ ਗਏ ਨੇ, ਕੀ ਤੁਸੀਂ ਮੰਨਦੇ ਹੋ ਕਿ ਇਹ ਫੈਸਲਾ ਜਾਇਜ਼ ਹੈ ਜਾਂ MSP ਜਾਇਜ਼ ਹੈ, ਜਿਸ ਕਿਸ ਤਰ੍ਹਾਂ ਦੇਖਦੇ ਹੋ ਬਿੱਲਾਂ ਔਰ ਇਹਨੂੰ ਲੈ ਕੇ? ਠੀਕ ਹੈ ਜੀ, ਜੇ ਮੁੱਲ ਵਧਾਇਆ ਗਿਆ ਨਾ ਅੱਜ ਤਾਂ ਸਾਨੂੰ ਪਤਾ ਨਹੀਂ ਲੱਗਾ ਜੇ ਲੱਗ ਜਾਏ ਕਿ ਕਿੰਨਾ ਕੁ ਮੁੱਲ ਵਧਿਆ ਜੀ, 50 ਰੁਪਏ। ਚਲੋ ਜੀ ਜੋ ਵੀ ਆ ਠੀਕ ਆ, ਤੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਤੁਹਾਨੂੰ ਲੱਗਦਾ ਕਿ ਇਹ ਬਿੱਲ ਠੀਕ ਨੇ ਜਾਂ ਇਹ ਠੀਕ ਹੈ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਦੇ ਵਿਚਕਾਰ? ਨਿਰਸ਼ ਮੇਰੇ ਖਿਆਲ ਨਾਲ ਫਿਰ ਸਾਡੇ ਕੋਲ ਸਮਾਂ ਘੱਟ ਰਹਿ ਜਾਏਗਾ ਕਿਉਂਕਿ ਮੁੱਦੇ ਸਾਡੇ ਕੋਲ ਬਹੁਤ ਜ਼ਿਆਦਾ ਨੇ। ਜ਼ਰੂਰੀ ਮੁੱਦੇ ਵੀ ਜ਼ਿਕਰ ਕਰਨਾ ਹੈ ਤੇ ਕੋਰੋਨਾ ਦਾ ਵੀ ਹਾਲ ਤੁਹਾਨੂੰ ਦੱਸ ਦਈਏ ਕਿ ਕੋਰੋਨਾ ਦੇ ਵੀ ਮਾਮਲੇ ਵੱਧਦੇ ਜਾ ਰਹੇ ਨੇ, ਸੋ ਤੁਸੀਂ ਆਪਣਾ ਖਿਆਲ ਜ਼ਰੂਰ ਰੱਖਿਆ, ਇਹਤਿਆਤ ਵਰਤੋ। 55 ਲੱਖ ਦੇ ਕਰੀਬ ਕਹਿੰਦੇ ਜੀ। ਮਨਦੀਪ ਮੈਂ ਗੱਲ ਕਰ ਰਿਹਾ ਸੀਗਾ ਰਵਨੀਤ ਬਿੱਟੂ ਬਾਰੇ, ਜੋ ਕਿ ਕੱਲ ਇਹਨਾਂ ਦੀ ਦਿੱਲੀ ਪੁਲਿਸ ਦੇ ਨਾਲ ਵੀ ਕਾਫੀ ਝੜਪ ਹੋਈ ਹੈ ਰਵਨੀਤ ਸਿੰਘ ਬਿੱਟੂ ਦੀ, ਤੇ ਇਸ ਤੋਂ ਇਲਾਵਾ ਹੋਰ ਕੀ ਕੁਝ ਹੋਇਆ ਤੁਹਾਨੂੰ ਦਿਖਾਨੇ ਆ ਇਸ ਵੀਡੀਓ ਦੇ ਥਰੂ ਕਿ ਆਖਿਰ ਕੀ ਕੁਝ ਉਸਦੇ ਵਿਚਕਾਰ ਹੋਇਆ। ਲਗਾਤਾਰ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਇਸ ਨੂੰ ਲੈ ਕੇ, ਬਿੱਲਾਂ ਨੂੰ ਲੈ ਕੇ, ਤੇ ਬਿੱਲਾਂ ਨੂੰ ਲੈ ਕੇ ਪ੍ਰੋਟੈਸਟ ਚੱਲ ਰਿਹਾ ਸੀ ਰਵਨੀਤ ਸਿੰਘ ਬਿੱਟੂ ਜੋ ਲਗਾਤਾਰ ਲੱਗੇ ਹੋਏ ਸੀ। ਰਵਨੀਤ ਸਿੰਘ ਬਿੱਟੂ ਕੈਂਡਲ ਮਾਰਚ ਕੱਢਿਆ ਜਾਂਦਾ, ਪਹਿਲਾਂ ਕੈਂਡਲ ਮਾਰਚ ਕਰ ਰਹੇ ਸੀ ਤਾਂ ਰਾਸ਼ਟਰਪਤੀ ਨੂੰ ਮਿਲਣਾ ਚਾਹੁੰਦੇ ਸੀ 4 ਲੋਕ ਸਭਾ ਮੈਂਬਰ ਸੀ ਇਹਨਾਂ ਦੇ ਕਾਂਗਰਸ ਦੇ, ਤੁਹਾਨੂੰ ਦੱਸ ਦਿੰਦੇ ਕੌਣ ਕੌਣ ਸੀ, ਜਸਵੀਰ ਸਿੰਘ ਡਿੰਪਾ ਸੀਗੇ ਤੇ ਸੰਤੋਖ ਸਿੰਘ ਚੌਧਰੀ, ਰਵਨੀਤ ਸਿੰਘ ਬਿੱਟੂ, ਗੁਰਜੀਤ ਔਜਲਾ ਨਾਲ ਸੀਗੇ, ਤੇ ਇਹ ਜਦੋਂ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਸੀ ਤਾਂ ਇਹ ਰਸਤੇ ਦੇ ਵਿੱਚ ਹੀ ਇਹਨਾਂ ਨੂੰ ਦਿੱਲੀ ਪੁਲਿਸ ਵੱਲੋਂ ਰੋਕ ਲਿਆ ਗਿਆ, ਹਾਲਾਂਕਿ ਹਲਕੀ ਝੜਪ ਵੀ ਹੋਈ ਹੈ, ਜਿਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਪੂਰਾ ਗੁੱਸੇ ਦੇ ਨਾਲ ਜੋ ਹੈ ਮੀਡੀਆ ਨਾਲ ਗੱਲਬਾਤ ਕੀਤੀ ਹੈ, ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਦੇ ਹੱਥ ਨੂੰ ਪਕੜਿਆ ਗਿਆ। ਸੋ ਇੱਕ ਵਾਰ ਜ਼ਰੂਰ ਇਹ ਵੀਡੀਓ ਦੇਖ ਲੈਂਦੇ ਹਾਂ। क्या कहना चाहेंगे आप लोग? हम राष्ट्रपति जी के पास जाना चाहते हैं और उनको जगाना चाहते हैं, अभी जो अंधेरा किया आपने लोगों की जिंदगी में, किसानों की जिंदगी में, उनको थोड़ा याद आ जाए, उठ खड़े वो अंजाला हो जाए। नहीं नहीं नहीं, निकल जाएंगे, वो निकल जाएंगे, हम यहाँ रुकेंगे बिल्कुल नहीं। ये अभी प्राइम मिनिस्टर के हम ये धक्का कैसे कर रही है? हम क्या प्राइम मिनिस्टर को खा जाएंगे? प्राइम मिनिस्टर के साथ से आए हैं हम, MP हमारे पास पिस्तौल है, गोली है हमारे पास, क्या है क्या नहीं, हमारे पास बम है, नहीं क्या हमारे पास बम है, बम है, पार्लियामेंट के अंदर से आए हैं हम राष्ट्रपति जी के जाना चाह रहे हैं। अरे लग गया तो मैं क्या, बिट्टू जी बिट्टू जी मत करो भाई।
बिट्टू जी धक्का मुक्की हुई है आपके साथ, बिट्टू जी आपके सामने हुई है। हम क्या कह रहे थे, हम एक लाइट लेके राष्ट्रपति के घर जा रहे थे। कोई काम कोई गलती की? वो कितने आप मुझे ये मुझे किस लिए? आप कन्फर्म करो, कन्फर्म कर रखते हूँ सबसे बड़ा आप थोड़ा यहाँ प्लीज यहीं रुको, रुको यहाँ पे और उसे बता के लेके आओ। प्लीज सोशल डिस्टेंस। अंदर से निकल के आए हैं और राष्ट्रपति भवन जा रहे हैं। ये अचानक 5-10 इंस्पेक्टर जो धक्के इन्होंने मारे, हमें जबरदस्ती हमें मारने की कोशिश की है इन्होंने। ये लाइटें हम तो आराम से क्या जा रही है पैदा, अचानक ये आए। अरे प्राइम मिनिस्टर हमारे साथ से आया अंदर। अगर प्राइम मिनिस्टर हम बम है, हम टेररिस्ट है, हमारे पिस्तौल डाले हुए जो हमारे को ये धक्का दे रहे थे, जितनी देर उसे सस्पेंड नहीं करेंगे तो ये पार्लियामेंट में भी आवाज उठेगी और होम मिनिस्टर से भी उठेगी। मैं जाके धरने पे बैठूंगा होम मिनिस्टर के घर के बाहर अगर ये सस्पेंड नहीं होगी। ये ताकत है लोगों की दी हुई, मेरा मेरी मेरी टांग टूटी हुई है और ऊपर से इन्होंने आके धक्का मुक्की की है। हम हमने किसी को बोला, हमने कोई कुछ तोड़ा कानून तोड़ा बताए तो सही है। इनको पता नहीं प्राइम मिनिस्टर निकल रहा है कोई यहाँ पे टेररिस्ट आए हुए हैं, छोड़ेंगे नहीं दिल्ली पुलिस को। लेकर आप यहाँ पहुँचे थे? हम 5 आदमी बात यहाँ पहुँचे थे। हम तो राष्ट्रपति, क्योंकि खेती ऑर्डिनेंस जो बिल था वो राष्ट्रपति के पास है, राष्ट्रपति जी को वहाँ जगाने के लिए जा रहे थे, उनके घर मोमबत्ती लगाने जा रहे थे। भी सरकार तो सो गई, मार दिया किसान सारा, माँ हमारी मार दी धरती, उसे मरने ना ही नहीं देंगे। वो जगाने के लिए हम जा रहे थे और अपने आप ये 100-200 आदमी पुलिस वाला आके हमें किडनैप करना चाह रहा था, हमें उठाने लगा था। ये तो आप मीडिया आ गया सामने जिन्होंने हमारा बचा किया, नहीं पता नहीं ये हमारे साथ क्या करते। ये बदमाश हैं, वर्दी में बदमाश हैं। और कल होम मिनिस्टर के घर के बाहर बैठेंगे, नहीं स्पीकर के घर में हाउस में अंदर बैठेंगे। जितनी देर एक कांस्टेबल जिसने मेरा गला दबाने की कोशिश की, अचानक आके एक लंबा सा लड़का है, तो ये कहीं ना कहीं दबाने की चीज, किसान बेचारा क्या करेगा? ये इतने बड़े MP 4 उनके साथ ये हशर अचानक। हम तो अपनी साइड पे पैदल तुरे जा रहे थे, पता नहीं क्या इनको हुआ क्या नहीं हुआ, आपके सामने है। लेकिन ये चीजों से झुकेंगे नहीं, हम भगत सिंह की औलाद हैं, हमने टेररिज्म खत्म किया है, ये हमारे को ऐसे डरा लेंगे? अब तैयार रहें, और तीव्र होगा और एजिटेशन, हम अपने आप को आग लगा लेंगे कल को अगर इनको सीख नहीं दी जाएगी और हमारे फार्मर्स को राइट नहीं मिलेगा। राष्ट्रपति जी को सिर्फ दिखाने जा रहे हैं। राष्ट्रपति साहब आप लोग जागिए, डेथ वारंट में साइन मत कीजिए आप इसके, यह कि राष्ट्रपति जी जागे, ये रोशनी उनके लिए लेके जा रहे हैं कि आपको शायद दिन में दिखाई नहीं दे रहा, रात को ही देख लो किसान मर रहा है, हमारा पंजाब का बच्चा बच्चा सड़कों के ऊपर है, ये लोग मानने को तैयार नहीं है। राज्यसभा में कल धक्के थे, डेमोक्रेसी का कत्ल हुआ है, डिविजन नहीं करवाया और वोट हाँ में करके अब राष्ट्रपति सेनकर उनको बोला है कृपया आप हत्या माफ कर सकते हो, किसी को फांसी माफ कर सकते हो, लेकिन ये जिस किसान को फांसी चढ़ाने के लिए जा रहे हो उसको माफी दे दो, ये बिल पे साइन मत करो। राष्ट्रपति जी हम आपके लिए यही बेनती करते हैं, देश को देखो, किसान को देखो। पीसफुल मार्च, हम कैंडल मार्च निकाल रहे थे राष्ट्रपति साहब के, राष्ट्रपति भवन हमने पहुंचना था और वहां हमारी ये रिक्वेस्ट है कि ये एक बहुत ही किसान विरोधी और लोक विरोधी बिल है, इसको इस पे दस्तखत ना किया जाए। लेकिन ये जो यहाँ की फोर्स है उन्होंने यहाँ हमारे साथ आकर मैन हैंडलिंग की है और मैं समझता हूँ कि हमने ना तो 144 तोड़ी, वो तो लगी नहीं यहाँ, और हम पीसफुली जा रहे हैं, हम लाइटिंग करने जा रहे हैं कि ये एक बहुत ही
भयानक बिल है, इससे देश का किसान खत्म हो जाएगा, देश का गरीब खत्म हो जाएगा, आप इस पे दस्तखत मत करो। यही हमारी डिमांड थी, इसी को लेकर हम पंजाब के चारों जो मेंबर पार्लियामेंट है और हम जा रहे थे। ख्याल रखते कि 144 लगी है, हमने चार लोग आए कि हम कोई भी कानून ना तोड़े, शांति मार्च था हमारा सिर्फ राष्ट्रपति को जगाने के लिए कि किसान मर रहा है, उनकी मौत के वारंट पे आप दस्तखत मत कीजिए। देखिए ये मसला पंजाब के किसान का नहीं, देश के किसान का है। हमारी जब तोमर साहब वहां बोल रहे थे MSP का, 50 रुपए वीट पे कणक पे उन्होंने MSP बढ़ाया, हमने उसकी विरोधता की और उसे नकार दिया, और उसके बाद हमने उनका क्लैरिफिकेशन मांगी कि आप यहाँ क्लैरिफिकेशन दीजिए कि आप इसी रेट पे MSP पे सरकार खरीद करेगी, मगर उन्होंने उसका जवाब देने की बजाय माइक बंद करके वो लोकसभा छोड़ के भागे। सो ये देखा रवनीत बिट्टू द्वारा जो इस तरह उन्होंने दिल्ली पुलिस ने जो किया उसकी वीडियो तुम दिखाई गई, इस तो साफ मनदीप तुहानू नहीं लगता कि किते ना किते हुण कांग्रेस सरकार भी इन्हां बिलां दे खिलाफ आ गई, भावें कि हाई पावर कमेटी दे विच इन्हां नूं मैंबर रख्या गया, श्रोमणी अकाली दल वालों भी इन्हां दे उपर लगातार तंज कसे जा रहे ने, तुहाडा की कहना इस तो इलावा? देखो इस तो इलावा गल करनी बनती नहीं, ए गल करनी बनती है, और गल यह है कि कांग्रेस जिदा कह रही है कि ये जेडे बिल ने, क्योंकि कांग्रेस जी है और इस वक्त जिस सेंटर की गल करिए सेंटर दे विच विरोध दे विच है, विरोधी धिर है, और जाहिर तौर दे उते विरोधी धिर ने गल उल्टी करनी हुंदी है, पर इत्थे गल यह बनती है करनी कि सानू वेखना पौगा कि जेडे मुद्दा चल रखा है, यह बिलां दा मुद्दा है, किसानां दा मुद्दा है, जां इह सियासी मुद्दा है, क्योंकि जिस तरीके नाल पार्टियां लेके चल रही ने, पार्टियां इस चीज का फायदा लैण की कोशिश कर रही ने कि किसी ना किसी तरीके दे नाल किसानां दा असी जो ये मुद्दा चल रहा है इसका असी फायदा चक के अपना सियासी जिहड़ा चेहरा है उस नूं चमकाईए, उस ओहदे नूं असी उत्ते लैके आईए। सो इस तरीके नाल जिहड़े लीडर ने, लीडर भी अपना भविख वेखदे ने, उन्हां नूं मुद्दा चाहीदा हुंदा है, और ये जिहड़ा मुद्दा हैगा इस वक्त यह एडा वड्डा मुद्दा हैगा कि इस दे नाल जिथे किसान जुड़े हुए ने, जे कोई सही समझ रखदा होवे तां उस शख्स नूं पता लगेगा जो हिंदुस्तान दा सिटीजन होवे, नागरिक होवे, तां इह जिहड़ा मुद्दा हैगा इह सिर्फ किसानां दा मुद्दा नहीं है, एक आम इंसान दा मुद्दा है। क्योंकि बिल्कुल मनदीप इत्थे मैं तुहानू एक होर दस देना चाहना, हुण इस ऑर्डिनेंस इस बिलां नूं लैके हुण श्रोमणी अकाली दल भी इस दे बिल्कुल खिलाफ आ चुका है, हालांकि प्रोफेसर प्रवेम सिंह चंदू माजरा जी ने भी कहा कि हुण जो 25 सितंबर नूं पंजाब बंद का जो ऐलान किया गया उस दे विच पूरा जोर अकाली दल समर्थन करेगा किसानां दा, ते जो कुछ भी किसान जे दिल्ली जाना चाहुंदे ने तां ओह भी उहनां दे बिल्कुल ही नाल ही जाणगे, मतलब कि हुण एक तरह साफ हो गया कि जो पंजाब दे विच अकाली दल किसी समय सपोर्ट कर रहा सी इन्हां बिलां नूं लैके, हुण ओह बिल्कुल ही उल्ट हो चुका है। तुम दिखाने हैं चंदू माजरा जी दी बाइट जिस दे विच उन्होंने कहा कि हुण 25 सितंबर नूं बिल्कुल ही समर्थन किया जाएगा इन्हां किसानां दा इन्हां बिलां दे खिलाफ। ਆਪਦੇ ਕਿਸਾਨਾਂ ਲਈ ਤੇ ਪੰਜਾਬੀਆਂ ਲਈ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੱਤਾ ਤੋਂ ਬਾਹਰ ਆਇਆ ਹੁਣ ਚੁੱਪ ਕਰਕੇ ਚੈਨ ਨਾਲ ਨਹੀਂ ਬੈਠੇਗਾ। ਬਾਈਟਾਂ ਇੱਕੋ ਨਿਕਲ ਗਈਆਂ ਨਾ, ਫੇਰ ਬੰਦਾ ਬੈਠ ਕੇ ਫ੍ਰੀ ਮਾਈਂਡ ਚੱਲੇ ਗਿਆ ਪੰਜਾਬ ਬੰਦ ਉਹ ਫੇਰ ਬਾਈਟ ਨਿਕਲ ਗਿਆ ਮੂੰਹ ਤੋਂ ਵਰਕਰਾਂ ਨੂੰ ਅਕਾਲ ਲੈਣਾ ਨੇ ਭਾਜੀ ਨੇ ਇੱਕ ਸਪੈਸ਼ਲ ਟੋਕਿਆ ਕਿ ਬਾਈਟ ਨਹੀਂ ਬੋਲਣਾ, ਵੀਡੀਓ ਕਹਿ ਦੇਣੀ ਹੈ। ਉਹਨਾਂ ਦਾ ਕੀ ਬਿਆਨ ਆਇਆ, ਬਿਆਨ ਕਰ ਇਸ ਤੋਂ ਬਾਅਦ ਨਾ ਤੁਸੀਂ ਸੁਣ ਲਓ ਇਹਦਾ ਐਂਡ ਭਾਜੀ, ਲਾਲੋ ਤੁਸੀਂ ਇਸ ਤੋਂ ਬਾਅਦ ਸਿੱਧਾ ਨਵਜੋਤ ਸਿੱਧੂ, ਇਹਦੀ ਕੋਈ ਐਂਡਿੰਗ ਨਹੀਂ ਹੋਊਗੀ। ਨਵਜੋਤ ਸਿੱਧੂ ਲਾਣੀ ਤਾਂ ਨਹੀਂ ਨਾ ਹਲੇ ਆਪਾਂ, ਇਸ ਤੋਂ ਬਾਅਦ ਤੁਸੀਂ ਕਹਿ ਦੇਣ ਨਵਜੋਤ ਸਿੰਘ ਸਿੱਧੂ ਨੂੰ, ਠੀਕ ਹਰ ਲੀਡਰ ਜਿਹੜਾ ਹੈ ਆਪਣੀ ਸਮਰਥਾ ਅਨੁਸਾਰ ਇਹਦੇ ਚ ਯੋਗਦਾਨ ਪਾਏਗਾ, ਔਰ ਮੈਂ ਸਮਝਦਾ ਕਿ ਅੱਜ ਸਮਾਂ ਆ ਗਿਆ ਕਿ ਸੂ ਪੰਜਾਬੀਆਂ ਨੂੰ ਇੱਕ ਮੰਚ ਤੇ ਇੱਕ ਵਿਚਾਰ ਤੇ ਖੜੇ ਹੋਣ ਦਾ, ਔਰ ਇਹਦੇ ਲਈ ਕਮ ਸੇ ਕਮ ਜਿਹੜੀ MSP ਆ ਇਹਨੂੰ ਕਾਨੂੰਨੀ ਮਾਨਤਾ ਮਿਲੇ, MSP ਨੂੰ ਫੰਡਾਮੈਂਟਲ ਰਾਈਟਸ ਦੀ ਲਿਸਟ ਵਿੱਚ ਦਾਖਲ ਸ਼ਾਮਿਲ ਕੀਤਾ ਜਾਵੇ, MSP 'ਤੇ ਫਸਲ ਖਰੀਦਣੀ ਖਰੀਦਦਾਰ ਲਈ ਯਕੀਨੀ ਹੋਵੇ, ਅਤੇ ਇਹ ਸਾਰੀਆਂ ਗੱਲਾਂ ਦੀ ਵਿਵਸਥਾ ਕਰਾਉਣ ਲਈ ਦੇਸ਼ ਦੇ ਵਿੱਚ ਸਾਰੇ ਸੂਬਿਆਂ ਦੇ ਕਿਸਾਨ ਉਤਾਵਲੇ ਨੇ, ਔਰ ਮੈਂ ਸਮਝਦਾ ਕਿ 73 ਸਾਲਾਂ ਬਾਅਦ ਜੇ ਪੰਜਾਬ ਹਿੰਦੁਸਤਾਨ ਦੇ ਕਿਸਾਨ ਦੀ
ਆਰਥਿਕ ਸਥਿਤੀ ਮੰਦਹਾਲੀ ਵੱਲ ਗਈ ਆ। ਇੱਕ ਵਰਚੁਅਲ ਮੀਟਿੰਗ ਪਾਰਟੀ ਦੇ ਸਾਰੇ ਸੀਨੀਅਰ ਲੀਡਰ ਸੰਪੰਨ ਹੋਈ ਆ, ਜਿਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ 25 ਸਤੰਬਰ ਨੂੰ ਸਾਰੇ ਪੰਜਾਬ ਦੇ ਵਿੱਚ ਤਿੰਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਸਤੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਚੱਕਾ ਜਾਮ ਜਿਹੜਾ ਉਹ ਕੀਤਾ ਜਾਏ। ਹਰ ਹਲਕੇ ਦੇ ਵਿੱਚ ਸਾਡੇ ਸੀਨੀਅਰ ਆਗੂ, ਸਾਡੇ ਵਰਕਰ, ਕਿਸਾਨ ਵੀਰ, ਖੇਤ ਮਜ਼ਦੂਰ ਅਤੇ ਬਾਕੀ ਸਾਰੇ ਸਹਿਯੋਗੀ 3 ਘੰਟੇ ਸ਼ਾਂਤਮਈ ਤਰੀਕੇ ਦੇ ਨਾਲ ਚੱਕਾ ਜਾਮ ਜਿਹੜਾ ਉਹ ਕਰਦੇ। ਉਸ ਤੋਂ ਬਾਅਦ 26 ਸਤੰਬਰ ਤੋਂ ਲੈ ਕੇ 29 ਸਤੰਬਰ ਤੱਕ 4 ਦਿਨ ਲਗਾਤਾਰ ਪ੍ਰਧਾਨ ਸਾਹਿਬ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦਾ ਟੂਰ ਕਰਕੇ ਮਾਸ ਕੰਟੈਕਟ ਪ੍ਰੋਗਰਾਮ ਲਾਂਚ ਕਰਨਗੇ। ਇਹਨਾਂ ਖੇਤੀ ਕਾਨੂੰਨਾਂ ਦਾ ਜੋ ਕਿਸਾਨੀ ਨੂੰ ਨੁਕਸਾਨ ਹੋ ਰਿਹਾ ਉਹਦੇ ਬਾਰੇ ਵਰਕਰ ਨੂੰ ਜਾਣੂ ਕਰਾਉਣਗੇ। ਔਰ ਫਿਰ 1 ਤਰੀਕ ਨੂੰ ਇੱਕ ਵੱਡਾ ਰੋਸ ਪ੍ਰਦਰਸ਼ਨ ਜਿਹੜਾ ਸਾਰੇ ਪੰਜਾਬ 'ਚੋਂ ਤਿੰਨਾਂ ਤਖਤਾਂ ਤੋਂ ਅਰਦਾਸ ਕਰਕੇ ਸਾਰੇ ਸਾਡੇ ਆਗੂ, ਵਰਕਰ, ਕਿਸਾਨ ਵੀਰ, ਖੇਤ ਮਜ਼ਦੂਰ ਅਤੇ ਸਾਥੀ 1 ਤਰੀਕ ਨੂੰ ਚੱਲਣਗੇ ਔਰ ਮੋਹਾਲੀ ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਪਹੁੰਚਣਗੇ, ਜਿੱਥੋਂ ਫਿਰ ਗਵਰਨਰ ਸਾਹਿਬ ਨੂੰ ਮਿਲ ਕੇ ਰਾਸ਼ਟਰਪਤੀ ਦੇ ਨਾਂ ਦੇ ਉੱਤੇ ਇੱਕ ਮੈਮੋਰੈਂਡਮ ਦਿੱਤਾ ਜਾਏਗਾ ਜਿਹਦੇ ਵਿੱਚ ਇਹਨਾਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਵਾਸਤੇ ਜਿਹੜੀ ਆ ਉਹ ਅਪੀਲ ਕੀਤੀ। ਕਸ਼ਤੀ ਡੂਬੇਗੀ ਤਾਂ ਡੂਬੇਗੇ ਸਾਰੇ, ਇਹ ਕਹਿਣਾ ਨਵਜੋਤ ਸਿੰਘ ਸਿੱਧੂ ਦਾ। ਹਾਲ ਹੀ ਦੇ ਵਿੱਚ ਉਹਨਾਂ ਦੀ ਲਾਈਵ ਇੱਕ ਤਰੀਕੇ ਨਾਲ ਉਹ ਫੇਸਬੁੱਕ ਰਾਹੀਂ ਜੁੜੇ ਹੋਏ ਸਨ ਜਨਤਾ ਦੇ ਨਾਲ, ਔਰ ਕਾਫੀ ਲੰਮੇ ਸਮੇਂ ਤੋਂ ਬਾਅਦ, ਹਾਲਾਂਕਿ ਸਾਨੂੰ ਇੰਤਜ਼ਾਰ ਹੈ ਉਸ ਸ਼ਖਸ ਦਾ ਜਿਹੜਾ ਫਿਲਮਾਂ ਦੇ ਵਿੱਚ ਕਹਿੰਦਾ ਹੁੰਦਾ ਕਿ ਜੇ 2.5 ਕਿਲੋ ਕਾ ਹਾਥ ਜਬ ਕਿਸੇ ਪੇ ਪੜਤਾ ਹੈ ਤੋ ਆਦਮੀ ਉੱਠਦਾ ਨਹੀਂ ਉੱਠ ਜਾਂਦਾ ਹੈ। ਉਹਨਾਂ ਨੇ ਟਵਿੱਟਰ ਦੇ ਉੱਤੇ ਹਾਲਾਂਕਿ ਆਪਣੇ ਵਿਚਾਰ ਪ੍ਰਗਟ ਕੀਤੇ ਸਨ ਔਰ ਸੈਂਟਰ ਦਾ ਪੱਖ ਪੂਰਦੇ ਨਜ਼ਰ ਆ ਰਹੇ ਸਨ, ਕਿਉਂਕਿ ਹਾਲਾਂਕਿ ਉਹ ਬੀਜੇਪੀ ਦੇ ਨੇਤਾ ਨੇ ਔਰ ਬੀਜੇਪੀ ਹੀ ਇਹ ਬਿੱਲ ਲੈ ਕੇ ਆ ਰਹੀ ਹੈ। ਸੋ ਜ਼ਾਹਰ ਤੌਰ ਦੇ ਉੱਤੇ ਪਰ ਕਿਸਾਨਾਂ ਨੂੰ ਥੋੜ੍ਹਾ ਜਿਹਾ ਉਹਨਾਂ ਨੂੰ ਪੜ੍ਹਨ ਦੇ ਵਿੱਚ ਪ੍ਰੋਬਲਮ ਆ ਰਹੀ ਸੀ, ਮੁਸ਼ਕਲ ਆ ਰਹੀ ਸੀ, ਕਿਉਂਕਿ ਉਹਨਾਂ ਨੇ ਜੋ ਲਿਖਿਆ ਵੀ ਸੀ ਉਹ ਵੀ ਪੰਜਾਬੀ ਦੇ ਵਿੱਚ ਨਹੀਂ ਲਿਖਿਆ ਸੀ, ਹਿੰਦੀ ਦੇ ਵਿੱਚ ਲਿਖਿਆ ਸੀ। ਔਰ ਖਾਸ ਤੌਰ ਦੇ ਉੱਤੇ ਜੇ ਅਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਤਾਂ ਉਹਨਾਂ ਨੇ ਇੱਕ ਭਾਵਨਾਤਮਕ ਤੌਰ ਦੇ ਉੱਤੇ ਹੋਕਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿਸਾਨਾਂ ਨੂੰ, ਔਰ ਇਹ ਕਿਹਾ ਹੈ ਕਿ ਇਹ ਅਸਲ ਦੇ ਵਿੱਚ ਕਿਸਾਨਾਂ ਦੇ ਨਾਲ ਜੋ ਜੁੜਿਆ ਹੋਇਆ ਮੁੱਦਾ ਉਸਦੇ ਉੱਤੇ ਉਹਨਾਂ ਨੇ ਬੋਲਿਆ ਕਿ ਮਤਲਬ ਨਿਕਲ ਗਿਆ ਤਾਂ ਤੂੰ ਕੌਣ ਮੈਂ ਕੌਣ, ਕਿ ਮੈਂ ਤੁਹਾਨੂੰ ਨਹੀਂ ਜਾਣਦਾ। ਇੱਕ ਜਿਸ ਤਰੀਕੇ ਦਾ ਉਹਨਾਂ ਦਾ ਅੰਦਾਜ਼ ਹੁੰਦਾ ਹੈ ਸ਼ੇਰੋ ਸ਼ਾਇਰੀ ਦਾ, ਉਸ ਤਰੀਕੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਪਰ ਕਾਫੀ ਲੰਮਾ ਸਮਾਂ ਨਹੀਂ ਲੱਗ ਗਿਆ ਨੀਰਜ, ਤੁਹਾਨੂੰ ਕੀ ਲੱਗਦਾ ਕਿ ਹੁਣ ਮੁੱਦਿਆਂ ਦੇ ਉੱਤੇ ਹਾਲਾਂਕਿ ਉਹਨਾਂ ਨੇ ਜੋ ਵਿਚਾਰ ਪ੍ਰਗਟ ਕੀਤੇ ਨੇ ਉਹ ਜੇ ਕੋਈ ਸੁਣੇ ਤਾਂ ਵਾਕਈ ਉਹ ਸੁਣਨੇ ਲਾਇਕ ਨੇ ਔਰ ਅਮਲ ਕਰਨ ਦੇ ਲਾਇਕ ਨੇ। ਉਹਨਾਂ ਨੇ ਪਿਛੋਕੜ ਨੂੰ ਵੀ ਲਿਆ, ਹਿੰਦੁਸਤਾਨ ਦੇ ਪਿਛੋਕੜ ਨੂੰ, ਉਹਨਾਂ ਨੇ ਕਿਹਾ ਕਿ 2% ਕਿਸਾਨ ਸਨ ਪੰਜਾਬ ਦੇ ਵਿੱਚ ਜਿਨ੍ਹਾਂ ਨੇ 60% ਹਿੰਦੁਸਤਾਨ ਦੀ ਜਨਤਾ ਦਾ ਪੇਟ ਪਾਲਿਆ ਉਸ ਵਕਤ ਜਦੋਂ ਜਨਤਾ ਨੂੰ ਭੁੱਖ ਸਤਾ ਰਹੀ ਸੀ, ਜਦੋਂ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਜਾ ਰਹੀ ਸਨ। ਤੇ ਉਹਨਾਂ ਨੇ ਖਾਸ ਤੌਰ ਦੇ ਉੱਤੇ ਜ਼ਿਕਰ ਕੀਤਾ ਕਿ ਅਮਰੀਕਾ ਔਰ ਇੰਗਲੈਂਡ ਦੇ ਵਿੱਚ ਫੇਲ ਹੋਇਆ ਮਾਡਲ ਜੋ ਉੱਥੇ ਫੇਲ ਹੋ ਚੁੱਕਿਆ ਉਹ ਹਿੰਦੁਸਤਾਨ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਵੇਂ ਅਸੀਂ ਪਹਿਲਾਂ ਬਹੁਤ ਵਾਰ ਵੇਖਦੇ ਸੀ ਕਿ ਜਿਹੜੀ ਦਵਾਈਆਂ ਹੁੰਦੀ ਸੀਗੀਆਂ ਜਿਹਨਾਂ ਨੂੰ ਬਾਹਰਲੇ ਮੁਲਕ ਵਾਲੇ ਰਿਜੈਕਟ ਕਰ ਦਿੰਦੇ ਸਨ, ਤਾਂ ਉਹ ਦਵਾਈਆਂ ਵੀ, ਉਹ ਕੋਸਮੈਟਿਕ ਚੀਜ਼ਾਂ ਵੀ ਹਿੰਦੁਸਤਾਨ ਦੇ ਵਿੱਚ ਵਿਕਦੀਆਂ ਹੁੰਦੀਆਂ ਸਨ। ਕਿ ਹਿੰਦੁਸਤਾਨ ਦੀ ਪਬਲਿਕ ਇੱਕ ਕੂੜਾਦਾਨ ਹੈਗੀ ਹੈ, ਇੱਕ ਕੂੜਾ ਕਰਕਟ ਦਾ ਸਮਾਨ ਹੈਗਾ, ਉਹ ਡੱਬਾ ਹੈਗਾ ਜਿਹਦੇ ਵਿੱਚ ਕੂੜਾ ਪਾ ਦਿੱਤਾ ਜਾਵੇ। ਤੁਸੀਂ ਕੀ ਸੋਚਦੇ ਆ ਕਿ ਜਿਹੜੀ ਐਡੇ ਐਡੇ ਦੇਸ਼ਾਂ ਦੇ ਵਿੱਚ ਜਿਹੜਾ ਬਿੱਲ, ਜਿਸ ਤਰੀਕੇ ਦੇ ਪ੍ਰਬੰਧ ਉੱਥੇ ਨਹੀਂ ਚੱਲੇ, ਕਿ ਇਸ ਸਾਡੇ ਦੇਸ਼ ਦੇ ਵਿੱਚ ਚੱਲ ਪੈਣਗੇ? ਦੇਖੋ ਮਨਦੀਪ, ਸਭ ਤੋਂ ਪਹਿਲੀ ਗੱਲ ਤਾਂ ਨਵਜੋਤ ਸਿੰਘ ਸਿੱਧੂ ਦੀ ਕਰ ਲੈਂਦੇ ਹਾਂ। ਨਵਜੋਤ ਸਿੰਘ ਸਿੱਧੂ ਜੋ ਕਾਫੀ ਲੰਬੇ ਸਮੇਂ ਤੋਂ ਚੁੱਪੀ ਸੀ, ਹਾਲਾਂਕਿ ਉਹਨਾਂ ਨੇ ਬੀਤੇ 3-4 ਦਿਨ ਪਹਿਲਾਂ ਇੱਕ ਟਵੀਟ ਵੀ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕਿਸਾਨ ਪੰਜਾਬ ਦੀ ਰੂਹ ਨੇ ਤੇ ਇਹਨਾਂ ਦਾ ਬਚਾਓ ਕਰਨਾ ਹਰ ਹਾਲ ਦੇ ਵਿੱਚ ਲਾਜ਼ਮੀ ਹੈ। ਤੇ ਮੈਂ ਇੱਥੋਂ ਮੰਨਦਾ ਕਿ ਸ਼ੁਕਰ ਹੈ ਕਿ ਨਵਜੋਤ ਸਿੰਘ ਸਿੱਧੂ ਉੱਠ ਕੇ ਬਾਹਰ ਤਾਂ ਆਏ, ਤਾਂ ਜੋ ਉਹਨਾਂ ਨੂੰ ਹਾਲਾਤਾਂ ਬਾਰੇ ਪਤਾ ਤਾਂ ਲੱਗਾ ਨਹੀਂ। ਅਸੀਂ ਤਾਂ ਇਹੀ ਸੋਚ ਰਹੇ ਸੀ ਕਿ ਕਿਤੇ ਸਿੱਧੂ ਸਾਹਿਬ ਕੁਆਰੰਟਾਈਨ ਤਾਂ ਨਹੀਂ ਹੋ ਚੁੱਕੇ ਨੇ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਟਵਿੱਟਰ ਦੇ ਉੱਪਰ ਵੀ ਚੁੱਪ ਸੀ। ਹਾਲਾਂਕਿ ਇੱਕ ਮੀਡੀਆ ਰਿਪੋਰਟ ਮੁਤਾਬਕ ਮੈਂ ਦੇਖਿਆ ਕਿ ਕਹਿੰਦੇ ਇੱਕ ਸਾਲ, ਮਤਲਬ ਕਿ ਪਿਛਲੀ 2019 ਜੁਲਾਈ ਦੇ ਵਿੱਚ ਉਹਨਾਂ ਨੇ ਟਵੀਟ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਇਹੀ ਟਵੀਟ ਕੀਤਾ ਕਿ ਕਿਸਾਨ ਪੰਜਾਬ ਦੀ ਰੂਹ ਨੇ, ਮਤਲਬ ਕਿ ਹੁਣ ਸਾਫ਼ ਹੋ ਚੁੱਕਾ ਹੈ ਕਿ ਸਿੱਧੂ ਸਾਹਿਬ ਜਾਗ ਚੁੱਕੇ ਨੇ ਤੇ ਹੁਣ ਲੱਗਦਾ ਹੈ ਕਿ ਉਹ ਇਸ ਮੁੱਦੇ ਦੇ ਵਿੱਚ ਜ਼ਰੂਰ ਕੁੱਦਣਗੇ ਤਾਂ ਜੋ ਇਸ ਕਿਸਾਨਾਂ ਨੂੰ ਬਚਾਇਆ ਜਾ ਸਕੇ। ਜੀ ਮਨਦੀਪ, ਸੋ ਮੇਰੇ ਖਿਆਲ ਨਾਲ ਅੱਜ ਦਾ ਮੁੱਦਾ ਇੱਥੇ ਹੀ ਹੁਣ ਸਾਨੂੰ ਸਮਾਪਤ ਕਰ ਦੇਣਾ ਚਾਹੀਦਾ ਹੈ। ਉਮੀਦ ਹੈ ਕਿ ਇਹ ਜਿਹੜਾ ਮੁੱਦਾ ਅਸੀਂ ਅੱਜ ਇੱਥੇ ਸਮਾਪਤ ਕਰ ਰਹੇ ਹਾਂ ਤੇ ਇਹ ਅਮਲੀ ਤੌਰ ਦੇ ਉੱਤੇ ਵੀ ਹਿੰਦੁਸਤਾਨ ਦੇ ਵਿੱਚ ਵੀ, ਭਾਰਤ ਦੇ ਵਿੱਚ ਵੀ ਇਹ ਜਿਹੜਾ ਮੁੱਦਾ ਉੱਠਿਆ ਹੋਇਆ ਇਸ ਵਕਤ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸ਼ਾਂਤ ਹੋਵੇ, ਕਿਸਾਨਾਂ ਦਾ ਰੋਹ ਸ਼ਾਂਤ ਹੋਵੇ ਔਰ ਸਿਆਸੀ ਪਾਰਟੀਆਂ ਦਾ ਜਿਹੜਾ ਇਸ ਵਕਤ ਦੰਗਲ ਚੱਲ ਰਿਹਾ
ਉਹਨਾਂ ਨੂੰ ਵੀ ਥੋੜ੍ਹੀ ਜਿਹੀ ਸ਼ਾਂਤੀ ਮਿਲੇ, ਕਿਉਂਕਿ ਇਹ ਰੋਹ ਜਿਹੜਾ ਜੇ ਵੱਧਦਾ ਹੈ ਤਾਂ ਇਸ ਦੇ ਹੋਰ ਵੀ ਪਰਿਣਾਮ ਸਾਹਮਣੇ ਆ ਸਕਦੇ ਨੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਵੇਖਿਆ ਵੀ ਸੀ ਕਿ ਇੱਕ ਕਿਸਾਨ ਨੇ ਲੰਬੀ ਦੇ ਵਿੱਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਬਾਅਦ ਵਿੱਚ ਉਹਨਾਂ ਦੀ ਮੌਤ ਵੀ ਹੋ ਗਈ ਹੈ। ਹਾਲਾਂਕਿ ਬਾਅਦ ਵਿੱਚ ਸਰਕਾਰ ਨੇ ਉਹਨਾਂ ਨੂੰ ਬਹੁਤ ਵੱਡੇ ਵੱਡੇ ਮੁਆਵਜ਼ੇ ਵੀ ਦਿੱਤੇ ਨੇ, ਪਰ ਖੁਸ਼ੀ ਉਦੋਂ ਹੁੰਦੀ ਜੇ ਕਿਸਾਨਾਂ ਨੂੰ ਜਿਉਂਦੇ ਜੀ ਉਹਨਾਂ ਦਾ ਮੁੱਲ ਮਿਲ ਪਾਉਂਦਾ, ਕਿਉਂਕਿ ਬਾਅਦ ਦੇ ਵਿੱਚ ਤਾਂ ਹਰ ਇੱਕ ਇਨਸਾਨ ਦੀ ਕਦਰ ਹੁੰਦੀ ਹੈ। ਮਰਨ ਤੋਂ ਬਾਅਦ ਉਹਨਾਂ ਦੇ ਬੁੱਤ ਵੀ ਲਾਏ ਜਾਂਦੇ ਨੇ, ਬਹੁਤ ਵੱਡੇ ਵੱਡੇ, ਲੇਕਿਨ ਕਿੰਨਾ ਚੰਗਾ ਹੋਵੇ ਕਿ ਇਨਸਾਨ ਦੇ ਜਿਉਂਦੇ ਜੀ ਅਸੀਂ ਉਸ ਦੀ ਕਦਰ ਕਰੀਏ, ਉਸ ਦਾ ਮੁੱਲ ਪਛਾਣੀਏ। ਤੇ ਹਾਲ ਹੀ ਦੇ ਵਿੱਚ ਸਿੰਗਰਾਂ ਨੇ ਵੀ ਬਹੁਤ ਵਧੀਆ ਗਾਣੇ ਜਾਂ ਇੱਦਾਂ ਕਹਿ ਲਓ ਕਿ ਆਪਣੀ ਕਲਮ ਦਾ ਇਸਤੇਮਾਲ ਕੀਤਾ ਹੈ ਕਿ ਕਿਸਾਨਾਂ ਦੇ ਪੱਖ ਦੀ ਗੱਲ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ 6 ਦਿਨਾਂ ਨੇ ਕਿਸਾਨਾਂ ਦੀ, ਪੰਜਾਬ ਦੇ ਕਿਸਾਨਾਂ ਦੀ ਕਿਸਾਨੀ ਰੋਲਤੀ, ਤੇ ਆਖਿਰ ਦੇ ਵਿੱਚ ਇੱਕ ਇਸ ਸ਼ੇਅਰ ਦੇ ਨਾਲ ਮੈਂ ਅੰਤ ਕਰਨਾ ਚਾਹਾਂਗਾ ਕਿ ਦੇਖੀਏ ਪਾਤੇ ਹੈ ਖੁਸ਼ਾਕ ਬੁੱਤੋਂ ਸੇ ਕਿਆ ਫੈਸ, ਇੱਕ ਬ੍ਰਾਹਮਣ ਨੇ ਕਿਹਾ ਹੈ ਕਿ ਇਹ ਸਾਲ ਅੱਛਾ ਹੈ, ਹਮਕੋ ਮਾਲੂਮ ਹੈ ਜੰਨਤ ਕੀ ਹਕੀਕਤ, ਲੇਕਿਨ ਦਿਲ ਕੇ ਖੁਸ਼ ਰੱਖਣੇ ਕੋ ਵਾਲਿਬ, ਇਹ ਖਿਆਲ ਅੱਛਾ ਹੈ। ਤੁਸੀਂ ਵੇਖਦੇ ਰਹੋ ਨਿਰਪੱਖ ਪੋਸਟ, ਮੈਨੂੰ ਤੇ ਨੀਰਜ ਨੂੰ ਦਿਓ ਇਜਾਜ਼ਤ, ਖਬਰ ਦੀ ਨਿਰਪੱਖ ਆਵਾਜ਼, ਧੰਨਵਾਦ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ, ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ ਯੂਟਿਊਬ ਤੇ, ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakh